ਅਸੀਂ ਇਹ ਸੋਚ ਲੈ ਕੇ ਤੁਰੇ ਸੀ ਵੀ ਚਲੋ ਇੱਕ ਵਧੀਆ ਕੰਟਰੀ ਵਿੱਚ ਸੈਟਲ ਹੋ ਜਾਊਗੀ ਇੱਥੇ ਉਹੀ 15 16000 ਕਮਾਉਣੇ ਕਿੰਨਾ ਚਿਰ ਇਹ ਜੱਗ ਜਾਰਾ ਕਰਨਾ ਭਾਈ ਉਹੀ ਇੱਕ ਮੰਤ ਦੇ ਵਿੱਚ ਇਹ ਬਣਿਆ ਸੀ ਸਾਡੇ ਵਿਸ਼ਵਾਸ ਵੀ ਸਾਨੂੰ ਇਟਲੀ ਦਿਸਦੀ ਸੀ ਉਹਨਾਂ ਦਾ ਆਪਣਾ ਜਿਹੜਾ ਹੋ ਡੋਂਕਰ ਸੀ ਨਾ ਇੱਕ ਨੇ ਮੋਰੇ ਹੋਏ ਨਾ ਡੰਡਾ ਲੈ ਕੇ ਇੱਕ ਨੇ ਪਿੱਛੇ ਹੋਣਾ ਜਿਹੜਾ ਡੇਗਦਾ ਸੀ ਬੰਦੇ ਨੂੰ ਲੋਕਣ ਨਹੀਂ ਸੀ ਦਿੰਦੇ ਸਾਨੂੰ ਬਸ ਇੱਕੋ ਹੀ ਸੀ ਵੀ ਹੁਣ ਤੁਰੇ ਆਂ ਅਸੀਂ 14 ਘੰਟੇ ਲੱਗਦਾ ਸਵੇਰ ਨੂੰ ਜਾ ਕੇ 10 11 ਵਜੇ ਅਸੀਂ ਇਟਲੀ ਦੇ ਬਾਰਡਰ ਵਿੱਚ ਕਰਾਸ ਕਰ ਗਏ ਕਰਾਸ ਕਰ ਗਏ ਕਿਸਤੀ ਦੇ ਬਾਈ ਸਮਾਰੀ ਇਹ ਸਾਈਡ ਜਿੱਦਾ ਰਬੜ ਜਿਹੜੀ ਸੀ ਨਾ ਉਹ ਇੰਨੀ ਕੁ ਖੁੱਲ ਗਈ ਉੱਥੋਂ ਪਾਣੀ ਆਉਣ ਲੱਗ ਗਿਆ ਘਬਰਾਟ ਮਹਿਸੂਸ ਕਰਨ ਕਰਕੇ ਸਾਰੀ ਕਿਸ਼ਤੀ ਚਲੋੜਾ ਪੈ ਗਿਆ ਵਿੱਚ ਪਾਣੀ ਆ ਗਿਆ ਪਾਣੀ ਆ ਗਿਆ ਬਾਜੀ ਪੂਰੀ ਹਫੜਾ ਤਬੜੀ ਮਚ ਗਈ ਲੋਕੀ ਕਹਿੰਦੇ ਵੀ ਹੁਣ ਮਰ ਗਏ ਵੀਰੇ ਵੀ ਆ ਦਾ ਬਾਰਡਰ ਪਾਰ ਕਰਕੇ ਇੰਟਰਨੈਸ਼ਨਲ ਸਮੁੰਦਰ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਚੁੱਕੇ ਸੀਗੇ ਹਾਂਜੀ ਉਹ ਜਿੰਨਾਂ ਚਿਰ ਅਸੀਂ ਵਿੱਚ ਖੜੇ ਸਾਨੂੰ ਇਹ ਹੋ ਗਿਆ ਸੀ ਵੀ ਹੁਣ ਬਚਦੇ ਨਹੀਂ ਬਾਜੀ ਹੁਣ ਮਰ ਗਏ ਬਾਜੀ ਉਸ ਵੇਲੇ ਘਰਦਿਆਂ ਨੂੰ ਯਾਦ ਕੀਤਾ ਅਕਾ ਚੰਨੂ ਵੀ ਆਏ ਪਰਮਾਤਮਾ ਨੂੰ ਵੀ ਯਾਦ ਕੀਤਾ ਉਹਨ ਭਾਜੀ ਕਾਲ ਲਾਈ ਉਹ ਸਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਾਜੀ ਦਲਾਸਾ ਹੀ ਦਿੰਦੇ ਰਹੇ ਵੀ ਤੁਹਾਨੂੰ ਹੁਣ ਕੋਈ ਹੈਲੀਕਾਪਟਰ ਬਚਾਉਣ ਆਊਗਾ ਹੁਣ ਤੁਹਾਨੂੰ ਕੋਈ ਸ਼ਿਪ ਬਚਾਉਣ ਆਊਗਾ ਜਿੱਦਾਂ ਬੋਲਟ ਕੱਸੇ ਜਦੋਂ ਛਾਲ ਤੇਜ਼ ਪੈਦੀ ਸੀ ਨਾ ਭਾਜੀ ਇਦਾਂ ਆ ਕੇ ਥੱਲੇ ਵੱਜਦਾ ਸੀ ਟੂਬ ਦੇ ਨਾਲ ਉਹ ਟੂਬ ਦੇ ਨਾਲ ਵੱਜਣ ਦੇ ਨਾਲ ਇੱਕ ਕੰਡੀਸ਼ਨ ਦੇ ਵਿੱਚ ਭਾਜੀ ਜਿੱਥੇ 12 13 ਮੁੰਡੇ ਇਕੱਠੇ ਬੈਠੇ ਸੀ ਉਸ ਕੰਡੀਸ਼ਨ 'ਚ ਜਾ ਕੇ ਜਦੋਂ ਕੱਲ ਵੱਜਾ ਉੱਥੋਂ ਫਟ ਗਿਆ ਉਹ ਉਹ 12 13 ਦੇ 13 ਮੁੰਡੇ ਉੱਥੇ ਡੇਗ ਗਏ ਵਿਚੇ ਪਾਣੀ ਦੇ ਚਲੋ ਭਾਜੀ ਉਹ ਬੰਦੇ ਜਦੋਂ ਉੱਥੇ ਡੇਗੇ ਤਾਂ 12 ਦੇ 13 ਮੁੰਡੇ ਉਹਨਾਂ ਦੀ ਡੈਥ ਹੋ ਗਈ। ਅੱਖਾਂ ਦੇ ਸਾਹਮਣੇ ਸਾਡੇ ਦੇਖਦੇ ਉੱਥੇ ਗੋਤੇ ਆ ਕਿ ਉੱਥੇ ਸਾਡੇ ਕੋਲੇ ਲਾਸ਼ਾਂ ਤਾਰਨ ਲੱਗੇ। ਇੱਕ ਸਾਡੀ ਗਰਦਨ ਬਾਹਰ ਸੀ, ਇੱਕ ਮੇਰੀ ਬਾਹਾਂ ਬਾਹਰ ਸੀ। ਬਸ ਉਹਦੇ ਨਾਲ ਜੀ ਆਹ ਬਾਹਾਂ ਥੱਕ ਗਈ ਤਾਂ ਦੂਜੀ ਬਾਹਾਂ ਨਾਲ ਫੜ ਲੈਣਾ। ਬਸ ਬਾਕੀ ਸਾਡੀ ਬੋਡੀ ਸਾਰੀ ਪਾਣੀ ਵਿੱਚ ਸੀ। 1 ਮਿੰਟ ਵਿੱਚ ਕਿੰਨੀ ਕਿੰਨੀ ਵਾਰ ਮੌਤ ਅਸੀਂ ਦੇਖਦੇ ਸੀ ਵੀ ਹੁਣ ਹੁਣ ਮਰ ਗਏ, ਹੁਣ ਮਰ ਗਏ। ਆਪੇ ਨੱਕ ਫੜਿਆ ਆਪਣੇ। ਅੱਲਾਹੁ ਅਕਬਰ ਕੀਤਾ। ਭਾਜੀ ਮੈਂ ਗੋਤੇ ਲੱਗਿਆ। ਅੱਖਾਂ ਦੇ ਸਾਹਮਣੇ ਪਾਜੀ ਇੰਨਾ ਦਿਲ ਟੁੱਟਿਆ ਰੋਣ ਲੱਗ ਗਿਆ ਸੀ ਇਕੱਠੇ ਹੋਣ ਕਰਕੇ ਸਾਡਾ ਹੌਸਲਾ ਨਹੀਂ ਟੁੱਟਿਆ ਵੀ ਜਿਹੜੇ ਮਾਰਗੇ ਦਾ ਚਲੋ ਚਲ ਗਏ ਉਹ ਤਾਂ ਸਾਡੇ ਨਾਲ ਵਿਛੜ ਗਏ ਜਿਹੜੇ ਪੰਜਾਬੀ ਅਸੀਂ ਤਿੰਨ ਰਹਿ ਗਏ ਸੀ ਬਾਕੀ ਸਾਡੇ ਨਾਲ ਮੁੰਡੇ ਪੰਜ ਜਣੇ ਹੋਰ ਸੀ ਯਾਨੀ ਟੋਟਲ 8 ਮੁੰਡੇ ਰਹਿ ਗਏ ਸੀ ਸਸਰੀ ਕਾਲ ਜੀ ਜਿੰਦਾਬਾਦ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਰਵੀਰ ਸਿੰਘ ਲੰਬੇ ਸਮੇਂ ਤੋਂ ਪੰਜਾਬ ਦੇ ਨੌਜਵਾਨ ਵਿਦੇਸ਼ ਵਿੱਚ ਜਾ ਕੇ ਸੈਟਲ ਹੋਣਾ ਵਧੇਰੇ ਪਸੰਦ ਕਰਦੇ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੁਬਈ ਅਤੇ ਅਰਬ ਦੇਸ਼ਾਂ ਵਿੱਚ ਜਾ ਕੇ ਆਪਣੇ ਭਵਿੱਖ ਨੂੰ ਦੇਖਦੇ ਨੇ ਕਿ ਅਸੀਂ ਉੱਥੇ ਜਾ ਕੇ ਸੈਟਲ ਹੋਈਏ ਤੇ ਵਿਦੇਸ਼ ਜਾਣ ਦੇ ਚੱਕਰਾਂ ਦੇ ਵਿੱਚ ਬਹੁਤੇ ਨੌਜਵਾਨ ਡੋਂਕੀ ਲਾਉਂਦੇ ਨੇ ਡੋਂਕੀ ਲਾ ਕੇ ਬਹੁਤ ਘੱਟ ਨੌਜਵਾਨ ਹੁੰਦੇ ਨੇ ਜਿਹੜੇ ਸਹੀ ਸਲਾਮਤ ਵਾਪਸ ਆ ਜਾਂਦੇ ਨੇ ਨਾ ਤਾਂ ਜ਼ਿਆਦਾਤਰ ਕੀ ਹੁੰਦਾ ਹੈ ਕਿ ਨੌਜਵਾਨ ਆਪਣੀ ਜਾਨਾ ਗਵਾ ਜਾਂਦੇ ਨੇ ਉਹਨਾਂ ਦਾ ਕੋਈ ਵਾਰੀਵਾਰਸ ਨਹੀਂ ਰਹਿੰਦਾ ਉਹਨਾਂ ਦੀ ਮੌਤ ਦੀ ਖਬਰ ਵੀ ਬਹੁਤ ਬਹੁਤ ਸਮੇਂ ਬਾਅਦ ਹੀ ਘਰ ਵਿੱਚ ਪਤਾ ਲੱਗਦੀ ਆ ਅੱਜ ਤੁਹਾਨੂੰ ਮਿਲਾਵਾਂਗੇ ਅਜਿਹੇ ਨੌਜਵਾਨ ਦੇ ਨਾਲ ਜੋ ਮੌਦ ਦੇ ਸਮੁੰਦਰ ਚੋਂ ਬਾਹਰ ਨਿਕਲ ਕੇ ਆਇਆ ਕਿਵੇਂ ਉਹਨਾਂ ਦੀ ਕਹਾਣੀ ਤਰੀ ਕਿਉਂ ਪੰਜਾਬ ਤੋਂ ਬਾਹਰ ਗਏ ਕਿਵੇਂ ਉਹਨਾਂ ਨੇ ਕਿਉਂ ਕਿਹੋ ਜਿਹੇ ਹਾਲਾਤ ਬਣੇ ਕਿ ਉਹਨਾਂ ਨੂੰ ਉੱਥੇ ਜਾ ਕੇ ਰਹਿਣਾ ਪਿਆ ਤੇ ਕਿਹੋ ਜਿਹੀਆਂ ਮਜਬੂਰੀਆਂ ਬਣੀਆਂ ਉਹਨਾਂ ਦੀਆਂ ਤੇ ਆਓ ਤੁਹਾਨੂੰ ਮਿਲਾਉਂਦੇ ਹਾਂ ਗੁਰਦੀਪ ਸਿੰਘ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਾਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਹਿਲਾ ਜਿੰਦਾਬਾਦ ਚੈਨਲ ਦੇ ਵਿੱਚ ਥੈਂਕ ਯੂ ਭਾਈ ਥੈਂਕ ਯੂ ਤੇ ਗੁਰਦੀਪ ਸਿੰਘ ਜੀ ਸਭ ਤੋਂ ਪਹਿਲਾਂ ਦੱਸੋ ਕਿ ਜਦੋਂ ਤੁਸੀਂ ਬਾਹਰ ਗਏ ਹਾਂਜੀ ਬਾਹਰ ਜਾਣ ਤੋਂ ਪਹਿਲਾਂ ਤੁਹਾਡੇ ਪੰਜ ਪਰਿਵਾਰ ਦਾ ਕਿਹੋ ਜਿਹਾ ਮਾਹੌਲ ਸੀ ਤੇ ਤੁਹਾਨੂੰ ਕਿਹੜੀ ਮਜਬੂਰੀ ਸੀ ਤੁਹਾਨੂੰ ਬਾਹਰ ਜਾਣਾ ਪਿਆ ਭਾਜੀ ਬਾਹਰ ਜਾਣ ਤੋਂ ਪਹਿਲਾਂ ਮੈਂ 2005 ਨੂੰ ਇਹ ਲੀਬੀਆ ਵਿਜ਼ਿਟ ਕੀਤਾ ਸੀ ਉਸ ਤੋਂ ਪਹਿਲਾਂ ਭਾਜੀ ਘਰ ਦੇ ਵਿੱਚ ਇਦਾਂ ਸੀ ਕਿ ਘਰ ਦੀ ਮਜਬੂਰੀ ਇਹੋ ਜਿਹੀ ਹੋਈ ਹੋ ਸੀਗੀ ਮੈਂ ਪੜ੍ਹਾਈ ਕਰਕੇ ਹਟਿਆ ਪਲੱਸ 2 ਕਰਨ ਤੋਂ ਬਾਅਦ ਬੇਲੇ ਸੀ ਤੋਂ ਇਹ ਕੰਮ ਤਾਂ ਕੋਈ ਹੈ ਨਹੀਂ ਸੀ ਤੇ ਬਾਪੂ ਜੀ ਫਿਰ ਭਾਰ ਵਾਲੀ ਗੱਡੀ ਚਲਾਉਂਦੇ ਸੀਗੇ 207 ਉਹੀ ਉਹੀ ਚੱਕਰ ਦੇ ਵਿੱਚ ਮੈਨੂੰ ਵੀ ਉਸੇ ਲਾਈਨ ਵਿੱਚ ਬੈਣਾ ਪਿਆ ਥੋੜਾ ਚਿਰ ਮੈਂ ਇੱਥੇ ਗੱਡੀ ਚਲਾਉਣ ਚਲਾਉਣ ਤੋਂ ਬਾਅਦ ਫਿਰ ਮੈਂ ਕੋਸ਼ਿਸ਼ ਕੀਤੀ ਵੀ ਇੱਥੇ ਇਹ ਦੋ ਮਾਰਾ ਰਹਿ ਕੇ ਸਰਦਾ ਨਹੀਂ ਹੈਗਾ ਪਰਿਵਾਰ ਚ ਫ ਵੱਡੀ ਫੈਮਿਲੀ ਸੀਗੀ ਦਾਦਾ ਦਾਦੀ ਸਾਰੇ ਇਕੱਠੇ ਸੀਗੇ ਅਸੀਂ ਉਸ ਵੇਲੇ ਤੇ ਉਸ ਤੋਂ ਬਾਅਦ ਅਸੀਂ ਇਹ ਸੋਚਿਆ ਮੈਂ ਕਿ ਇੱਥੋਂ ਨਿਕਲ ਗਏ ਕਿਤੇ ਇਸੇ ਕੰਟਰੀ ਕਿਸੇ ਕੰਟਰੀ ਸੈੱਟ ਹੋ ਜਾਈ ਇੱਥੇ ਮਾੜੇ ਮੋਟਾ ਆਪਣਾ ਫਿਊਚਰ ਵਧੀਆ ਹੋ ਜਵੇ ਇਹ ਕਿਹੜੇ ਸੰਦੀ ਗੱਲ ਹੈ ਜੀ ਇਹ ਇਹ ਪਾਈ ਜਦੋਂ ਮੈਂ ਇਹ ਜੇ ਮੈਂ ਗਿਆ ਮੈਂ ਭਾਈ 2005 ਦੇ ਵਿੱਚ 2005 ਹਾਂਜੀ ਮੈਂ ਲਿਬੀਆ ਗਿਆ ਸੀ ਭਾਜੀ ਲਿਬੀਆ ਗਿਆ ਸੀ ਕਾਰਪੈਂਟਰ ਦਾ ਵੀਜ਼ਾ ਸੀ ਕਾਰਪంటర్ ਦੇ ਵਿਜੇ ਵਿੱਚ ਮੈਨੂੰ ਮੇਰੀ ਜਿੱਦਾਂ ਸਿਲੈਕਸ਼ਨ ਹੋ ਗਈ ਸੀ ਦਿੱਲੀ ਇੰਟਰਵਿਊ ਹੋਈ ਸੀ ਸਿਲੈਕਸ਼ਨ ਹੋ ਗਈ ਤਾਂ ਫਿਰ ਅਸੀਂ 2005 ਦੇ ਯਾਨੀ ਮਤਲਬ 8ਵੇਂ ਮਹੀਨੇ ਦੇ ਵਿੱਚ ਅਸੀਂ ਚੱਲ ਗਏ ਸੀ ਉੱਥੇ ਉੱਥੇ ਜਾਣ ਤੋਂ ਬਾਅਦ ਭਾਜੀ ਉੱਥੇ ਦਾ ਮਾਹੌਲ ਇਹੋ ਜਿਹਾ ਸੀਗਾ ਮੈਂ ਤੁਹਾਡੇ ਇੱਧਰ ਜਿਹੜੇ ਏਜੰਟੇ ਸੀਗੇ ਉਹਨਾਂ ਨੇ ਕਿੰਨੇ ਪੈਸੇ ਲਏ ਤੁਹਾਨੂੰ ਉੱਧਰ ਪਹਿਲਾਂ ਲੀਬੀਆ ਚ ਜਾਣ ਵਾਸਤੇ ਜੀ ਭਾਜੀ ਉੱਥੇ ਮੈਂ ਗਿਆ 1,20,000 ਜਿਆ ਲਾ ਕੇ ਤੇ ਉਸ ਤੋਂ ਬਾਅਦ ਉੱਥੇ ਜਿਹੜਾ ਕੰਪਨੀ ਦਾ ਮਤਲਬ ਯਾਨੀ ਜਿਹੜੀ ਸੈਟਿੰਗ ਸੀਗੀ ਭਾਜੀ ਸੈਲਰੀ ਸਾਢੇ ਸੀ ਉਹ ਉਹਨਾਂ ਨੇ ਲਾਈ 400 ਡਾਲਰ 40 400 ڈالر ਦੇ ਵਿੱਚੋਂ ਭਾਜੀ ਉਹ ਉੱਥੋਂ ਇੱਕ ਵੈਸਟਰਨ ਯੂਨੀਅਨ ਦਾ ਕੋਈ ਸਿਸਟਮ ਨਹੀਂ ਸੀ ਇੰਡੀਆ ਆਉਣ ਦਾ ਤੇ ਸਭ ਤੋਂ ਵੱਡੀ ਪ੍ਰੋਬਲਮ ਇਹੀ ਸੀ ਉਸ ਵੇਲੇ ਵੈਸਟਰਨ ਯੂਨੀਅਨ ਬਿਲਕੁਲ ਹੈ ਨਹੀਂ ਸੀ ਜੀ ਤੇ ਉਹ ਉਹ ਜਿਹੜੀ ਸੈਲਰੀ ਸਾਨੂੰ ਆਪਣਾ ਜਿਹੜਾ ਜਨ ਜਿਹਨੇ ਸਾਨੂੰ ਏਜੰਟ ਨੇ ਭੇਜਿਆ ਸੀ ਉਹਦੇ ਥਰੂ ਅਸੀਂ ਉਹਦੇ ਅਕਾਊਂਟ 'ਚ ਪਾ ਕੇ ਉਹ ਆਪਣੇ ਪੈਸੇ ਕੱਟ ਕੇ ਫਿਰ ਸਾਡੇ ਘਰਦਿਆਂ ਦੇ ਖਾਤੇ 'ਚ ਪਾਉਂਦਾ ਸੀ ਉਹ 6-6 ਮਹੀਨੇ 8-8 ਮਹੀਨੇ ਵੀ ਲੱਗ ਜਾਂਦੇ ਸੀ ਪੈਸੇ ਘਰ ਪਹੁੰਚਣ ਹਾਂਜੀ ਤੇ ਸੈਲਰੀ ਕੋ ਇੰਡੀਆ ਦੇ ਵਿੱਚ ਉਹੀ 15 15 16 15 16 18 ਇਹ ਹੀ ਬਚਦਾ ਸੀ ਆਪਾਂ ਨੂੰ ਆਕੇ ਹਾਂ ਜੀ ਬਾਕੀ ਸਾਰੇ ਕਟਕਟਾ ਹੋ ਜਾਂਦੇ ਸੀ ਰਾਹ ਦੇ ਵਿੱਚ ਠੀਕ ਹੈ ਜੀ ਹਾਂ ਜੀ ਤੇ ਜਿਹੜਾ ਕੰਪਨੀ ਦਾ ਮਾਹੌਲ ਕਿਵੇਂ ਦਾ ਸੀ ਕਿ ਕਿੰਨੇ ਕੁ ਨੌਜਵਾਨ ਪੰਜਾਬੀ ਉੱਥੇ ਪਹਿਲਾਂ ਹੀ ਸੀਗੇ ਉੱਥੇ ਸਾਡੇ ਜਾਣ ਤੋਂ ਪਹਿਲਾਂ ਹੀ ਦੋ ਮੁੰਡੇ ਪੰਜਾਬੀ ਸੀ ਪਹਿਲਾਂ ਉੱਥੇ ਪੁਰਾਣੇ ਆਪਰੇਟਰ ਸੀ ਉਹ ਅਸੀਂ ਜਿਹੜੇ ਗਏ ਸੀ ਅਸੀਂ ਜਿੱਦਾਂ ਜਿੱਦਾਂ ਟਰੇਡ ਦੇ ਬੀਜੇ ਸੀ ਕਿ ਕੋ ਕਾਰਪੈਂਟਰ ਸੀ ਕੋ ਮੈਸਨ ਸੀਗਾ ਕੋ ਇਦਾਂ ਮਾਹੌਲ ਭਾਜੀ ਬਿਲਕੁਲ ਬੜੀ ਗਦਾਫੀ ਜਿਹੜਾ ਕਰਨਲ ਗਦਾਫੀ ਉਹਦੀ ਕੰਪਨੀ ਸੀ ਬਹੁਤ ਵਧੀਆ ਕੰਪਨੀ ਸੀਗੀ ਸਰਕਾਰੀ ਕੰਪਨੀ ਸੀ ਰਹਿਸ਼ ਬਹੁਤ ਵਧੀਆ ਸੀਗੀ ਖਾਣਾ ਪੀਣਾ ਉਹਨਾਂ ਦਾ ਵਧੀਆ ਸੀਗਾ ਤੇ ਮਾਹੌਲ ਵੀ ਤਕਰੀਬਨ ਸਾਰੇ ਜਿੱਦਾਂ ਮੰਨ ਲਓ ਫੋਰਮੈਨ ਤੋਂ ਲੈ ਕੇ ਜਿਹਨੇ ਉੱਚੇ ਵੀ ਅਫਸਰ ਸੀ ਸਾਰੇ ਵਧੀਆ ਮਤਲਬ ਸਾਡੇ ਬੈਠਣ ਉੱਠਣ ਨਾਲ ਸਾਨੂੰ ਯਾਨੀ ਇਦਾਂ ਇੱਜ਼ਤਮਾਨ ਕਰਦੇ ਸੀਗੇ ਪੂਰਾ ਹਾਂਜੀ ਤੇ ਉਹ ਉੱਥੇ ਭਾਈ ਬੈਠੇ ਬੈਠੇ ਫਿਰ ਜਿੱਦਾਂ ਸਾਡਾ ਰਿਹਾਨ ਵੱਧਦਾ ਰਿਹਾ ਮਤਲਬ ਸੁਣ ਚ ਆਇਆ ਕਿ ਇੱਥੋਂ ਇਟਲੀ ਨੂੰ ਲੋਕੀ ਬਹੁਤ ਨਿਕਲਦੇ ਆ ਵੀ ਇੱਥੋਂ ਇਟਲੀ ਲੱਗੇ ਪੈਂਦੀ ਆ ਵੀ ਬਾਈਏ ਸਮੁੰਦਰ ਆਹੀਂ ਤੇ ਅਸੀਂ ਫਿਰ ਏਦੀ ਭਾਜੀ ਜਿੱਦਾਂ ਸ਼ਾਮ ਨੂੰ ਰੋਟੀ ਪਾਣੀ ਇੱਕ ਕੰਮ ਤੋਂ ਆ ਕੇ ਖਾ ਕੇ ਬਾਹਰ ਘੁੰਮਣ ਜਾਣਾ ਸਾਨੂੰ ਫਿਰ ਕੋਈ ਨਾਲ ਦੇ ਕੈਂਪਾਂ ਦੇ ਵਿੱਚ ਪਾਕਿਸਤਾਨੀ ਸੀ ਇੱਕ ਦੋ ਮੁੰਡੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਗੱਲਬਾਤ ਹੋਣ ਦੇ ਉੱਤੇ ਉਹਨੇ ਦੱਸਿਆ ਕਿ ਹਾਂ ਸਾਡੇ ਕੋਈ ਐਦਾਦਾ ਬੰਦਾ ਹੈਗਾ ਹੈ ਕੋਈ ਏਜੰਟ ਵੀ ਉਹ ਭੇਜਦੇ ਪਏ ਸਾਡੇ ਬੰਦੇ ਪਹਿਲਾਂ ਪਹੁੰਚੇ ਆ। ਫਿਰ ਭਾਜੀ ਅਸੀਂ ਉਹਨਾਂ ਨਾਲ ਹੌਲੀ-ਹੌਲੀ ਇਸੇ ਤਰ੍ਹਾਂ ਕੰਟੈਕਟ ਕੀਤਾ। ਦਿੱਲੀ ਜਿੱਦਾਂ ਜਾਂਦੇ ਸੀ ਹੌਲੀ-ਹੌਲੀ ਗੱਲਬਾਤ ਵੱਧ ਹੀ ਰਹੀ। ਉਹਨੇ ਸਾਨੂੰ ਨੰਬਰ ਦੇ ਦਿੱਤਾ। ਸਾਡੇ ਰੂਮ ਦੇ ਵਿੱਚ ਹੀ ਅਸੀਂ 6 ਮੁੰਡੇ ਸੀ ਪਹਿਲਾਂ ਇਕੱਠੇ ਰਹਿੰਦੇ ਪੰਜਾਬੀ। ਉਹਨਾਂ ਵਿੱਚੋਂ ਦੋ ਨੇ ਮਨ ਬਣਾ ਲਿਆ ਵੀ ਅਸੀਂ ਜਾਣਾ ਹੈ। ਉੱਥੋਂ ਕਿੰਨਾ ਕਿੰਨੀ ਦੂਰ ਸੀਗਾ ਮਤਲਬ ਜਿਹੜਾ ਬਾਰਡਰ ਇਟਲੀ ਦਾ ਨਾ ਇਟਲੀਆ ਬਾਰਡਰ ਭਾਜੀ ਉੱਥੋਂ 14 ਘੰਟੇ ਰਸ ਤੇ ਜਿੱਥੇ ਅਸੀਂ ਬੈਠੇ ਸੀ ਉਹ ਪਾ ਕੇ ਸਾਨੂੰ ਭਾਜੀ ਤੁਸੀਂ ਲਾ ਲਓ ਤੁਸੀਂ ਸਾਨੂੰ ਜਿਹੜਾ ਮੇਨ ਤਰਾਬਲ ਸ਼ਹਿਰ ਇਹਨਾਂ ਤਰਪੋਲੀ ਕਹਿੰਦੇ ਉਹਨੂੰ ਲੀਬੀਆ ਦਾ ਉੱਥੋਂ ਅਸੀਂ 7-800 ਕਿਲੋਮੀਟਰ ਬਾਹਰ ਏਰੀਆ ਸੀ ਪਹਾੜਾਂ ਦੇ ਏਰੀਆ ਵਿੱਚ ਯਾਨੀ ਉੱਥੇ ਤੱਕ ਤੁਸੀਂ ਉਹ ਵੀ ਟਾਈਮ ਵਿੱਚ ਅਡਜਸਟ ਕਰ ਲਓ ਕਿ ਟਾਈਮ ਵਿੱਚਲਾ ਉਹ ਵੀ ਨਾਲ ਲੱਗਦਾ ਸੀ ਜਾਣ ਨੂੰ ਉਹਦੇ ਲਈ ਵੀ ਰਿਸਕੀ ਸੀ ਅਸੀਂ ਇਦਾਂ ਨਿਕਲ ਨਹੀਂ ਸਕਦੇ ਆਈਡੀ ਕਾਰਡ ਤੋਂ ਬਿਨਾਂ ਕੰਪਨੀ ਇਜਾਜ਼ਤ ਨਹੀਂ ਦਿੰਦੀ ਸੀ ਚਲੋ ਉਹਨਾਂ ਨੇ ਦੋ ਮੁੰਡਿਆਂ ਨੇ ਮਨ ਬਣਾਇਆ ਭਾਜੀ ਉਹ ਉਹ ਕੰਪਨੀ ਛੱਡ ਕੇ ਦੌੜ ਗਏ ਦੌੜੇ ਤਾਂ ਭਾਜੀ ਉਹਨਾਂ ਨੇ ਉਹਨਾਂ ਨੇ ਸਾਨੂੰ ਉਹਨਾਂ ਦੀ ਕਾਲ ਨਹੀਂ ਆਈ ਇੱਕ ਮਹੀਨਾ ਹਾਂ ਤੇ ਅਸੀਂ ਵੀ ਪੂਰੇ ਟੈਨਸ਼ਨ ਵਿੱਚ ਸੀ ਕੰਪਨੀ 'ਚ ਵੀ ਰੋਲਾ ਪੈ ਗਿਆ ਉਹ ਦੱਸ ਕੇ ਨਹੀਂ ਗਏ ਉਹ ਦੱਸ ਕੇ ਨਹੀਂ ਗਏ ਭਾਈ ਚੋਰੀ ਨੱਟਣਾ ਪੈਂਦਾ ਪਾਸਵਰਡ ਤੁਹਾਨੂੰ ਕੰਪਨੀ ਦੇ ਕੋਲੇ ਛੱਡ ਕੇ ਜਾਣਾ ਪੈਂਦਾ ਕਿਉਂਕਿ ਉਹ ਅਸੀਂ ਕੰਪਨੀ ਦੇ ਅੰਦਰ ਕੰਮ ਕਰਦੇ ਸੀ ਨਾ ਤੇ ਉਹ ਭਾਈ ਉਹਨਾਂ ਦੀ ਕਾਲ ਨਹੀਂ ਆਈ ਤਾਂ ਫਿਰ ਹੌਲੀ ਸਾਨੂੰ ਮਤਲਬ ਕਾਫੀ ਦਿਨ ਏਦਾਂ ਨੰਗਦੇ ਰਹੇ ਕਾਫੀ ਦਿਨਾਂ ਬਾਅਦ ਉਹਨਾਂ ਦੀ ਫਿਰ ਮਹੀਨੇ ਤੋਂ ਉੱਪਰ ਬਾਅਦ ਕਾਲ ਆਈ ਕਿ ਅਸੀਂ ਏਦਾਂ ਏਦਾਂ ਇਟਲੀ ਦੇ ਕੈਂਪ ਤੋਂ ਗੱਲ ਕਰਦੇ ਪਏ ਆ ਇਟਲੀ ਵਿੱਚ ਅਸੀਂ ਚਲ ਗਏ ਆ ਕੈਂਪ ਦੇ ਵਿੱਚੋਂ ਗੱਲ ਕਰਦੇ ਪਏ ਆ ਅਸੀਂ ਠੀਕ ਠਾਕ ਆ ਬਸ ਥੋੜੀ ਗੱਲਬਾਤ ਹੋਈ ਉਹ ਨਹੀਂ ਇਹ ਨਹੀਂ ਦੱਸਿਆ ਸਾਨੂੰ ਇਹਨਾਂ ਦੱਸਿਆ ਸੀ ਕਿ ਸਾਣੀ ਤੁਹਾਡੀ ਜਿਹੜੀ ਕਿਸ਼ਤੀ ਆ ਉਹ 2-3 ਦਿਨ ਪਾਣੀ ਦੇ ਵਿੱਚ ਘੁੰਮਦੀ ਰਹਿਤ ਉਹਦਾ ਔਇਲ ਮੁੱਕ ਗਿਆ ਸੀ ਤੇ ਚਲੋ ਉਹਨਾਂ ਦੇ ਪਹੁੰਚਣ ਤੋਂ ਬਾਅਦ ਭਾਜੀ ਅਸੀਂ ਡੇਢ ਮਹੀਨਾ ਫਿਰ ਅਸੀਂ ਇਸ ਦੀ ਵਿਚਾਰਾਂ ਵਿੱਚੋਂ ਚੱਲਦੇ ਨਹੀਂ ਅਸੀਂ ਮੈਂ ਅਸੀਂ ਇੱਕ ਮੁੰਡਾ ਹੋਰ ਸੀ ਇਹੜਾ ਜ਼ਿਆਦਾ ਕ੍ਰੀਜੀ ਸੀਗੇ ਜਾਣ ਨੂੰ ਵੀ ਅਸੀਂ ਜਾਣਾ ਹੀ ਜਾਣਾ ਆ ਵੀ ਚਲੋ ਇੱਥੇ ਫਿਊਚਰ ਕੁਛ ਨਹੀਂ 15 16 ਹਜ਼ਾਰ ਨਕੀ ਬਣਨਾ ਭਾਈ ਹੈਨਾ ਯੂਰਪੀਅਨ ਚੈੱਕ ਉਹ ਜਿਹੜੀ ਕੰਪਨੀ ਦੇ ਵਿੱਚ ਪੈਸੇ ਵਧਾਉਣ ਸੈਲਰੀ ਪੈਕੇਜ ਵਧਾਉਣ ਨੂੰ ਕੁਛ ਨਹੀਂ ਸੀਗਾ ਭਾਈ ਸੀਗਾ ਉਹਨਾਂ ਦਾ ਉਹਨਾਂ ਦਾ ਸਿਸਟਮ ਇਹ ਸੀਗਾ ਉਹਨਾਂ ਦੇ ਵਿੱਚ ਇਦਾਂ ਸੀ ਸਾਲ ਬਾਅਦ ਥੋੜੇ ਜੇ ਪੈਸੇ ਵਧਾਉਂਦੇ ਸੀ ਪਰ ਸਾਨੂੰ ਉਹਨਾਂ ਦਾ ਬੈਨੀਫਿਟ ਇਹ ਨਹੀਂ ਮਿਲਦਾ ਸੀ ਕਿਉਂਕਿ ਸਾਡੇ ਉਨੇ ਪੈਸੇ ਭੇਜਣ ਨੂੰ ਨਾ ਘਰ ਉਹ ਇੱਥੇ ਖਰਚ ਹੋਈ ਜਾਂਦੇ ਸੀ ਤੇ ਹੋਰ ਸਾਨੂੰ ਛਰੀ ਚੀਜ਼ ਤਾਂ ਉੱਥੇ ਮੁੱਲ ਦੀ ਸੀ ਬਾਹਰੋਂ ਆਪੇ ਲੈ ਕੇ ਆਉਣੀ ਪੈਣੀ ਸੀ ਪਾਣੀ ਤੱਕ ਮੁੱ ਮਤਲਬ ਜਣੀ ਮੁੰਡਿਆਂ ਨਾਲ ਫਿਰ ਅਸੀਂ ਕਰਦੇ ਕਰਦੇ ਉਹਨਾਂ ਨਾਲ ਭਾਜੀ ਫਿਰ ਉਹ ਪਾਕਿਸਤਾਨੀ ਨਾਲ ਫਿਰ ਦੁਬਾਰਾ ਸਾਡਾ ਲਿੰਕ ਜੁੜਿਆ ਅਸੀਂ ਕਿਹਾ ਵੀ ਉਹ ਮੁੰਡੇ ਪਹੁੰਚ ਗਏ ਵੀ ਸਾਨੂੰ ਵੀ ਉਸ ਬੰਦੇ ਦਾ ਨੰਬਰ ਤਾਂ ਦੇ ਸਾਡੇ ਨਾਲ ਉਹਨਾਂ ਦਾ ਕੰਟੈਕਟ ਨਹੀਂ ਹੋਇਆ ਮੁੰਡਿਆਂ ਦਾ ਦੁਬਾਰਾ ਉਹਨੇ ਭਾਜੀ ਫਿਰ ਸਾਨੂੰ ਆਪਣਾ ਉਹਨੇ ਨੰਬਰ ਦਿੱਤਾ ਵੀ ਇੱਦਾਂ ਇੱਦਾਂ ਸ਼ਹਿਰ ਵਿੱਚ ਤੁਹਾਨੂੰ ਜਾਣਾ ਪੈਣਾ ਉੱਥੇ ਜਾ ਕੇ ਆ ਬੰਦੇ ਨੇ ਅਸੀਂ ਕਿਹਾ ਫਿਰ ਉਹਨੂੰ ਪੁੱਛੇ ਪੈਸੇ ਕਿੰਨੇ ਲੱਗਣੇ ਹਨ ਵੀ ਸਾਨੂੰ ਕਿੰਨੇ ਪੈਸੇ ਦੇ ਕੇ ਜਾਣਾ ਪਊਗਾ ਕਿਸ ਹਿਸਾਬ ਤੇ ਉਹਨਾਂ ਤੋਂ ਕਿੰਨੇ ਲਏ ਜਾਂ ਸਾਡੇ ਤੋਂ ਕਿੰਨੇ ਲਓਗੇ ਉਹ ਕਹਿੰਦੇ ਲਵਾਂਗੇ ਤੁਹਾਡੇ ਤੋਂ 17 1700 ਡਾਲਰ ਅੱਛਾ ਜੀ ਅਮਰੀਕਨ ਡਾਲਨ ਹਾਂ ਜੀ ਮੈਨੂੰ ਤੁਹਾਨੂੰ ਇਹ ਨਹੀਂ ਪਤਾ ਸੀ ਕਿ ਉਹ ਉਹ ਉੱਥੇ ਪਹੁੰਚ ਚੁੱਕੇ ਆ ਪਰ ਉਹ ਕਿਵੇਂ ਜ਼ਿੰਦਗੀ ਜੀ ਰਿਹਾ ਵੀ ਹਾਂ ਜੀ ਇਹ ਨਹੀਂ ਪਤਾ ਕਿਉਂਕਿ ਉਹਨਾਂ ਨੇ ਉਹਨਾਂ ਦਾ ਸਿਰਫ ਕੈਂਪ ਚੋਂ ਫੋਨ ਆਇਆ ਸੀ ਜਿਹੜਾ ਇਟਲੀ ਜਦੋਂ ਆਪਾਂ ਭਾਜੀ ਐ ਨਾ ਐਂਟਰ ਹੋ ਜੀਏ ਹਾਂ ਜਾਂ ਕਿਸ ਤੀਆਂ ਕੋਈ ਵੀ ਹੈ ਜੇ ਇਟਲੀ ਦੇ ਬਾਰਡਰ ਅੰਦਰ ਵੀ ਐਂਟਰ ਹੋ ਗਈਆਂ ਉਹਨਾਂ ਦੀ ਸਮੁੰਦਰ ਵਿੱਚੀ ਵੀ ਜੀ ਉਹ ਭਾਜੀ ਫਿਰ ਉਹਨਾਂ ਦੀ ਰੈਸਕਿਊ ਜਿਹੜੇ ਹੁੰਦੇ ਆ ਪੁਲਿਸ ਵਾਲੇ ਉਹ ਫੜ ਕੇ ਆਪਣੇ ਕੋਲ ਲੈ ਜਾਂਦੇ ਆ ਕੈਂਪ ਵਿੱਚ ਰੱਖਦੇ ਆ ਫਿਰ ਉਹਨਾਂ ਦੇ ਜਾਨੀ ਮਤਲਬ ਜਿਹੜੇ ਕੇਸ ਲਾਉਂਦੇ ਆ ਨਾ ਕਿਸ ਪੋਲੀਟਿਕਲ ਲੈਂਦਾ ਕੋਈ ਸਟੇ ਲੈਂਦਾ ਜਾਂ ਕਿਦਾਂ ਜੇ ਕਿਸੇ ਤੋਂ ਪ੍ਰੂਫ ਨਿਕਲਦਾ ਉਹ ਰਿਪੋਰਟ ਕਰਦੇ ਆ ਤੇ ਇਹਨਾਂ ਨੂੰ ਮੈਨੂੰ ਲੱਗਦਾ ਕੋਈ ਸਟੇ ਮਿਲ ਗਈ ਸੀ ਅੱਛਾ ਤੇ ਹਾਂਜੀ ਉਸ ਤੋਂ ਬਾਅਦ ਉਹਨਾਂ ਦੀ ਜ਼ਿਆਦਾ ਕੋਈ ਗੱਲ ਹੀ ਨਾ ਹੋ ਪਾਈ ਅਸੀਂ ਡੇਢ ਮਹੀਨੇ ਬਾਅਦ ਅਸੀਂ ਸਟੈਪ ਚੱਕ ਲਿਆ ਹੋਈ ਜੀ ਅਸੀਂ ਲੈ ਕੇ ਤਾਂ ਭਾਜੀ ਉੱਥੋਂ ਫਿਰ ਸਾਨੂੰ 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 ਡਰ ਇਹ ਸੀ ਕੰਪਨੀ ਤਾਂ ਪਹਿਲਾਂ ਰੋਲਾ ਪਿਆ ਬਹੁਤ ਜ਼ਿਆਦਾ ਵੀ ਅਸੀਂ ਕਿ ਕੇਸ ਹਾਬਤਾਵਾਂ ਨਿਕਲੀਏ ਭਾਈ ਸਾਰੀ ਰਾਤ ਸੁੱਤੇ ਨਹੀਂ ਅਸੀਂ ਵੀ ਸਵੇਰੇ ਨਿਕਲਣਾ ਤਾਂ ਪਲੈਨਿੰਗ ਕਿੱਦਾਂ ਕਰਨੀ ਹੈ ਵੀ ਠੀਕ ਆ ਪੈਸੇ ਪੂਸੇ ਵੀ ਜਿਹੜੇ ਤਨਖਾਹ ਆ ਕਿੱਦਾਂ ਲਈਏ ਜਿਹੜੀ ਸਾਡੀ ਆਉਣ ਵਾਲੀ ਆ ਉਹ ਸਾਰਾ ਇਕੱਠਾ ਕੀਤਾ ਸੀ 1700 ਡਾਲਰ ਤੜਾਇਆ ਫਿਰ ਭਾਈ ਚੋਰੀ ਇਦਾਂ ਹੀ ਤੇ ਚੋਰੀ ਤੜਾ ਕੇ ਫਿਰ ਰਾਤ ਨੂੰ ਜਦੋਂ ਅਸੀਂ ਸਵੇਰੇ ਤੜਕੇ ਨਾ ਭਾਈ ਸ਼ੁੱਕਰਵਾਰ ਵਾਲਾ ਦਿਨ ਸੀ ਪਾਣੀ ਲੈਣ ਜਾਂਦੇ ਹੁੰਦੇ ਸੀ ਅਸੀਂ ਜਿੱਦਾਂ 5 ਕਿਲੋਮੀਟਰ ਤੇ ਸ਼ਹਿਰ ਸੀ ਜੋਫਰਾ ਅਛਾ ਇਹ ਬੜਾ ਮਸ਼ਹੂਰ ਸ਼ਹਿਰ ਉਹਨਾਂ ਦਾ ਤੇ ਉੱਥੇ ਅਸੀਂ ਪਾਣੀ ਲੈਣ ਜਾਂਦੇ ਹੁੰਦੇ ਸੀ ਪੀਣ ਵਾਲਾ ਕੇਨੀਆਂ ਦੇ ਵਿੱਚ ਜਿੱਦਾਂ 10 ਲੀਟਰ ਦੇ ਕੇਨਿਓਂਗੇ 20 ਲੀਟਰ ਦੀ ਉਹ ਜਣੀ ਯਾਨੀ 50 ਪੈਸੇ ਦੀ ਭਰਦੀ ਸੀ ਉਦਦੇ ਲੈ ਹਿਸਾਬ ਨਾਲ ਅਸੀਂ ਉਹ ਲੈਣ ਜਾਂਦੇ ਸੀ ਤਾਂ ਸਾਨੂੰ ਉਹਨਾਂ ਨੇ ਭਾਜੀ ਅਸੀਂ ਰਾਤ ਸਾਰੀ ਪਲਾਨ ਕਰ ਕਰਕੇ ਸੋਚਿਆ ਵੀ ਇਦਾਂ ਤਾਂ ਸਾਨੂੰ ਕਿਸੇ ਨੇ ਜਾਣ ਨਹੀਂ ਦੇਣਾ ਠੀਕ ਆ ਅਸੀਂ ਉੱਥੋਂ ਟੈਕਸੀ ਕੀਤੀ ਅਸੀਂ ਜਿਹੜੀਆਂ ਪਾਣੀ ਵਾਲੀਆਂ ਕੇਨੀਆਂ ਸੀ ਉਹਨੂੰ ਥੱਲਿਓਂ ਨਾ ਕਰ ਦੇਣਾ ਕੱਟ ਕੇ ਪੂਰਾ ਪਾੜ ਕੇ ਉਹਦੇ ਵਿੱਚ ਜਿਹੜੇ ਸਾਨੂੰ ਕੱਪੜਿਆਂ ਦੀ ਲੋੜ ਸੀ ਜਾਂ ਸਾਨੂੰ ਹੋਰ ਕੀ ਦੀ ਕੋਈ ਲੋੜ ਸੀ ਅਸੀਂ ਉਹਦੇ ਵਿੱਚ ਪਾ ਲਈਆਂ ਉਹ ਮਤਲਬ ਜਾਨੀ ਉਹ ਮੂੰਹ ਖੁੱਲਿਆ ਨਹੀਂ ਸੀ ਉਹਦੀ ਉਸ ਹਿਸਾਬ ਨਾਲ ਲੈ ਕੇ ਤੁਰੇ ਕਿ ਉਹਨੂੰ ਬੈਕ ਸਾਈਡ ਨੂੰ ਪਿੱਛੇ ਨੂੰ ਕਰ ਲਿਆ ਜਿੱਧਰੋਂ ਮੂੰਹ ਸਾਫ਼ ਕਟਿਆ ਨਹੀਂ ਸੀ ਉਹ ਮੁਰੇ ਕਰ ਲਿਆ ਅਸੀਂ ਕੈਂਪ ਵਿੱਚੋਂ ਨਿਕਲੇ ਆ ਭਾਜੀ ਜਾ ਕੇ ਟੈਕਸੀ ਕੀਤੀ ਉੱਥੋਂ ਟੈਕਸੀ ਲਾ ਕੇ ਤਾਂ ਅਸੀਂ ਮੈਨੂੰ ਲਾ 6 ਬਾਰਡਰ ਪਾਰ ਕੀਤੇ ਉਹਨਾਂ ਦੇ 6 ਬਾਰਡਰ ਤੇ ਹਰ ਬਾਰਡਰ ਦੇ ਸਕਿਉਰਟੀ ਆ ਉਹਨਾਂ ਦੀ ਫੁੱਲ ਤੁਹਾਡੇ ਆਈਡੀ ਵੇਅਰ ਚੈੱਕ ਹੁੰਦੇ ਆ ਆਈਡੀ ਕਾਰਡ ਕਿੱਥੇ ਚੱਲੇ ਆ ਕਿੱਥੋਂ ਆਏ ਆ ਕੀ ਕਾਰਨ ਚੱਲੇ ਆ ਤੇ ਤੁਹਾਡੇ ਕੋਲ ਕੰਪਨੀ ਦੀ ਪਰਮਿਸ਼ਨ ਹੈ ਕੁਦਰਤੀ ਭਾਜੀ ਜਿੱਦਾਂ ਰੱਬ ਨੇ ਹੈ ਨਾ ਲੇਖਾਂ ਵਿੱਚ ਪਹਿਲਾਂ ਹੀ ਮੜਾ ਜਾਂ ਕਲੀਅਰ ਕਰਤਾ ਸੀ ਵੀ ਤੁਸੀਂ ਤੁਰੇ ਜਾਣਾ ਅਸੀਂ ਤੁਰੇ ਗਏ ਭਾਜੀ ਕਿਸੇ ਨੇ ਨਹੀਂ ਪੁੱਛਿਆ ਰੋਕਿਆ ਜਰੂਰ ਸਾਨੂੰ ਡਰਾਈਵਰ ਸੀ ਜਾਂ ਟੈਕਸੀ ਲਓ ਦਾ ਕਾਰਡ ਦੇ ਤੇ ਪੁੱਛਦੇ ਸੀ ਕਿੱਥੋਂ ਬੰਦੇ ਆਏ ਕੀ ਕਰਦੇ ਆ ਕਿੱਧਰ ਚੱਲੇ ਆ ਬਸ ਉਹਨੇ ਕਿਹਾ ਵੀ ਸ਼ਹਿਰ ਚੱਲੇ ਆ ਘੁੰਮਣ ਇੱਕ ਦਿਨ ਲਈ ਠੀਕ ਆ ਵੀ ਤਰਾਵਲ ਉਸ ਘੁੰਮਣ ਚੱਲੇ ਆ ਇਹਨਾਂ ਦਾ ਉੱਥੇ ਕੋਈ ਫਰੈਂਡ ਆ ਫਿਰ ਭਾਜੀ ਚੱਲ ਗਏ ਅਸੀਂ ਸਾਨੂੰ ਰਾਤ ਪੈ ਕੇ ਜਾਂਦਿਆਂ ਨੂੰ ਤੇ ਅਸੀਂ ਉਹਨੂੰ ਕਾਲ ਕੀਤੀ ਜਾਂਟ ਨੂੰ ਅਸੀਂ ਉਹਦੀ ਲੋਕੇਸ਼ਨ ਦੇ ਹਿਸਾਬ ਨਾਲ ਪਰ ਮਤਲਬ ਜਿਹੜੀ ਪੁਲਿਸ ਸਖਤਾਈ ਹੈ ਉੱਥੇ ਬਹੁਤ ਜ਼ਿਆਦਾ ਸਿਕਿਉਰਿਟੀ ਹੈ ਸਖਤਾਈ ਹੈ ਭਾਜੀ ਕਿਉਂਕਿ ਉੱਥੇ ਇਹ ਲੀਗਲ ਕੰਮ ਵੀ ਮਤਲਬ ਜਿਹੜੇ ਬਾਰਡਰ ਕਰਾਸ ਕਰਦੇ ਨੇ ਬਹੁਤ ਜ਼ਿਆਦਾ ਆਪਣੇ ਪੰਜਾਬੀ ਮੁੰਡੇ ਜਾਂ ਪਾਕਿਸਤਾਨੀ ਕਰਦੇ ਆ ਅੱਛਾ ਜੀ ਹਾਂ ਜੀ ਉਹ ਫਿਰ ਚੈਕਿੰਗ ਕਰਦੇ ਰਹਿੰਦੇ ਆ ਭਾਈ ਜਲਦੀ-ਵਾਲ ਦੀ ਵੈਸੇ ਵੀ ਉਹਨਾਂ ਦੀ ਜਿਹੜੀ ਗਵਰਨਮੈਂਟ ਆ ਉਹ ਥੋੜੀ ਵਧੀਆ ਆ ਜਿੱਦਾਂ ਬਾਕੀ ਕੰਟਰੀਆਂ ਵਾਂਗੂ ਪਰ ਥੋੜੀ ਸਖਤ ਹੈ ਜਿੱਦਾਂ ਦੁਬਈ ਵਗੈਰਾ ਚ ਹੈ ਨਾ ਉੱਥੇ ਜਦੋਂ ਪਹੁੰਚ ਗਏ ਹਨੇਰਾ ਹੋ ਗਿਆ ਸਾਨੂੰ ਹਨੇਰਾ ਹੋਣ ਦੇ ਉੱਤੇ ਅਸੀਂ ਉਹਨੂੰ ਕਾਲ ਕੀਤੀ ਅਸੀਂ ਯਾਨੀ 50 ਕਿਲੋਮੀਟਰ ਅੱਗੇ ਚੱਲ ਗਏ ਟੈਕਸੀ ਨਾਲ ਲੈ ਕੇ ਅੱਛਾ ਜੀ ਮੇਨ ਮੇਨ ਉਹਦੇ ਚ ਟ੍ਰੈਵਲ ਚਿਪ ਚੱਲ ਗਏ ਅਸੀਂ ਜਿਹੜੀ ਤਲਵੋਲੀ ਉਹਨਾਂ ਦੀ ਮੇਨ ਰਾਜਧਾਨੀ ਆ ਉੱਥੇ ਜਾ ਕੇ ਉਹਨੂੰ ਕਾਲ ਕੀਤੀ ਉਹ ਕਹਿੰਦਾ ਤੁਸੀਂ ਤਾਂ ਬਹੁਤ ਲੌਂਗ ਆ ਗਏ ਆ ਵੀ ਤੁਸੀਂ ਵਾਪਸ ਆਓ ਪਿੱਛੇ ਨੂੰ ਤੇ ਉੱਥੇ ਅਸੀਂ ਵਾਪਸ ਆਏ ਤਾਂ ਉੱਥੇ ਉਹਨੇ ਸਾਨੂੰ ਦੱਸਿਆ ਵੀ ਆਹ ਆਹ ਏਰੀਆ ਦੇ ਵਿੱਚ ਆ ਕੇ ਤੁਸੀਂ ਮੈਨੂੰ ਕਾਲ ਕਰ ਦਿਓ ਅਸੀਂ ਗਏ ਆ ਪਾਜੀ ਇੱਕ ਛੋਟਾ ਜਿਹਾ ਰੂਮ ਸੀਗਾ ਅਸੀਂ ਉਹਦੇ ਬਾਹਰ ਗੱਡੀ ਲਾ ਕੇ ਤਾਂ ਅਸੀਂ ਉਹਨੂੰ ਫੋਨ ਕੀਤਾ ਉਹ ਬਾਹਰ ਆਇਆ ਤਾਂ ਉਹਨੇ ਸਾਡਾ ਵੈਲਕਮ ਕੀਤਾ ਪਾਕਿਸਤਾਨੀ ਏਜੰਟ ਸੀ ਸਿਆਣਾ ਬੰਦਾ ਸੀ ਯਾਨੀ ਏਜ ਦੀ ਹੋਣੀ ਐਮਐਲਏ 60-65 ਸਾਲ ਦੀ ਏਜ ਹੋਣੀ ਆ ਤਾਂ ਜਦੋਂ ਅਸੀਂ ਉਹਦੇ ਅੰਦਰ ਗਏ ਭਾਜੀ ਉਹਨੇ ਇੱਕ ਥੱਲੇ ਕੁਝ ਨਹੀਂ ਸੀ ਉਹਦੇ ਅੰਦਰ ਇੱਕ ਖਾਲੀ ਕਮਰੇ ਵਿੱਚ ਉਹਨੇ ਥੱਲੇ ਗੱਦਾ ਲਾਇਆ ਸੀ ਅਸੀਂ ਗੱਦੇ ਤੇ ਜਾ ਕੇ ਬਹਿ ਗਏ ਭਾਜੀ ਅਸੀਂ ਬਹਿ ਕੇ ਤਾਂ ਅਸੀਂ ਉਹਨਾਂ ਨੇ ਸਾਨੂੰ ਠੰਡਾ ਹੁੰਦਾ ਪਲਾਇਆ ਇੱਕ ਮੁੰਡਾ ਪਹਿਲਾਂ ਸੀ ਉਹਨਾਂ ਦੇ ਕੋਲ ਅੰਮ੍ਰਿਤਸਰ ਏਰੀਆ ਦਾ ਅੱਛਾ ਜੀ ਹਾਂਜੀ ਉਹ ਮੁੰਡਾ ਪਹਿਲਾਂ ਹੀ ਆਇਆ ਸੀ ਕਿਤੇ ਯਾਨੀ ਮਤਲਬ ਉਹਨੇ ਕਿਤੇ ਹੋਰ ਕੰਟਰੀ ਦਾ ਲਾਇਆ ਤੇ ਇਧਰ ਉਹਨੂੰ ਜਿਹੜੇ ਇਧਰ ਉਹਨੂੰ ਲੱਗ ਗਿਆ ਪਤਾ ਵੀ ਇਸ 1700 ਡਾਲਰ ਵਿੱਚ ਕੀ 70 80 ਹਜ਼ਾਰ ਚ ਗੱਲ ਬਣਦੀ ਪਈ ਆ ਉਸ ਵੇਲੇ ਦੇ ਰੇਟ ਦੇ ਹਿਸਾਬ ਨਾਲ ਤੇ ਉਹ ਕਹਿੰਦਾ ਚਲੋ ਇਧਰੋਂ ਅਸੀਂ ਵੀ ਚੱਲ ਜਮਾਂਗੇ ਉਹ ਸਾਡੇ ਤੋਂ ਪਹਿਲਾਂ ਉਹ ਮੁੰਡੇ ਨੇ ਵਿਚਾਰੇ ਸਾਡੀ ਸੇਵਾ ਸੋਗ ਕੀਤੀ ਰੋਟੀ ਪਾਣੀ ਖੁਲਾਇਆ ਤੇ ਸਾਨੂੰ ਏਜੰਟ ਫਿਰ ਦੱਸਦਾ ਅਸੀਂ ਪੁੱਛਿਆ ਵੀ ਕਿੱਦਾਂ ਜਾਣਾ ਕਦੋਂ ਜਾਣਾ ਕੀ ਹਿਸਾਬ套 ਆਇਆ ਉਹਨੇ ਸਾਨੂੰ ਦੱਸਿਆ ਕਿ ਤਾਂ ਤੁਸੀਂ ਕਿਸ਼ਤੀ ਵਿੱਚ ਜਾਣਾ ਆ ਘਬਰਾਉਣ ਦੀ ਕੋਈ ਲੋੜ ਨਹੀਂ ਵੀ ਵੈਦਰ ਹਲੇ ਸਹੀ ਨਹੀਂ ਹੈਗਾ ਜਿੱਦਣ ਵੈਦਰ ਸਹੀ ਹੋ ਗਿਆ ਉਹ ਦਿਨ ਆਪਾਂ ਤੁਹਾਨੂੰ ਚੜਾ ਲਵਾਂਗੇ ਵੀ ਜਲਦੀ ਜਣਾਵਾਂਗੇ ਜਿੰਨੀ ਵੀ ਛੇਤੀ ਹੋ ਸਕੇ ਅਸੀਂ ਭਾਜੀ ਬਲੀਵ ਕੀਤਾ ਉਹਨਾਂ ਦੇ ਉੱਤੇ ਬਲੀਵ ਕਰਕੇ ਤਾਂ ਚਲੋ ਸਾਨੂੰ ਉਹ ਕਹਿੰਦਾ ਵੀ ਇੱਕ ਦਿਨ ਤਾਂ ਤੁਸੀਂ ਇੱਥੇ ਕੱਟੋ ਮੇਰੇ ਕੋਲ ਅਸੀਂ ਉੱਥੇ ਪੈ ਗਏ ਉਹਨੇ ਇੱਕ ਗੱਦਾ ਮਗਾ ਲਿਆ ਹੋਰ ਉੱਥੇ ਥੱਲੇ ਹੀ ਪੈ ਗਏ ਪੈਣ ਤੋਂ ਬਾਅਦ ਭਾਜੀ ਜਿਹੜਾ ਦੂਜਾ ਦਿਨ ਸੀ ਨਾ ਉਹਨੇ ਸਾਨੂੰ ਪਿੱਛੇ ਕੋਦੇ ਜਾੜ ਖਾਲੀ ਪਿਆ ਸੀ ਕਾਫੀ ਵੱਡਾ ਉਹਦੇ ਵਿੱਚ ਥੋੜੀ ਇੱਕ ਸਾਈਡ ਦੇ ਉੱਤੇ ਉਹਨੇ ਉਹ ਰੱਖੀ ਸੀ ਬੱਕਰੀਆਂ ਤੇ ਭੇਡਾਂ ਹੀ ਆ ਜੀ ਇੱਕ ਸਾਈਡ ਦੇ ਉੱਤੇ ਉਹਨੇ ਕੇਵਨ ਬਣਾਉਂਦਾ ਪਿਆ ਸੀ ਉਹਦੇ ਨਾਲ ਇੱਕ ਹੋਰ ਪਾਕਿਸਤਾਨੀ ਸੀ ਬੰਡਾ ਕੰਮ ਕਰਦਾ ਉੱਥੇ ਜੀ ਉਹ ਕੇਵਨ ਤੇ ਉਹਦੇ ਕੰਮਕੁਮ ਕਰਾਉਂਦੇ ਹੁੰਦੇ ਸੀ ਨਾਲ ਜੋ ਵੀ ਕੇਵਨ ਦੇ ਅੰਦਰ ਤਿਆਰੀ ਹੁੰਦੀ ਆ ਉਹ ਖਾਲੀ ਕੇ ਉਹਨਾਂ ਦੇ ਵਿੱਚ ਸਾਨੂੰ ਉਹਨੇ ਭੇਜ ਦਿੱਤਾ ਭਾਜੀ ਉਹ ਜਾੜ ਦੇ ਵਿੱਚ ਸਾਨੂੰ ਤੁਹਾਨੂੰ ਜਿਹੜਾ ਤੁਸੀਂ ਏਜੰਟ ਤੇ ਵਿਸ਼ਵਾਸ ਕੀਤਾ ਇੰਨਾ ਜ਼ਿਆਦਾ ਵੀ ਉਹਦੇ ਕੋਲ ਵੀ ਚੱਲ ਗਏ ਹਨਾ ਜਿੰਨਾ ਸਮਾਂ ਉਹ ਤੁਹਾਨੂੰ ਵਿਸ਼ਵਾਸ ਕਿਵੇਂ ਹੋ ਗਿਆ ਉਹਦੇ ਤੇ ਵੀ ਵਿਸ਼ਵਾਸ ਭਾਜੀ ਉਹ ਜਿਹੜਾ ਪਾਕਿਸਤਾਨੀ ਸੀ ਨਾ ਜਿਹਦੇ ਥਰੂ ਹਾਂਜੀ ਉਸੇ 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 ਏਜੰਟ ਦਾ ਸਾਨੂੰ ਨੰਬਰ ਮਿਲਿਆ ਸੀ ਵੀ ਹਾਂ ਆ ਉਹਦਾ ਹੀ ਨੰਬਰ ਆ ਤੇ ਅਸੀਂ ਭਾਜੀ ਫਿਰ ਅਸੀਂ ਉਹਨਾਂ ਵਿਸ਼ਵਾਸ ਕਰਕੇ ਪਿੱਛੇ ਜਾੜ ਚਲੇ ਅਸੀਂ ਭਾਜੀ ਫਿਰ ਉਹਨੇ ਸਾਨੂੰ ਉੱਥੋਂ ਇੱਕ ਇਹੋ ਜੀ ਮੰਨ ਲਓ ਇੱਕ ਮਨ ਲਓ ਵਾਰਨਿੰਗ ਦੇ ਦਿੱਤੀ ਕਿ ਤੁਸੀਂ ਬਾਹਰ ਨਾ ਆਇਓ ਵੀ ਤੁਹਾਡਾ ਜਿਹੜਾ ਰੋਲਾ ਆ ਨਾ ਉਹ ਮਾਲੋ ਜਦੋਂ ਤੁਸੀਂ ਕੰਪਨੀ ਚੋਂ ਨੱਠੇ ਆਓ ਬਾਹਰ ਪੈ ਜਾਂਦਾ ਪੁਲਿਸ ਵਾਲੇ ਸ਼ਾਇਦ ਤੁਹਾਡੀ ਤਲਾਸ਼ ਕਰਦੇ ਹੋਣ ਕਿਉਂਕਿ ਕੰਪਨੀ ਤਾਂ ਆਲਰੇਡੀ ਤੁਸੀਂ ਨੱਠੇ ਆਏ ਆ ਉਸ ਤੋਂ ਬਾਅਦ ਕੰਪਨੀ ਚ ਰੌਲਾ ਪੈ ਜਾਂਦਾ ਹੁੰਦਾ ਵੀ ਬੰਦੇ ਸਾਨੂੰ ਲੱਭੇ ਨਹੀਂ ਬੰਦੇ ਕਿੱਥੇ ਗਏ ਬੰਦੇ ਡੈਥ ਹੋ ਗਏ ਕੰਪਨੀ ਪ੍ਰੂਫ ਦੇਣੇ ਹੁੰਦੇ ਨਾ ਅਸੀਂ ਭਾਜੀ ਫਿਰ ਡਰਦੇ ਬਾਹਰ ਨਹੀਂ ਨਿਕਲੇ ਸਾਡੇ ਕੋਲ ਪੈਸੇ ਸੀਗੇ ਜਿਹੜੇ ਉਧਰਲੇ ਦਿਨਾ ਦਿਨਾਰ ਸੀਗੇ ਕੋਲ ਸੀਗੇ 17 1700 ਸਾਡਾਤ ਨੂੰ ਹੀ ਲੈ ਲਿਆ ਉਹਨੇ ਸਾਡੇ ਕੋਲ ਤੇ ਅਸੀਂ ਉੱਥੇ ਬੈਠੇ ਭਾਜੀ 15 ਦਿਨ ਗਏ 10 ਦਿਨ ਗਏ ਦੋ ਤਿੰਨ ਦਿਨ ਤਾਂ ਸਾਨੂੰ ਰੋਟੀ ਦਿੰਦਾ ਰਿਹਾ ਵਧੀਆ ਵਧੀਆ ਸਾਨੂੰ ਖਬੂਸ ਵਧੀਆ ਸਬਜੀ ਭੇਜਣੀ ਦੋ ਤਿੰਨ ਦਿਨਾਂ ਤੋਂ ਬਾਅਦ ਭਾਜੀ ਉਹਨੇ ਬੰਦ ਕਰਤੀ ਰੋਟੀ ਦੇਣੀ ਅੱਛਾ ਅਸੀਂ ਇੰਨਾ ਕੁ ਪਰੇਸ਼ਾਨ ਜੇ ਹੋਣ ਲੱਗੇ ਵੀ ਸਾਡੇ ਨਾਲ ਕੁਝ ਮਾੜਾ ਤਾਂ ਨਹੀਂ ਹੋਣ ਲੱਗਾ ਵੀ ਅਸੀਂ ਕੋਈ ਗਲਤ ਨਹੀਂ ਸਟੈਪ ਚੱਕ ਲਿਆ ਪਰ ਕ੍ਰੇਸੀ ਮੰਨ ਦੇ ਵਿੱਚ ਭਾਜੀ ਵੀ ਇਟਲੀ ਦੀਦਾ ਸੀ ਵੀਟਲੀ ਜਾਣਾ ਬਸ ਜੋ ਕੁਝ ਮਾਰੀਓ ਵੀ ਉਸ ਟਾਈਮ ਵੀ ਇਟਲੀ ਤੁਹਾਨੂੰ ਕੀ ਲੱਗਦਾ ਸੀ ਵੀਟਲੀ ਕੀ ਆ ਚੀਜ਼ ਇਟਲੀ ਭਾਜੀ ਇਹ ਸੀਗਾ ਸਾਨੂੰ ਉਸ ਟਾਈਮ ਵੀ ਸਾਡੀ ਉੱਥੇ ਜਾ ਕੇ ਆਪਣੀ ਤਾਂ ਸੈਟਿੰਗ ਹੋਣੀ ਹੋਣੀ ਸਾਡੇ ਪਰਿਵਾਰਾਂ ਦੀ ਸੈਟਿੰਗ ਹੋ ਜਾਣੀ ਆ ਅਸੀਂ ਅੱਜ ਥੋੜੇ ਚਿਰਾਂ ਬਾਅਦ ਸਾਲ 2 ਸਾਲ 3 ਸਾਲਾਂ ਨੂੰ ਅਸੀਂ ਆਪਣੇ ਪਰਿਵਾਰਾਂ ਨੂੰ ਬੁਲਾ ਸਕਦੇ ਹਾਂ ਇਨਕਮ ਵਧੀਆ ਹੋ ਜਾਊਗੀ ਚਲੋ ਪਰਿਵਾਰ ਦਾ ਜਿਹੜਾ ਘਰ ਦਾ ਮਾਹੌਲ ਆ ਜਾਂ ਘਰ ਦੀ ਜੋੜੀ ਸਥਿਤੀ ਹੈ ਨਾ ਥੋੜੀ ਵਧੀਆ ਹੋ ਜਾਊਗੀ ਅਸੀਂ ਇਹ ਸੋਚ ਲੈ ਕੇ ਤੁਰੇ ਸੀ ਵੀ ਚਲੋ ਇੱਕ ਵਧੀਆ ਕੰਟਰੀ ਵਿੱਚ ਸੈਟਲ ਹੋ ਜਾਊਗੀ ਇੱਥੇ ਉਹ ਹੀ 1 ਜਿਆ ਰਕਣਾ ਕਿਥੋਂ ਤੱਕ ਪੈਸੇ ਤੱਕ ਨਹੀਂ ਜਾਂਦੇ ਜਿੰਦਿਆ ਸਾਡੇ ਹਨ ਅਸੀਂ ਆ ਤਾਂ ਗਏ ਆ ਉਹ ਜਾਣਦਾ ਵੀ ਕੋਈ ਛੁੱਟੀ ਛਾਟੀ ਦਾ ਕੋਈ ਚਾਂਸ ਨਹੀਂ ਫਿਰ ਭਾਈ ਉਹਨਾਂ ਨੇ ਸਾਨੂੰ ਉਹਨੇ ਉੱਥੇ 15 ਦਿਨ ਇਹ ਖਰਾਬ ਕੀਤੇ 15 ਦਿਨ ਤੋਂ ਬਾਅਦ ਰੋਟੀ ਦੇਣ ਦਾ ਹਨ 5-7 ਦਿਨ ਇੱਦੀ ਲੰਘਦੇ 15 ਦਿਨ ਹੌਲੀ ਹੌਲੀ ਰੋਟੀ ਘਟਾਤੀ ਸਾਡੀ ਅੱਛਾ ਚਲੋ ਅਸੀਂ ਭਾਈ ਫਿਰ ਥੋੜੇ ਆ ਫੇਮਤੀ ਜੇ ਸੀਗੇ ਥੋੜੇ ਉਹ ਮੁੰਡਾ ਬਾਹਰ ਅੰਦਰ ਜਾਂਦਾ ਸੀ ਉਹਨੂੰ ਪੈਸੇ ਦੇ ਦੇਣੇ ਸੀ ਕਿਉਂਕਿ ਉਹ ਬਿਲਾ ਅੰਮ੍ਰਿਤਸਰ ਵਾਲਾ ਮੁੰਡਾ ਸੀ ਉਹਨਾਂ ਟੱਚ ਸੀਗਾ ਹਾਂ ਹਾਂ ਉਹ ਜਦੋਂ ਬਾਹਰ ਅੰਦਰ ਜਾਂਦਾ ਸੀ ਕੋਈ ਵੀ ਰੋਟੀ ਪਾਣੀ ਬਣਾਉਣ ਜਾਂਦਾ ਸੀ ਉਹਨੂੰ ਪੈਸੇ ਦੇਣੇ ਸਾਡੇ ਲਈ ਖਾਣ ਨੂੰ ਕੁਝ ਲਿਆਈ। ਭਾਜੀ ਮਹੀਨਾ ਸੀ ਐਦਾਂ ਹੀ ਸ਼ੁਰੂ ਕਰਕੇ ਨਾ ਐਦਾਂ ਆਪਣਾ ਖਾਣਾ ਪੀਣਾ ਸ਼ੁਰੂ ਕਰ ਦਿੱਤਾ। ਖਾਣੇ ਪੀਣੇ ਤੋਂ ਬਾਅਦ ਸਾਡਾ ਹੌਲੀ-ਹੌਲੀ ਪੈਸੇ ਵੀ ਘਟਦੇ ਗਏ ਸਾਰੇ ਕੋ ਪੈਸੇ ਸਾਡੇ ਕੋ ਸੀਗੇ ਪਰ ਖਾਣੇ ਦਾ ਖਰਚਾ ਉੱਥੇ ਜਾਇਜ ਹੈ ਨਾ ਜਾਇਜ ਨਹੀਂ ਹੈਗਾ। ਮੰਨ ਲਓ ਥੋੜੇ ਜਿਹੇ ਪੈਸੇ ਸੀ ਅਸੀਂ ਵਧੀਆ ਕਾਪੀ ਸਾਡੇ। ਪਾਜੀ ਦੂਜਾ ਮਹੀਨਾ ਆ ਗਿਆ ਦੂਜੇ ਮਹੀਨੇ ਚ ਵੀ ਉਹਨੇ ਸਾਨੂੰ ਆਹੀ ਲਾਰਾ ਲਈ ਰੱਖਿਆ ਅਸੀਂ ਉਹਨੂੰ ਕਾਲ ਵੀ ਕਰਨੀ ਉੱਥੇ ਕਈ ਵਾਰ ਇੱਕ ਮੁੰਡੇ ਖਾਣ ਨੂੰ ਕੀ ਕੀ ਦਿੰਦਾ ਸੀ ਵੇਹੇ ਫਿਰ ਅੰਦਰ ਅੰਦਰ ਕੌਣ ਦੇ ਜਾਂਦਾ ਸੀ ਫਿਰ ਉਹੀ ਮੁੰਡਾ ਪਾਜੀ ਉਹ ਜਿਹੜੇ ਖਬੂਸ ਮਿਲਦੇ ਆ ਉੱਥੇ ਉਹ ਲੰਬੇ ਲੰਬੇ ਖਬੂਸ ਬ੍ਰੈਡ ਵਰਗੇ ਹੁੰਦੇ ਆ ਤੇ ਉਹਨੂੰ ਉਹ ਲੈ ਕੇ ਆਉਣਾ ਹੁੰਦਾ ਸੀ ਨਾਲ ਉਹਨੇ ਮਕਰੋਨੀ ਲਿਆਉਣੀ ਜਾਂ ਕਦੇ ਕੋਈ ਸਬਜ਼ੀ ਚੱਕ ਲੈ ਆਉਣੀ ਉਨੇ ਜਿਹਦਾ ਆਪਣੀ ਉਥੇ ਉਹਨੂੰ ਬਣਾ ਕੇ ਦੇਣ ਯਾਂਟ ਨੇ ਉਹਦੇ ਨਾਲੇ ਸਾਡੇ ਹੀ ਬਣਾ ਕੇ ਉਹ ਬਾਹਰ ਅੰਦਰ ਜਾਂਦਾ ਸੀ ਉਹ ਬਾਹਰ ਅੰਦਰ ਜਾਂਦਾ ਸੀ ਉਹਨੂੰ ਥੋੜੀ ਜਿਹਾ ਉਹਨੂੰ ਇਹ ਸੀਗਾ ਕਿ ਉਹ ਉਹ ਕਿਸੇ ਕੰਪਨੀ ਚ ਜਿਹੜੀ ਚੋ ਵੀ ਆਇਆ ਹੋਣਾ ਨਾ ਉਹ ਕਿਸੇ ਤਰੀਕੇ ਨਾਲ ਜਾਂ ਕਿਤੇ ਹੋਰ ਹੋਰ ਢੰਗ ਨਾਲ ਉਹ ਉੱਥੇ ਪਹੁੰਚਿਆ ਸੀ ਜਿਹਦੇ ਕਰਕੇ ਉਹਨੂੰ ਕੋਈ ਡਰ ਨਹੀਂ ਸੀ ਸਾਡਾ ਡਰ ਇਹ ਸੀ ਸਾਨੂੰ ਕਿਤੇ ਪੁਲਿਸ ਪੁਲਿਸ ਲੱਭਦੀ ਨਾ ਹੋਵੇ ਵੀ ਤੁਸੀਂ ਦੋ ਨੰਬਰ ਚ ਨੱਠਿਓ ਹਲੇ ਤੱਕ ਕੰਪਨੀ ਚ ਵਾਪਸ ਕਿਉਂ ਨਹੀਂ ਗਏ ਜੀ ਜੀ ਤੁਸੀਂ ਛੁੱਟੀਆਂ ਮਨਾ ਕੇ ਵਾਪਸ ਕਿਉਂ ਨਹੀਂ ਮੁੜੇ ਨਾ ਜੀ ਫਿਰ ਪਾਜੀ ਅਸੀਂ ਉਹਨੂੰ ਸਾਨੂੰ ਨਾ ਇੱਕ ਲਾਰੇ ਲਾ ਕੇ ਅਸੀਂ ਉਹਨੂੰ ਫੋਲੋ ਕਰਕੇ ਪ ਕੋਲ ਸੈਟ ਨਹੀਂ ਹੈਗਾ ਸਮੁੰਦਰ ਬਹੁਤ ਜ਼ਿਆਦਾ ਖਰਾਬ ਆ ਸਾਡੇ ਲਿੰਕ ਸ਼ਿਪ ਵਾਲਿਆਂ ਹੁੰਦੇ ਰਹਿੰਦੇ ਆ ਰੋਜ਼ ਉਹ ਕਹਿੰਦੇ ਹਲੇ ਸੈਟਿੰਗ ਨਹੀਂ ਹੈ ਜਦੋਂ ਸੈਟਿੰਗ ਢਾਈ ਮਹੀਨੇ ਬਾਜੀ ਇੱਦੀ ਗਿਜ਼ਾਰਤੇ ਉਹਨੇ ਹੂੰ ਢਾਈ ਮਹੀਨੇ ਦੇ ਬਾਅਦ ਭਾਜੀ ਸਾਡਾ ਜਦੋਂ ਤੁਸੀਂ ਢਾਈ ਮਹੀਨੇ ਉੱਥੇ ਰਹੇ ਆ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਬੰਦਾ ਹਫ਼ਤੇ ਦੋ ਹਫ਼ਤੇ ਬਾਅਦ ਜਾਂ ਮਹੀਨੇ ਬਾਅਦ ਹੀ ਬੰਦੇ ਦਾ ਮਨ ਡੋਲ ਜਾਂਦਾ ਕਿ ਮੇਰ ਨਾਲ ਹੋਏ ਕਿ ਜਾਂਦਾ ਕਮਰੇ ਚ ਬੰਦਿਆ ਸੀ ਤੁਹਾਡਾ ਇਹ ਜੀ ਕਿਹੜੀ ਸ਼ਕਤੀ ਸੀ ਵੀ ਤੁਸੀਂ ਆਪਣੇ ਮਨ ਨੂੰ ਸਮਝਾ ਕੇ ਰੱਖਿਆ ਵੀ ਢਾਈ ਮਹੀਨੇ ਵੀ ਨਹੀਂ ਵੀ ਇਹ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਗੱਲ ਹੋ ਸੀਗੀ ਉਸ ਟਾਈਮ ਓਹ ਭਾਜੀ ਆਸ ਇੱਕ ਆਸ ਸੀਗੀ ਨਾ ਜਿੱਦਾਂ ਮੁੰਡੇ ਉਹ ਵੀ ਦੱਸਦੇ ਸੀ ਸਾਨੂੰ ਜਿਹੜਾ ਪਹਿਲਾਂ ਕਿ ਉਹ ਵੀ ਕਹਿੰਦੇ ਸੀ ਅਸੀਂ 2 ਬੀ ਮਹੀਨਾ ਕਿ ਅਸੀਂ ਬੈਠ ਕੇ ਗਏ ਆ ਉਹਦੇ ਕੋਲ ਵੀ ਸਾਨੂੰ ਤੰਗੀਆਂ ਤਾਂ ਸਾਨੂੰ ਵੀ ਆਈਆਂ ਵੀ ਤੁਸੀਂ ਘਬਰਾਇਓ ਨਾ ਵੀ ਪੈਸੇ ਚਾਰ ਵੱਧ ਨਾਲ ਲੈ ਕੇ ਆਇਓ ਵੀ ਕਈ ਵਾਰ ਲੌਂਗ ਟਾਈਮ ਵੀ ਲੱਗ ਜਾਂਦਾ ਤੇ ਕਈ ਵਾਰ ਤਾਂ ਭਾਜੀ ਇਦਾਂ ਇਦਾਂ ਨਹੀਂ ਵੀ ਮੁੰਡਿਆਂ ਦੀ ਗੱਲਾਂ ਸੁਣੀਆਂ ਸੀ ਵੀ ਅੱਜ ਹੀ ਗਏ ਆ ਸਵੇਰੇ ਉਹ ਪਹੁੰਚ ਗਏ ਅੱਛਾ ਜੀ ਹਾਂ ਜੀ ਉਹ ਤਾਂ ਸਾਨੂੰ ਵੀ ਉਹੀ ਸੀਗੀ ਉਮੀਦ ਸੀ ਨਾ ਅਸੀਂ ਹੁਣ ਪਿੱਛੇ ਜਾਣ ਜੋਗੇ ਰਹੇ ਨਹੀਂ ਸੀ ਭਾਜੀ ਬਿਲਕੁਲ ਪਿੱਛੇ ਜਾਂਦੇ ਸੀ ਤਾਂ ਕੰਪਨੀ ਦਾ ਕੋਈ ਐਕਸ਼ਨ ਸੀਗਾ ਸਾਨੂੰ ਰਿਪੋਰਟ ਮਾੰਦਾ ਸੀ ਚੱਕ ਕੇ ਉਹਨ ਸਾਤਾਉ ਜ਼ਰਨਾ ਜੀ ਤੇ ਅਸੀਂ ਨੱਠੇ ਵੀ ਲੀਗਲ ਹੋ ਕੇ ਸੀ ਮੰਨ ਲਓ ਜੇ ਲੀਗਲ ਨੱਠੇ ਹੁੰਦੇ ਫੇਰ ਗੱਲ ਹੋਰ ਸੀ ਹਾਂ ਹਾਂ ਤੇ ਭਾਜੀ ਉਹੀ ਇੱਕ ਮੰਦੇ ਵਿੱਚ ਇਹ ਬਣਿਆ ਸੀ ਸਾਡੇ ਵਿਸ਼ਵਾਸ ਵੀ ਸਾਨੂੰ ਇਟਲੀ ਦਿਸਦੀ ਸੀ ਭਾਜੀ ਹੋਰ ਕੋਈ ਗੱਲ ਨਹੀਂ ਸੀ ਵੀ ਅਸੀਂ ਉੱਥੇ ਜਾਣਾ ਹੀ ਹੁਣ ਹੁਣ ਜਦ ਪੈਰ ਸਟੈਪ ਚੱਕੇ ਲਿਆ ਬਸ ਉਸੇ ਉਸੇ ਸਾਨੂੰ ਹੌਸਲੇ ਨੇ ਸਾਨੂੰ ਬਣਾ ਕੇ ਰੱਖਿਆ ਉੱਥੇ 2 2.5 ਮਹੀਨੇ ਜਿਹੜੇ ਕੱਟੇ ਉਹਦੇ ਕੋਲ ਫਿਰ ਭਾਜੀ 2 2.5 ਮਹੀਨਿਆਂ ਬਾਅਦ ਉਹਨੇ ਸਾਨੂੰ ਏਜੰਟ ਨੇ ਸਾਨੂੰ ਕਾਲ ਕੀਤੀ ਵੀ ਤੁਸੀਂ ਅੱਜ ਰੈਡੀ ਹੋ ਜਾਓ ਹਾਂ ਰੈਡੀ ਹੋ ਜਾਓ ਵੀ ਤੁਹਾਡੀ ਅੱਜ ਅਸੀਂ ਤੁਹਾਨੂੰ ਵੀ ਭੇਜਣਾ ਆ ਸਾਨੂੰ ਭਾਜੀ ਬੜੀ ਖੁਸ਼ੀ ਹੋਈ ਵੀ ਲੈ ਵੀ ਅੱਜ ਅਸੀਂ ਚੱਲ ਜਾਣਾ ਵੀ ਚਲੋ ਪਰਮਾਤਮਾ ਦਾ ਸ਼ੁਕਰ ਵੀ ਆ ਅਸੀਂ ਦਿੱਲੀ ਭਾਜੀ ਸਵੇਰ ਸ਼ਾਮ ਪਾਠ ਵੀ ਕਰਦੇ ਸੀ ਉੱਥੇ ਜਦੋਂ ਵੀ ਟਾਈਮ ਮਿਲਦਾ ਸੀ ਦਿਹਾੜੀ ਦੇ ਵਿੱਚ ਤਾਂ ਵਾਈਗੁਰ ਦਾ ਨਾਮ ਜਰੂਰ ਲੈਂਦੇ ਸੀ ਕਿ ਵਾਈਗੁਰ ਐਡੇ ਵੱਡੇ ਸਮੁੰਦਰ 'ਚ ਜਾਣਾ ਸੀ ਪਹਿਲੀ ਵਾਰ ਚੱਲੇ ਆ ਤਾਂ ਸਾਨੂੰ ਕੁਝ ਪਤਾ ਵੀ ਨਹੀਂ ਵੀ ਤੁਹਾਨੂੰ ਸਮੁੰਦਰ ਬਾਰੇ ਕੁਝ ਨਹੀਂ ਸੀ ਪਤਾ ਵੀ ਕੋਈ ਨੌਲੇਜ ਨਹੀਂ ਸੀ ਭਾਜੀ ਕੋਈ ਨੌਲੇਜ ਨਹੀਂ ਸੀ ਕਦੇ ਸਮੁੰਦਰ 'ਚ ਗਏ ਨਹੀਂ ਭਾਜੀ ਫਸਟ ਟਾਈਮ ਉਸ ਸਮੁੰਦਰ ਵਿੱਚ ਗਏ ਹਾਂ ਕਦੇ ਕਿਸੇ ਇੱਥੇ ਘੁੰਮਣ ਫੇਨ ਵੀ ਨਹੀਂ ਕਦੇ ਕਿਤੇ ਆਪਾਂ ਛੋਟੇ-ਮੋਟੇ ਇੱਦੇ ਲੱਗ ਮੱਟ ਮੋਟੇ ਦਰਿਆ ਦੇਖਿਓ ਸੀ ਪੰਜਾਬ ਦੇ ਵਿੱਚ ਪਰ ਸਮੁੰਦਰ ਦਾ ਤਾਂ ਪਹਿਲੀ ਵਾਰ ਅਸੀਂ ਦ੍ਰਿਸ਼ ਦੇਖਿਆ ਸੀ ਹਾਂ ਜਦੋਂ ਭਾਜੀ ਅਸੀਂ ਫਿਰ ਉਹਨੇ ਸਾਨੂੰ ਰਾਤ ਨੂੰ ਕਾਲ ਕੀਤੀ ਵੀ ਤੁਸੀਂ ਰੈਡੀ ਹੋ ਜਾਓ 7 ਵਜੇ ਕਾਰਾਂ ਆਈਆਂ ਦੋ ਹਾਂ ਉਹ ਦੋ ਕਾਰਾਂ ਵਿੱਚ ਇੱਕ ਚ ਉਹ ਕੱਲਾ ਬੈਠਾ ਹਾਂ ਬਾਕੀ ਸਾਨੂੰ ਅਸੀਂ ਚਾਰੇ ਜਾਣੇ ਸਾਨੂੰ ਉਹ ਚ ਬਿਠਾਤਾ ਉਹਨੇ ਹਾਂ ਸਾਨੂੰ ਉਹ ਮੁੰਡਾ ਉਹ ਵੀ ਨਾਲ ਹੀ ਗਿਆ ਮੇਰੇ ਸਰਾਲਾ ਵੀ ਸਾਨੂੰ ਉਹ ਚਾਰਿਆਂ ਨੂੰ ਸਾਨੂੰ ਲੈ ਕੇ ਉਹ ਫਿਰ ਭਾਜੀ ਸਮੁੰਦਰ ਦੇ ਕੰਢੇ ਹਨਾ ਹਾਂ ਛੋਟੇ ਛੋਟੇ ਇਦਾਂ ਜਿੱਦਾਂ ਆਪਾਂ ਮੋਟਰਾਂ ਦੇ ਉੱਤੇ ਕਮਰੇ ਪਾਏ ਹੁੰਦੇ ਏਦਾਂ ਉਹਨੇ 10-12 ਕਮਰੇ ਪਾਇਓ ਸੀ ਸਮੁੰਦਰ ਉੱਥੋਂ ਮੰਨ ਲਓ ਤੁਸੀਂ ਲਾ ਲਓ ਕਿ 500 ਮੀਟਰ ਦੀ ਦੂਰੀ ਤੇ ਹੀ ਸਾਨੂੰ ਆਵਾਜ਼ਾਂ ਸੁਣਦੀ ਆਉਂਦੀਆਂ ਹੁੰਦੀਆਂ ਸਮੁੰਦਰ ਦੇ ਪਾਣੀ ਦੀਆਂ ਜੀ ਤੇ ਉੱਥੇ ਸਾਨੂੰ ਲਿਜਾ ਕੇ ਉਹਨੇ ਸਾਨੂੰ ਉਤਾਰ ਦਿੱਤਾ ਉਹ ਸਾਨੂੰ ਉਤਾਰਿਆ ਉਹਨੇ ਇੱਕ ਪੁਲਿਸ ਵਾਲੇ ਦੇ ਅੰਡਰ ਹਾਂ ਯਾਨੀ ਹਾਂ ਜੀ ਉੱਥੇ ਦਾ ਪੁਲਿਸ ਦਾ ਉਹ ਇੰਚਾਰਜ ਸੀ ਸਤਾਰ ਸੀਗਾ ਹਾਂ ਉਹ ਜਿੱਦਾਂ ਮਤਲਬ ਸਾਡੇ ਕੋਲ ਫੇ ਆਇਆ ਉਹਨੇ ਉੱਥੇ ਛੱਡ ਕੇ ਉਹ ਚੱਲ ਗਿਆ ਉਹ ਕਹਿੰਦਾ ਮੇਰਾ ਕੰਮ ਇੱਥਾ ਕਿਹਨੇ ਤੁਹਾਨੂੰ ਲੈ ਕੇ ਜਾਣਾ ਹੂੰ ਉੱਥੇ ਜਦ ਅਸੀਂ ਅੰਦਰ ਗਏ ਤਾਂ ਉੱਥੇ ਹੋਰ ਵੀ ਜਿੱਦਾਂ ਮਤਲਬ ਹੋਰ ਕੰਟਰੀਆਂ ਦੇ ਬੰਦੇ ਵੀ ਹੂੰ ਸਿਗੇ ਵਿੱਚ ਕਾਲੇ ਵੀ ਸੀ ਗੋਰੇ ਵੀ ਸੀ ਛੱਲੀ ਵੀਨ ਉੱਥੇ ਵੀ ਜਿਹੜੇ ਜਾਣੇ ਵਾਲੇ ਮਤਲਬ ਪੁਲਿਸ ਦੀ ਵੀ ਮਿਲਿ ਭਗਤ ਸੀ ਉਸ ਟਾਈਮ ਪੂਰੀ ਪੂਰੀ ਭਾਜੀ ਉਹ ਤਾਂ ਮਿਲਿ ਭਗਤ ਤੋਂ ਬਿਨਾ ਕੰਮ ਹੁੰਦਾ ਨਹੀਂ ਕੋਈ ਵੀ ਕਿਉਂਕਿ ਇਹ ਸਮੁੰਦਰ ਦੇ ਵਿੱਚ ਤਾਂ ਭਾਜੀ ਦੇ ਲੋ ਚਿੜੀ ਨਹੀਂ ਪਰ ਮਾਰ ਸਕਦੀ ਬਿਲਕੁਲ ਤੇ ਉਹ ਐਡੀ ਐਡੀ ਕਿਸ਼ਤੀਆਂ ਕ੍ਰੋਸ ਹੁੰਦੀਆਂ ਇੰਨੇ ਬੰਦੇ ਲੈ ਕੇ ਹੂੰ ਤਾਂ ਉਹਨੇ ਭਾਈ ਸਾਨੂੰ ਸ਼ਾਮ ਨੂੰ ਆਇਆ ਤਾਂ ਅਸੀਂ ਉਹਨੇ ਸਾਨੂੰ ਦੱਸਿਆ ਕਿ ਤੁਸੀਂ ਇੱਥੇ ਰਹਿਣਾ ਆ ਜੀ ਵੀ ਜਦੋਂ ਵੀ ਸਮੁੰਦਰ ਸਹੀ ਹੁੰਦਾ ਮੈਂ ਤੁਹਾਨੂੰ ਤੋੜ ਦੇਣਾ ਹਾਂ ਠੀਕ ਆ ਵੀ ਮੇਰੀ ਉੱਪਰ ਗੱਲਬਾਤ ਹੋ ਗਈ ਆ ਪੂਰੀ ਸਾਰੀ ਗੱਲਬਾਤ ਤੁਹਾਡੀਆਂ ਤਿਆਰੀਆਂ ਚੱਲ ਰਹੀਆਂ ਕਿਸ਼ਤੀ ਤੁਹਾਡੇ ਲੈ ਰਹੇ ਆ ਅਸੀਂ ਜਿਹੜੀ ਚ ਤੁਸੀਂ ਜਾਣਾ ਆ ਅਸੀਂ ਚਲੋ ਜੀ ਭਾਈ ਉੱਥੇ ਹੋਰ ਅੰਦਰ ਬੈਠੇ ਸੀ ਉਹਨਾਂ ਨੂੰ ਵੀ ਇਹੀ ਗੱਲ ਕਹੀ ਸੀ ਉਹਨਾਂ ਤੋਂ ਗੱਲਬਾਤ ਕਰਦੇ ਚਲੋ ਸ਼ਾਮ ਨੂੰ ਇਕੱਠੇ ਵੀ ਹੋ ਜਾਣਾ ਜੀ 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 ਉਹਨੇ ਭਾਜੀ ਪੰਜ ਉਹਨੇ ਪੰਜ ਚਾਰ ਤੱਕ ਕੀ ਉਹਨੇ ਸਾਨੂੰ ਇੱਕ ਦਿਨ ਹੀ ਰੋਟੀ ਮੱਸੀ ਦਿੱਤੀ ਹਾਂ ਹਾਂ ਉਹ ਕਹਿੰਦਾ ਵੀ ਮੇਰੇ ਤੋਂ ਕੁਝ ਵੀ ਹੈ ਨਹੀਂ ਤੇ ਮੈਂ ਨਹੀਂ ਤੁਹਾਨੂੰ ਕੁਝ ਦੇ ਸਕਦਾ ਸੀ ਕਿ ਅਸੀਂ ਤਾਂ ਇਦਾਂ ਭੁੱਖੇ ਮਰ ਜਣਾ ਸੀ ਰੋਟੀ ਕਿੱਥੋਂ ਖਾਣੀ ਸਾਡੇ ਤੋਂ ਪੈਸੇ ਹੈ ਨਹੀਂ ਬਿਲਕੁਲ ਚਲੋ ਜੋ ਜਿਹੜੇ ਮਾੜੇ ਮੋਟੇ ਪੈਸੇ ਸੀ ਅਸੀਂ ਉਹਦੇ ਨਾਲ ਥੋੜਾ ਥੋੜਾ ਹੀ ਨਾ ਗੁਜ਼ਾਰਾ ਕੀਤਾ ਉੱਥੇ ਵੀ ਕਿ ਯਾਰ ਕੰਨ ਤੋਂ ਬਾਅਦ ਭਾਜੀ ਸਾਨੂੰ ਹਨਾ ਉਹਨੇ ਉਹਦਾ ਇੱਕ ਬ੍ਰਦਰ ਸੀ ਪੁਲਿਸ ਵਾਲੇ ਦਾ ਉਹਦੇ ਉਹਨੇ ਇੱਕ ਬਾਹਰ ਸ਼ਾਪ ਪਾਈ ਹੋ ਸੀਗੀ ਇਦਾਂ ਜਿੱਦਾਂ ਆਪਣੇ ਕਰੀਆਨੇ ਦੀ ਸ਼ਾਪ ਆਇਆ ਉਹ ਉਹਦਾ ਥੋੜਾ ਜਿਦਾ ਜਿਦਾ ਨਰਮਾਈ ਦਿਲ ਸੀ ਉਹਨੇ ਸਾਨੂੰ ਉਹਨਾਂ ਸਾਡਾ ਉਹ ਅੰਦਰ ਆਉਂਦਾ ਹੁੰਦਾ ਸੀ ਘੁੰਮਣ ਫੈਨ ਸਾਡੀ ਉਹਨਾਂ ਗੱਲਬਾਤ ਹੁੰਦੀ ਰਹੀ ਉਹਨੂੰ ਅਸੀਂ ਅਰਬੀ ਚ ਮਾੜਾ ਮੋਟਾ ਸਮਝਾਉਂਦੇ ਰਹੇ ਉਹ ਸਾਡੀ ਗੱਲ ਸਮਝਦਾ ਰਿਹਾ ਜੀ ਉਹਨੇ ਭਾਈ ਸਾਡੀ ਹੈਲਪ ਕਰਨੀ ਸ਼ੁਰੂ ਕਰ ਦਿੱਤੀ ਉਹ ਕਹਿੰਦਾ ਵੀ ਮੇਰੇ ਬ੍ਰਦਰ ਨੂੰ ਨਾ ਦੱਸਿਓ ਵੀ ਮੈਂ ਤੁਹਾਨੂੰ ਖਾਣ ਪੀਣ ਨੂੰ ਸਮਾਨ ਦੇਈ ਜਾਊਂਗਾ ਉਹਨੇ ਭਾਈ ਸਾਨੂੰ ਮਕਰੋਨੀ ਲਿਆ ਕੇ ਦੇਣੀ ਇਸਨਾਂ ਤੁਹਾਡੇ ਕੋ ਪੈਸੇ ਸੀਗੇ ਮਤਲਬ ਵੇਟ ਪੈਸੇ ਭਾਜੀ ਬਹੁਤ ਜ਼ਿਆਦਾ ਘੱਟ ਰਹੇਗੇ ਸੀਗੇ ਥੋੜੇ ਬਹੁਤੇ ਸੀਗੇ ਉਹ ਪਰ ਇਦਾਂ ਸੀ ਅਸੀਂ ਡਾਲਰਾਂ ਚ ਕਨਵਰਟ ਕਰਾਇਆ ਸੀ ਲਕੋਇਆ ਸੀ ਆਪਣੇ ਪੈਸੇ ਉਹ ਕਨਵਰਟ ਵੀ ਸਾਨੂੰ ਜੇ ਇਟਲੀ ਪਹੁੰਚ ਗਏ ਘਰ ਨੂੰ ਫੋਨ ਕਰਨੇ ਆ ਹਨਾ ਘਰ ਦੇ ਨੂੰ ਦੱਸ ਦਵਾਂਗੇ ਸਹੀ ਸਲਾਮ ਪਹੁੰਚ ਗਿਆ ਕੋਈ ਚੀਜ਼ ਲੈਣੀ ਪੈ ਗਈ ਹੈ ਨਾ ਉਹ ਪਹਿਲੇ ਅਰੇਂਜਮੈਂਟ ਕਰਕੇ ਤੁਰੇ ਜਿਹੜਾ ਆ ਇਹਦਾ ਭਰਾ ਸੀਗਾ ਪੈਸੇ ਲੈ ਕੇ ਦਿੰਦਾ ਦਿੰਦਾ ਸੀਗਾ ਨਹੀਂ ਇਹ ਫ੍ਰੀ ਸੀ ਭਾਜੀ ਉਹਨੂੰ ਅਸੀਂ ਦੱਸਿਆ ਨਹੀਂ ਵੀ ਸਾਡੇ ਕੋ ਪੈਸੇ ਹੈਗੇ ਆ ਜਾਂ ਨਹੀਂ ਹੈਗੇ ਉਹਨੇ ਭਾਜੀ ਫਿਰ ਸਾਡੀ ਜਿੱਦਾਂ ਸਾਨੂੰ ਮਕਰੋਨੀ ਦੇ ਦੇਣੀ ਮਕਰੋਨੀ ਭਾਜੀ ਅਸੀਂ ਪਾਣੀ ਉਹਨਾਂ ਵਾਲਕੇ ਮੜਾ ਮੋਟਾ ਲੂਣ ਪਾ ਕੇ ਉਹ ਮਕਰੂਨੀ ਦੇ ਵਿੱਚ ਉਹ ਬਰੈਡ ਭੇਕੇ ਬਸ ਭਾਜੀ ਉਹਨੇ ਦੋ ਟਾਈਮ ਗੁਜ਼ਾਰਾ ਕਰਦੇ ਰਹੇ। ਏਦਾਂ ਭਾਜੀ ਦਿਹਲੀ ਅਕੀ ਮਕਰੂਨੀ ਖਾਣੀ ਕਦੇ-ਕਦੇ ਉਹਨੇ ਇੱਕ ਦੋ ਆਲੂ ਸਾਨੂੰ ਦੇ ਦੇਣੇ ਉਹ ਅਸੀਂ ਵਿੱਚ ਕੱਟ ਕੇ ਪਾ ਲੈਣੇ ਆ ਤੇ ਭਾਜੀ ਉਹੀ ਸਾਡੇ ਉੱਥੇ ਮਹੀਨਾ ਸਵਾ ਮਹੀਨਾ ਉਹ ਨਗਾਤਾ ਉਹਨੇ। ਅੱਛਾ ਸਵਾ ਮਹੀਨਾ ਕਲ ਗਿਆ। ਹਾਂਜੀ ਸਵਾ ਮਹੀਨਾ ਉਹ ਨਗਾਤਾ ਸਵਾ ਮਹੀਨਾ ਡੇਢ ਮਹੀਨਾ ਤੁਸੀਂ ਰੱਖ ਲਓ ਡੇਢ ਮਹੀਨਾ ਹੋ ਹੀ ਗਿਆ ਸੀ 20 ਦਿਨ ਹੋ ਗਏ ਸੀਗੇ। 20 ਦਿਨਾਂ ਤੋਂ ਇੱਕ ਮਹੀਨਾ 20 ਦਿਨ ਤੋਂ ਬਾਅਦ ਸਾਨੂੰ ਫਿਰ ਉਹ ਪੁਲਿਸ ਵਾਲੇ ਨੇ ਰਾਤ ਨੂੰ ਸਾਰਿਆਂ ਨੂੰ ਆ ਕੇ ਕਹਿ ਗਿਆ ਕਿ ਅੱਜ ਤੁਸੀਂ ਜਾਣਾ ਆ। ਹਾਂ। ਠੀਕ ਆ ਅੱਜ ਤੁਸੀਂ ਨਿਕਲ ਜਾਣਾ ਇੱਥੋਂ ਵੀ ਹੁਣ ਸਮੁੰਦਰ ਦਾ ਬਿਲਕੁਲ ਟਾਈਮਿੰਗ ਸੈੱਟ ਆ ਉਹਦੇ ਜਿਹੜੀਆਂ ਲਹਿਰਾਂ ਆ ਜਾਂ ਪਾਣੀ ਉਹਦਾ ਜੋ ਵੀ ਸੈੱਟ ਸੈਟਿੰਗ ਬਿਲਕੁਲ ਵੈਦਰ ਵਧੀਆ ਆ ਵੀ ਤੁਸੀਂ ਕਰਾਸ ਕਰ ਸਕਦੇ ਆ ਅਸੀਂ ਬਾਜੀ ਠੀਕ ਆ ਸੀ ਅਸੀਂ ਤਿਆਰੀ ਕਰਿਆ ਕੀ ਆ ਨਹੀਂ ਸਾਡੇ ਕੋਈ ਕਿਹੜਾ ਕੋਸੇਗਾ ਕੱਪੜੇ ਸੀ bade mote ਉਹ ਵੀ ਜਿਹੜੇ ਪਾਇਓ ਪਾਇਓ ਬਾਕੀ ਸੀ ਉੱਥੇ ਛੜ ਛੜ ਦੇ ਦਿੱਤੇ ਉਹ ਕਹਿੰਦਾ ਨਾਲ ਕੁਝ ਨਹੀਂ ਲੈ ਕੇ ਜਾਣਾ ਅੱਛਾ ਹਾਂਜੀ ਜਿਹੜੇ ਪਾਇਓ ਕੱਪੜੇ ਸੀ ਇਹੀ ਸੀਗੇ ਸਾਡੇ ਉਹ ਵੀ ਕਿੰਨੇ ਨਾ ਨੂੰ ਮੜ ਮੋਟਾ ਲੈਂਦੇ ਸੀ ਕਦੇ ਕਦੇ ਜਦੋਂ ਸਾਡੀ 바ਰੀ ਆਉਂਦੀ ਸੀ ਬਾਥਰੂਮ ਇੱਕ ਸੀਗਾ ਬੰਦੇ ਜਿਆਦਾ ਸੀ ਇੱਥੇ ਕਿੰਨੇ ਬੰਦੇ ਸੀ ਤੁਹਾਡੇ ਨਾਲ ਜਿਹੜੇ ਗਏ ਉਥੇ ਕੈਂਪ ਦੇ ਵਿੱਚ ਘੱਟੋ ਘੱਟ ਹੋਣੇ ਆ ਭਾਈ 50 60 ਬੰਦੇ ਹੋਰ ਵੀ ہاں ਜੀ ਹੋਰ ਵੀ ਆਈ ਜਾਂਦੇ ਸੀ ਜਿੱਦਾਂ ਜਿੱਦਾਂ ਜਿਨ੍ਹਾਂ ਨਾਲ ਕੰਟੈਕਟ ਉਹਨਾਂ ਦਾ ਹੋਈ ਜਾਂਦਾ ਸੀ ਨਾ ਮਤਲਬ ਇਹ ਸਾਰੇ ਬੰਦੇ ਮਤਲਬ ਕੰਪਨੀਆਂ ਚੋਂ ਨਿਕਲ ਕੇ ਜਿਹੜੇ ਆਉਣਗੇ ਕੰਪਨੀਆਂ ਚੋਂ ਜਾਂ ਕੋਈ ਭਾਜੀ ਹਾਂਜੀ ਜਾਂ ਨਾਲ ਦੀਆਂ ਕੰਟਰੀਆਂ ਜੀਆਂ ਕ੍ਰੋਸ ਕਰਦੇ ਆ ਜਿਦਾ ਮਿਸਰ ਸੀ ਨਾਲ ਪੈਂਦਾ ਹਾਂਜੀ ਇਹ ਛੋਟੇ ਅਲਜੀਰੀਆ ਨਾਈਜੀਰੀਆ ਦੇ ਕੰਟਰੀ ਸਾਰੀਆਂ ਕੁਝ ਘਾਨਾ ਪੈਂਦੀ ਸੀ ਕੰਟਰੀ ਸਾਰੀਆਂ ਉੱਥੇ ਇਕੱਠੇ ਹੋਈ ਜਾਂਦੇ ਸੀ ਕਿਉਂਕਿ ਇਹ ਇਹਦੇ ਤੋਂ ਭਾਜੀ ਇੱਕ ਇੱਕ ਕੇਸ ਏਜ ਮਰਾਕੋ ਦੇ ਕੋਲੋਂ ਇੱਕ ਭਾਜੀ ਇਟਲੀ ਦੇ ਕੋਲੋਂ ਇਹ ਦੋ ਹੀ ਰੋਡ ਆ ਮਤਲਬ ਦੋ ਹੀ ਰਸਤੇ ਆ ਜਿੱਥੋਂ ਸਮੁੰਦਰ ਦੇ ਰੱਬਾ ਸਮੁੰਦਰ ਜਿਹੜੇ ਮਰਾਕੋ ਤੋਂ ਸਪੇਨ ਜਾਂਦੇ ਆ ਠੀਕ ਆ ਉਹ ਨੀਅਰ ਆ ਜ਼ਿਆਦਾ ਉੱਥੇ ਗੋਲੀ ਦਾ ਆਰਡਰ ਆ। ਅੱਛਾ ਜੀ। ਉੱਥੇ ਸ਼ੂਟ ਦਾ ਆਰਡਰ ਆ ਤੁਸੀਂ ਕ੍ਰਾਸ ਕਰੇ ਨਹੀਂ ਸਕਦੇ। ਠੀਕ ਆ। ਜਿਹੜੇ ਇਧਰੋਂ ਸੀਗਾ ਇਹ ਰਸਤਾ ਹੀ ਸੀ ਇੱਕ ਵਾਈ ਇਥੋਂ ਬਹੁਤ ਜਿਆਦੀਆਂ ਕੈਂਟੀਆਂ ਚੱਲਦੀਆਂ ਬਹੁਤ ਜਿਆਦਾ ਏਜੰਟ ਭੇਜਦੇ ਪਏ। ਹਾਂ। ਚਲੋ ਬਾਈ ਸ਼ਾਮ ਨੂੰ ਫਿਰ ਉਹਨਾਂ ਨੇ ਸਾਨੂੰ ਤਿਆਰੀ ਫੜਾ ਦਿੱਤੀ 5:30 ਵਜੇ ਕਾਰਾਂ 'ਚ ਬਿਠਾ ਦਿੱਤਾ ਸਾਨੂੰ। ਹਾਂ। ਬਿਠਾ ਕੇ ਤਾਂ ਉਹ ਟੈਕਸੀਆਂ ਵਾਲੇ ਆਪੇ ਸਾਨੂੰ ਲੈ ਕੇ ਗਏ। ਹਾਂ। ਸ਼ਹਿਰ ਤੋਂ ਭਾਜੀ ਇਹ ਸਾਨੂੰ ਲੈ ਗਏ ਹੁਣੇ ਕਾਫੀ ਬਾਅਦ। ਹਾਂ। ਜਿੱਥੋਂ ਸਮੁੰਦਰ ਦੇ ਬਿਲਕੁਲ ਕਿਨਾਰੇ ਦੇ ਕੋਲ ਜਿੱਥੋਂ ਬਹੁਤ ਜਿਆਦਾ ਸੰਘਣਾ ਜੰਗਲ ਸੀ। ਹਾਂ। ਜਿੱ ਉੱਥੇ ਜਦੋਂ ਫਟਾਫਟ ਸਾਨੂੰ ਉੱਤਨੋਂ ਨੇ ਪਹਿਲੇ ਕਾਰਜ ਸਮਝਾ ਦਿੱਤਾ ਸੀ ਉੱਤਨ ਤੇ ਬਿਲੇ ਤੁਸੀਂ ਦੌੜਨਾ ਆ ਸਾਡਾ ਬੰਦਾ ਖੜਾ ਹੋਊਗਾ ਉਹਦੇ ਮਗਰ ਮਗਰ ਦੌੜਨਾ ਭਾਈ ਜਿੱਦਾਂ ਅਸੀਂ ਉੱਤਰੀਆਂ ਨੇ ਸਾਨੂੰ ਤਾਰਿਆ ਸੀ ਨੱਠੇ ਉਹਦੇ ਮਗਰ ਮਗਰ ਹੁਣ ਉਹਨੂੰ ਤਾਂ ਰਸਤਾ ਪਤਾ ਸੀਗਾ ਸਾਨੂੰ ਭਾਜੀ ਪ੍ਰੋਪਰ ਰਸਤਾ ਵੀ ਪਤਾ ਨਹੀਂ ਸੀ ਰਸਤੇ ਦੇ ਵਿੱਚ ਵੱਡੇ ਵੱਡੇ ਉਹ ਦਰਖਤ ਡਿਗੇ ਹੋ ਸੀ ਜਾਂ ਚਾੜੀਆਂ ਬੂਟੀਆਂ ਸੀ ਜਾਂ ਉੱਚਾ ਨੀਮਾ ਸੀ ਨਾ ਭਾਜੀ ਅਸੀਂ ਡੈਗਦੇ ਸੀ ਇੱਕ ਜਿੱਦਾਂ 8-8 ਗੱਡੀਆਂ ਇਕੱਠੀਆਂ ਖੜੀਆਂ ਕਰਕੇ ਦਿਣਾਉਂਦੇ ਸੀ ਉਹ ਤੇ 7 ਗੱਡੀਆਂ ਆ ਗਈਆਂ 4 ਗੱਡੀਆਂ ਆ ਗਈਆਂ ਉਹਨਾਂ ਵਿੱਚੋਂ ਬੰਦੇ ਨਿਕਲ ਗਏ ਤੇ ਤਿੰਨ-ਤਿੰਨ ਕਿਸੇ ਚ ਦੋ ਵੀ ਬੈਠੇ ਰਹਿ ਗਏ ਉਹਨਾਂ ਨੂੰ ਫੇਰ ਪਿੱਛੇ ਇੱਕ ਉਹਨਾਂ ਦਾ ਆਪਣਾ ਜਿਹੜਾ ਹੋਰ ਡੋਂਕਰ ਸੀ ਨਾ ਇੱਕ ਨੇ ਮੋਰੇ ਹੋਏ ਨਾ ਡੰਡਾ ਲੈ ਕੇ ਇੱਕ ਨੇ ਪਿੱਛੇ ਹੋਣਾ ਜਿਹੜਾ ਡੇਗਦਾ ਸੀ ਬੰਦੇ ਨੂੰ ਰੋਕਣ ਨਹੀਂ ਸੀ ਦਿੰਦੇ ਕਿਉਂਕਿ ਉਹ ਰੋਡ ਚੱਲਦਾ ਸੀ ਉੱਥੇ ਬਸ ਉਦੋਂ ਉਦੋਂ ਨਗਾਉਂਦੇ ਸੀ ਜਦੋਂ ਦੋਨੇ ਪਾਸੇ ਕਲੀਅਰ ਫੇਰ ਫਟਾਫਟ ਅੰਦਰ ਬਾੜ ਦਿੰਦੇ ਸੀ ਗੱਡੀਆਂ ਖੜੀਆਂ ਕਰਕੇ ਤਾਂ ਅਸੀਂ ਡੇਗੇ ਮੈਂ ਵੀ ਡੇ ਗਿਆ ਕਈ ਦੋ ਬਾਰ ਉਹ ਪਿੱਛੋਂ ਡੰਡੇ ਮਾਰਦੇ ਸੀ ਭਾਜੀ ਬਹੁਤ ਜੋਜ ਵੀ ਕੁੱਟ ਕੇ ਜਲਦੀ ਤੁਸੀਂ ਪਹੁੰਚੋ ਉਹ ਲੈ ਜਾ ਕੇ ਭਾਜੀ ਦੋ ਪਹਾੜੀਆਂ ਛੋਟ ਛੋਟੀਆਂ ਸੀ ਸਮੁੰਦਰ ਦੇ ਬਿਲਕੁਲ ਨਾਲ ਹੀ ਉਥੇ ਥੱਲੇ ਇੱਕ ਜਗ੍ਹਾ ਬਣੀ ਸੀ ਕਾਫੀ ਸੰਘਣੀ ਦਰਖਤ ਜਿਹੇ ਸੀ ਇਹ ਝਾੜੀਆਂ ਕਾਫੀ ਸੰਘਣੀਆਂ ਸੀ ਉਹਦੇ ਥੱਲੇ ਭਾਜੀ ਇਹਨਾਂ ਨੇ ਥੋੜਾ ਪਲਿੱਖ ਲਾਫ ਕਰਕੇ ਨਾ ਉਹ ਸਾਰੇ ਮੁੰਡੇ ਉੱਥੇ ਬਿਠਾਇਆ ਸੀ ਤੇ ਜਦੋਂ ਮਤਲਬ ਇੱਥੇ ਕੈਂਪ ਤੋਂ ਬਾਅਦ ਇੱਥੇ ਕਿੰਨੇ ਮੁੰਡੇ ਤੁਹਾਡੇ ਨਾਲ ਟੋਟਲ ਆਏ ਤੁਹਾਡੇ ਕੋਲ ਕੈਂਪ ਦੇ ਵਿੱਚੋਂ ਭਾਜੀ ਇੱਥੋਂ ਸਾਡੇ ਨਾਲ ਥੋੜੇ 16 ਮੁੰਡੇ ਅੱਛਾ 16 ਜਣੇ ਸੀ ਇਕੱਠੇ ਤੁਰੇ ਇਸ ਕੈਂਪ 'ਚ ਜਿਹੜੇ ਸੈਕੰਡ ਕੈਂਪ 'ਚ ਤੁਰੇ ਆ ਜਿੱਥੋਂ ਪੁਲਸ ਨੇ ਤੁਰਿਆ ਨਾ ਇੱਥੇ 16 ਮੁੰਡੇ ਸੀ ਇਕੱਠੇ ਤੁਰੇ ਆ ਅਸੀਂ ਜਿਹਦੇ ਵਿੱਚੋਂ ਅਸੀਂ ਪੰਜ ਪੰਜਾਬੀ ਸੀਗੇ ਹੂੰ ਠੀਕ ਆ ਤੇ ਬਾਕੀ ਉਧਰਲੇ ਮੁੰਡੇ ਸੀਗੇ ਹੂੰ ਬਤ ਵਿੱਚ ਮਿਕਸ ਕੰਟਰੀਆਂ ਦੇ ਹਾਂਜੀ ਉਹਨਾਂ ਨੇ ਸਾਨੂੰ ਲਈ ਆ ਕੇ ਭਾਜੀ ਫਿਰ ਇਦਾਂ ਥੱਲੇ ਜਦੋਂ ਥੱਲੇ ਸਾਨੂੰ ਕਹਿੰਦੇ ਨਾ ਨੀਵੇਂ ਹੋ ਕੇ ਵਿੱਚ ਵੜ ਜਾਓ ਥੱਲੇ ਦੇਖਿਆ ਤਾਂ ਪਾਜੀ ਘੱਟੋ ਘੱਟ ਨਹੀਂ ਉੱਥੇ ਹੋਰ ਵੀ 20-22 ਮੁੰਡੇ ਬੈਠੇ ਜੀ ਅੱਛਾ ਹਾਂਜੀ ਤੇ ਕਿੰਨਤੀ ਨਹੀਂ ਉਸ ਵੇਲੇ ਹੋਈ ਯਾਨੀ ਇੰਨੇ ਕ ਅੰਦਾਜ਼ਾ ਸੀਗਾ ਵੀ ਇੰਨੇ 20-22 ਬੰਦੇ ਹੈਗੇ ਆ ਅਸੀਂ ਅੰਦਾਜ਼ਾ ਲਾ ਲਿਆ ਚਲੋ ਸਾਨੂੰ ਹੌਸਲਾ ਵੀ ਹੋ ਗਿਆ ਵੀ ਕਾਫੀ ਬੰਦੇ ਜਾਣੇ ਆ ਰਹੇ ਆਓ ਚਲੋ ਇਕੱਠੇ ਸਾਰੇ ਜਾਣੀ ਹਾਂਜੀ ਤੇ ਪਾਜੀ ਫਿਰ ਉਹਨਾਂ ਨੇ ਸਾਨੂੰ ਜਿੱਦਾਂ 7 7:30 ਹੋ ਗਿਆ ਸੀ ਸਾਨੂੰ ਮਾੜੇ ਮਾੜੇ ਖਬੂਸ ਦਿੱਤੇ ਖਾਣ ਨੂੰ ਉਹਨਾਂ ਨੇ ਇਹ ਜੈਮ ਦੇ ਨਾਲ ਉਹ ਅਸੀਂ ਖਾਦੇ ਫਿਰ ਡੋਂਕਰ ਆਪ ਆਲੇ ਦੋਲੇ ਘੁੰਮੀ ਜਾਂਦੇ ਸੀ ਬਹਿੰਦੇ ਨਹੀਂ ਸੀ ਸਾਡੇ ਕੋ ਸਾਨੂੰ ਇਹ ਕਹਿੰਦੇ ਸੀ ਸਾਇਲੈਂਟ ਰਹਿਣਾ ਬਿਲਕੁਲ ਬੋਲਣਾ ਨਹੀਂ ਕੁਝ ਨਹੀਂ ਤੁਸੀਂ ਇੱਥੇ ਮਤਲਬ ਉਹਨਾਂ ਨੂੰ ਡਰ ਸੀ ਕਿ ਪੁਲਿਸ ਵੀ ਜੇ ਰੇਡ ਪੈ ਸਕਦੀ ਹੈ ਜਾਂ ਘੁੰਮਦੀ ਪੁਲਿਸ ਦਾ ਡਰ ਸੀ ਉਹਨਾਂ ਨੂੰ ਉੱਥੇ ਪੁਲਿਸ ਦਾ ਡਰ ਭਾਈ ਪੂਰਾ ਪੁਲਿਸ ਦਾ ਡਰ ਆ ਕਿਉਂਕਿ ਜਿਹੜਾ ਬਾਰਡਰ ਸਕਿਉਰਿਟੀ ਪੁਲਿਸ ਆ ਉਹਨਾਂ ਦਾ ਹੈਲੀਕਾਪਟਰ ਉੱਪਰ ਤੇ ਸਾਈਡ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਕਸਤੀਆਂ ਚੱਲਦੀਆਂ ਉਹ ਲਗਾਤਾਰ ਉਹ ਆਪਣੀਆਂ ਰੌਂਡ ਕਰੀ ਜਾਂਦੀਆਂ ਉਹਨਾਂ ਦਾ ਬਹੁਤ ਜ਼ਿਆਦਾ ਡਰ ਸੀ ਉਹਨਾਂ ਨੇ ਤਾਂ ਹੀ ਭਾਈ ਥੋੜਾ ਸਾਨੂੰ ਪਿੱਛੇ ਰੱਖਿਆ ਸੀ ਸਮੁੰਦਰ ਹੁਣਾ ਹੈ ਉੱਥ ਹਾਂ ਜਿੱਦਾਂ ਮਾਲਕ ਜੀ ਤੋਂ ਰੇਤਾ ਸਟਾਰਟ ਹੋ ਜਾਂਦਾ ਉਹ ਤੋਂ ਥੋੜਾ ਪਿਛੇ ਸੀ ਆਪਾਂ ਪਹਾੜੀਏ ਥੇ ਏਰੀਏ 'ਚ ਚਲੋ ਭਾਜੀ ਫਿਰ ਉਹਨਾਂ ਨੇ ਸਾਢੇ 10:30 ਵਜੇ ਉਹਨਾਂ ਨੇ ਸਾਨੂੰ ਕਾਲ ਕੀਤੀ ਸਾਰਿਆਂ ਨੂੰ ਬੁਲਾਇਆ ਪੰਜ-ਛਤ ਮੁੰਡੇ ਕੱਢੇ ਹਾਂ ਹਾਂ ਤਕੜੇ-ਤਕੜੀ ਉਹਨੇ ਮੁੰਡਿਆਂ ਨੂੰ ਕੱਢਿਆ ਕਹਿੰਦੇ ਬਾਹਰ ਆ ਜਾਓ ਪੰਜ-ਛਤ ਬੰਦੇ ਬਾਕੀ ਇੱਥੇ ਬੈਠ ਰੋ ਜੀ ਅਸੀਂ ਕਿਹ ਪਤਾ ਨਹੀਂ ਕੀ ਗੱਲਬਾਤ ਆ ਜਿਹੜੇ ਪੈਸੇ ਸੀਗੇ ਇਹਨਾਂ ਨੇ ਡੋਂਕਰਾਂ ਨੇ ਲਏ ਹੋਏ ਜਿਹੜਾ ਏਜੰਟ ਸੀਗਾ ਪੁਲਿਸ ਵਾਲਾ ਹਾਂਜੀ ਪਹਿਲੇ ਲੈਲੇ ਤੁਹਾਡੇ ਕੋਲ ਇਹ ਇਹ ਪੈਸੇ ਅਸੀਂ ਭਾਜੀ ਉਸੇ ਨੂੰ ਦੇ ਦਿੱਤੇ ਸੀ ਪਾਕਿਸਤਾਨੀ ਏਜੰਟ ਨੂੰ ਅੱਛਾ ਪਿੱਛੋਂ ਹੀ ਦੇ ਦਿੱਤੇ ਸੀ ਹਾਂਜੀ ਪਿੱਛੋਂ ਹੀ ਦੇ ਦਿੱਤੇ ਸਾਰੇ ਉਹ ਕਿਨੇ ਪੈਸੇ ਦਿੱਤੇ ਸੀ ਉਹ ਅਸੀਂ ਭਾਜੀ 1700 ਡਾਲਰ ਠੀਕ ਆ ਹਾਂਜੀ 1700 ਡਾਲਰ ਦਿੱਤਾ ਸੀ ਅਮਰੀਕਨ ਬਣਾ ਕੇ ਹਾਂ ਤੇ ਮੁੜ ਕੇ ਫਿਰ ਭਾਜੀ ਅਸੀਂ ਜਦੋਂ ਉਹਨਾਂ ਨੇ ਸਾਨੂੰ ਪੰਜ ਛੇ ਮੁੰਡਿਆਂ ਨੂੰ ਬਾਹਰ ਕੱਢਿਆ ਬਾਰ ਕੱਟਣ ਤੋਂ ਬਾਅਦ ਉਹਨਾਂ ਸਾਡਾ ਮਾਹੌਲ ਇਹੋ ਜਿਹਾ ਹੋ ਗਿਆ ਸੀ ਡਰ ਕੇ ਇਹ ਕਿ ਪੰਜਾ ਛਿਆਂ ਨੂੰ ਕਿਉਂ ਲੈ ਕੇ ਚੱਲੇ ਆ ਬਾਕੀ ਬੰਦੇ ਉਹ ਇਦਾਂ ਸੀ ਇਹਨਾਂ ਦੀ ਜਿਹੜੀ ਕਿਸ਼ਤੀ ਸੀ ਨਾ ਉਹ ਜਿੱਦਾਂ ਹੁਣ ਪਤਾ ਲੱਗਾ ਸਾਨੂੰ ਬਾਅਦ ਵਿੱਚ ਕਿਉਂ ਡਬਈ ਤੋਂ ਜਾਂਦੀਆਂ ਅੱਛਾ ਖਵਾਲੀਆਂ ਕਿਸ਼ਤੀਆਂ ਹੁੰਦੀਆਂ ਜਿਹਦੇ ਵਿੱਚ ਜਿਹੜੀਆਂ ਆਲੇ ਦੁਆਲੇ ਟੂਬਾਂ ਲੱਗੀਆਂ ਹੁੰਦੀਆਂ ਜੂ ਸ਼ੇਪ ਨਹੀਂ ਹੁੰਦੀਆਂ ਉਹ ਪਿੱਛੇ ਇੰਜਣ ਹੁੰਦੇ ਜੋ ਜਾਮੇ ਦੇ ਜਾਂ ਕਿਸੇ ਵੀ ਕੰਪਨੀ ਦਾ ਲਾ ਲਓ ਤੇ ਉਹਦੇ ਵਿੱਚ ਹਵਾ ਪੋਰਸ਼ਨ ਬਾਈ ਪੋਰਸ਼ਨ ਹਵਾ ਭਰ ਹੁੰਦੀ ਹੈ ਤੇ ਉਹ ਸਾਰੀ ਇਹਨਾਂ ਨੇ ਨਾ ਲਕੋ ਕੇ ਰੱਖੀ ਸੀ ਜਿੱਦਾਂ ਲਕੋ ਕੇ ਜਿੱਦਾਂ ਕਿਸੇ ਪੱਤੇਆਂ ਥੱਲੇ ਜਾਂ ਰੇਤ ਦੇ ਵਿੱਚ ਦੱਬੀ ਹੋ ਸੀਗੀ ਉਹ ਇਦਾਂ ਲਕੋ ਕੇ ਰੱਖੀ ਹੋ ਸੀ ਉਹਦੇ ਵਿੱਚ ਸਾਨੂੰ ਅਸੀਂ ਅਸੀਂ ਦੇਖ ਕੇ ਯਾਰ ਗਏ ਨਾ ਸਾਨੂੰ ਕਹਿੰਦੇ ਸਮਾਨ ਚੱਕੋ ਇੱਥੋਂ ਇੱਕ ਜਗ੍ਹਾ ਤੇ ਫੱਟੇ ਸੀਗੇ ਇੱਕ ਜਗ੍ਹਾ ਤੇ ਉਹ ਕश्ती ਲਕੋਈ ਅਸੀਂ ਸਾਰੀ ਲਿਆ ਕੇ ਇੱਕ ਜਗ੍ਹਾ ਤੇ ਇਕੱਠੀ ਕਰ ਲਈ ਉੱਥੇ ਉਹਨੇ ਸਾਨੂੰ ਉਹਨੇ ਸਾਰਿਆਂ ਨੂੰ ਕੋਲ ਖੜੇ ਕਰ ਲਿਆ ਤੇ ਆਪ ਉਹ ਚਾਰ ਡੋਂਕਰ ਇਕੱਠੇ ਹੋ ਗਏ ਜਦ ਦੋ ਡੋਂਕ ਛੇ ਜਾਣੇ ਸੀ ਉਹ ਦੋ ਆਲੇ ਦੋਲੇ ਵਰਕ ਕਰਦੇ ਰਹੇ ਵੀ ਕੋਈ ਆਉਂਦਾ ਜਾਂਦਾ ਤਾਂ ਨਹੀਂ ਦੇਖਣ ਨੂੰ ਘੁੰਮਦੇ ਰਹੇ ਉਹਨਾਂ ਨੇ ਫਿਰ ਸਾਨੂੰ ਭਾਜੀ ਸਾਰਾ ਉਹ ਆਪਣੀ ਕਿਸ਼ਤੀ ਸਾਡੇ ਸਾਹਮਣੇ ਅੱਖਾਂ ਦੇ ਤਿਆਰ ਕਰਾਈ ਉਹਨਾਂ ਨੇ ਸਾਨੂੰ ਸਾਡੇ ਸਾਹਮਣੇ ਹਵਾ ਭਰੀ ਸਿਲੰਡਰ ਹਾਂਜੀ ਜੋ ਜੋ ਚੱਕਣਾ ਸੀ ਜੋ ਫਟ ਫੱਟੇ ਵਿੱਚ ਜਿੱਦਾਂ ਫਿਕਸ ਕਰਨੇ ਆ ਬੋਲਟ ਉਹਦੇ ਸੀਗੇ ਉਹ ਕਸਣੇ ਅਸੀਂ ਹੱਤੀ ਕਸੇ ਆ ਫਿਰ ਉਹਨੇ ਸਾਰੇ ਜਿੰਨੇ ਅਸੀਂ ਮੁੰਡੇ ਪਿੱਛੇ ਬੈਠੇ ਨਾ ਜਦੋਂ ਰੈਡੀ ਹੋ ਗਈ ਆ ਫੇ ਸਾਰਿਆਂ ਨੂੰ ਕਾਲ ਕੀਤੀ ਉਦੋਂ 12:30 ਦਾ ਸਾਡੇ 12:00 ਵਜੇ ਦਾ ਟਾਈਮ ਹੀ ਸੀ ਭਾਜੀ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਤਾਂ ਸਾਰਿਆਂ ਨੂੰ ਇਕੱਠੇ ਕਰ ਲਿਆ ਤੇ ਸਾਨੂੰ ਲਾਈਨ 'ਚ ਖੜੇ ਕਰ ਲਿਆ ਫਿਰ ਉਹਨੇ ਟੋਟਲ ਗਿਣਤੀ ਕੀਤੀ 45 ਜਣੇ ਹੋ ਗਏ ਹਾਂ ਤਾਂ ਅਸੀਂ ਵੀ ਅਸੀਂ ਕਿਾ ਚਲੋ ਚਲੇ ਜਾਂਦੇ ਨੇ ਪੇ ਕਿਸ਼ਤੀ ਦੇ ਛੋਟੀ ਚ ਬੈਠੂਗੇ ਕਿਦਾਂ ਇੰਨੇ ਬੰਦੇ ਤੇ ਚਲੋ ਉਹਨਾਂ ਸਾਨੂੰ ਲਾਈਨ ਚ ਲਾ ਕੇ ਸਾਡੇ ਦੂਜੇ ਕੀਤੇ ਹਾਂਜੀ ਹਾਂਜੀ ਆਪਣੇ ਰੱਬ ਪਾਲਾ ਕਰੇ ਸਾਨੂੰ ਕਹਿੰਦੇ ਵੀ ਜੋ ਵੀ ਤੁਹਾਡੇ ਕੋਲ ਡਾਕੂਮੈਂਟ ਆ ਜਿਲੀਬੀਆ ਦਾ ਕੋਈ ਪੈਸਾ ਆ ਜੀ ਜਾਂ ਤੁਹਾਡੇ ਕੋਲ ਕੋਈ ਡਾਕੂਮੈਂਟ ਆ ਜਾਂ ਸਾਡੇ ਕੋਈ ਛੜ ਦੇ ਉੱਤੇ ਲੱਗੇ ਨੇ ਟੈਗ ਭਾਜੀ ਹਾਂਜੀ ਉਹ ਕਹਿੰਦੇ ਸਾਰੇ ਉਤਾਰਨੇ ਪੈਣੇ ਆ ਅੱਛਾ ਵੀ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ ਚਾਹੀਦਾ ਜੀ ਮਤਲਬ ਚਲੋ ਸਾਡੇ ਕਿੱਥੋਂ ਆਏ ਬੰਦੇ ਇਹਨਾਂ ਪਤਾ ਲੱਗਿਆ ਹਾਂ ਪ੍ਰੂਫ ਖਤਮ ਕਰਨਾ ਸੀ ਭਾਜੀ ਉਹਨਾਂ ਨੇ ਅਸੀਂ ਭਾਜੀ ਚਲੋ ਜਿਹੜੇ ਪੈਸੇ ਸੀਗੇ ਅਸੀਂ ਤਾਂ ਜਿਹੜੇ ਡਾਲਰ ਬਣਾਏ ਸੀ ਉਹ ਤਾਂ ਅਸੀਂ ਲਕੋਲੇ ਦਾ ਕਮੀਜ਼ ਦੇਆਂ ਕਫ ਹੁੰਦੇ ਨਾ ਜਿਹੜੇ ਭਾਜੀ ਜਾਂ ਅਧੀਆਂ ਨੇ ਕਿਸੇ ਨੇ ਪਾਈਓ ਸੀ ਜਾਂ ਕਫਾਂ ਦੇ ਵਿੱਚ ਲੁਕੋਏ ਸੀ ਇਹ ਡਾਲਰ ਵੀ ਇਹਨੂੰ ਤਲਾਸ਼ੀ ਵੀ ਲੈਣ ਤਾਂ ਸਾਡੇ ਕੋਲ ਡਾਲਰ ਨਿਕਲ ਡਾਲਰ ਸਾਡੇ ਅੱਗੇ ਜਾ ਕੇ ਕੰਮ ਆਜੂਗੇ ਤੇ ਇੱਕ ਸਾਡੇ ਸਾਰੇ ਕੋ ਤਾਂ ਨਹੀਂ ਸੀ ਇੰਨੇ ਕਿਉਂਕਿ ਅਸੀਂ ਉੱਥੇ ਤਲਾਤ ਲੋ ਕੇ ਵੀ ਦੇ ਦੂ ਕੇ ਲੈ ਕੇ ਸੀ ਰੋਟੀ ਪਾਣੀ ਖਾਂਦੇ ਰਹੇ ਇੱਕ ਮੁੰਡੇ ਤੋਂ 100 ਡਾਲਰ ਸੀ ਅਸੀਂ ਕਿਹਾ ਚੱਲ ਸਾਡਾ ਸਰ ਜਾਣਾ ਵਧੀਆ ਵੀ ਚੱਲ ਕੋਈ ਗੱਲ ਨਹੀਂ ਪਹੁੰਚੇ ਜਾਣਾ ਉੱਥੇ ਵੀ ਕਾਲ ਕਰ ਲਵਾਂਗੇ ਇੱਕ ਦੂਜੇ ਨਾਲ ਤੇ ਫਿਰ ਭਾਜੀ ਉਹਨਾਂ ਨੇ ਸਾਨੂੰ ਹਨਾ ਜਿੱਦਾਂ ਸਾਰਾ ਸਾਡੇ ਡਾਕੂਮੈਂਟ ਚੈੱਕ ਕਰਕੇ ਜੋ ਵੀ ਸਾਡੇ ਕੋਲ ਸੀਗਾ ਪੈਸੇ ਉਹਨਾਂ ਥੋੜੇ ਜਿਹੇ ਦਿਨਾਰ ਸੀਗੇ ਸੀ ਉਹਨਾਂ ਸਾਹਮਣੇ ਜਾਣ ਕੇ ਦੇ ਦਿੱਤੇ ਜਿਹੜੇ ਟੁੱਟੇ ਸੀ ਸਾਡੇ ਕੋ ਨਾ ਉਹਨੂੰ ਲੈ ਕੇ ਤਸल्ली ਹੋ ਗਈ ਵੀ ਸਾਡੀ ਤਲਾਸ਼ੀ ਨਹੀਂ ਲਈ ਉਹਨਾਂ ਨੇ ਫਿਰ ਭਾਜੀ ਉਹਨਾਂ ਦੇ ਜਦੋਂ ਅਸੀਂ ਖੜੇ ਸੀ ਉੱਥੇ ਤਾਂ ਉਹਨਾਂ ਤੇ ਬਾਰ- ਯਾਨੀ ਕਾਫੀ ਵੱਡੀ ਉਹ ਜਿਹੜੀ ਲਾਈਟ ਲੱਗੀ ਹੁੰਦੀ ਥਾਰੇ ਲਾ ਕੇ ਉਹ ਬਾਰ-ਬਾਰ ਰੌਂਡ ਕਰ ਰਿਹਾ ਸੀ ਹੂੰ ਤੇ ਉਹਨਾਂ ਸਾਨੂੰ ਜਦੋਂ ਆਉਣਾ ਸਾਨੂੰ ਭਾਜੀ ਲਕੋ ਦੇਣਾ ਉਹਨਾਂ ਨੇ ਵੀ ਸਾਈਡ ਤੇ ਝਾੜੀਆਂ ਝੂਣੇ ਚ ਲੁਕ ਜਾਓ ਇਧਰ ਦੂਰੋਂ ਪਤਾ ਲੱਗ ਜਾਂਦਾ ਸੀ ਆ ਗਿਆ ਹੈਲੀਕਾਪਟਰ ਫਿਰ ਭਾਜੀ ਉਹਨਾਂ ਨੇ ਸਾਨੂੰ ਸਾਰਨ ਕਿਹਾ ਵੀ ਕਿਸ਼ਤੀ ਚੱਕੋ ਹੂੰ ਕਿਸ਼ਤੀ ਚੱਕੀ ਭਾਜੀ ਕਿਸ਼ਤੀ ਚੱਕ ਕੇ ਪਹਿਲਾਂ ਤਾਂ ਲੱਗਦਾ ਸੀ ਵੀ ਹਲਕੀ ਜੀ ਹੋਣੀ ਹੈ ਉਹਦਾ ਵਜ਼ਨ ਕਾਫੀ ਸੀ 45 ਬੰਦੇ ਨੇ ਵੀ ਇੱਦੇ ਲਈ ਆ ਕੇ ਯਾਨੀ ਬੜੀ ਮੁਸ਼ਕਲ ਕਿ ਹਵਾ ਹਵਾ ਭਰ ਗਈ ਸੀ ਨਾ ਵਿੱਚ ਤੇ ਚਲੋ ਸਮੁੰਦਰ ਦੇ ਜਿੱਥੇ ਸਾਡਾ ਯਾਨੀ ਮਤਲਬ ਲੱਕ ਤੋਂ ਉੱਪਰ ਉੱਪਰ ਪਾਣੀ ਹੋ ਗਿਆ ਉੱਥੇ ਕੁਝ ਜਾ ਕੇ ਉਹਨੇ ਛਡਾ ਦਿੱਤੀ ਜੇ ਤੁਸੀਂ ਕਿਹਾ ਸੀ ਤੂੰ ਕੇ ਸਮੁੰਦਰ ਨਹੀਂ ਸੀ ਦੇਖਿਆ ਇਸ ਟਾਈਮ ਤੁਸੀਂ ਸਮੁੰਦਰ ਦੇਖਿਆ ਫਿਰ ਤੁਸੀਂ ਕੀ ਸੋਚਦੇ ਸੀ ਵੀ ਕਰ ਰਿਹਾ ਹੋਊਗਾ ਸੁੱਕਾ ਪਾਜੀ ਉਸ ਉਸ ਵੇਲੇ ਤਾਂ ਕੀ ਸੀ ਪਾਜੀ ਉਸ ਵੇਲੇ ਸੀਗੀ ਨਾਈਟ ਹੂੰ ਨਾਈਟ ਵਿੱਚ ਨਹੀਂ ਸਮੁੰਦਰ ਦਾ ਇੰਨਾ ਸਾਨੂੰ ਪਤਾ ਲੱਗਦਾ ਕਿਉਂਕਿ ਲਾਈਟਾਂ ਲੂਟਾ ਹੈ ਨਹੀਂ ਸੀ ਕੁਝ ਵੀ ਲੱਗੇ ਲਾਈਟ ਨਹੀਂ ਸੀਗੀ ਨਾ ਨਾਈਟ ਕਰਕੇ ਸਾਨੂੰ ਇੰਨਾ ਨਹੀਂ ਮਹਿਸੂਸ ਹੋਇਆ ਆਵਾਜ਼ ਸਾਨੂੰ ਬਹੁਤ ਜ਼ਿਆਦਾ ਉਹਦੀ ਆਉਂਦੀ ਸੀ ਆਵਾਜ਼ ਪਾਣੀ ਦੀ ਆਉਂਦੀ ਸੀ ਜਦੋਂ ਛੱਲਾਉਂਦੀਆਂ ਸੀ ਨਾ ਡਰ ਤਾਂ ਲੱਗਦਾ ਸੀ ਪਰ ਸਾਨੂੰ ਇੱਕ ਚੀਜ਼ ਦੀ ਕਨਫਿਊਜ਼ ਹੋ ਗਈ ਕਿਉਂਕਿ ਸਾਨੂੰ ਉਹਨਾਂ ਨੇ ਸਾਨੂੰ ਸੇਫਟੀ ਜੈਕਟ ਨਹੀਂ ਦਿੱਤੀ ਕੋਈ ਭਾਜੀ ਜੋ ਪ੍ਰੋਮਿਸ ਉਹਨਾਂ ਨੇ ਉੱਥੇ ਕੀਤੇ ਸੀ ਨਾ ਏਜੰਟ ਨੇ ਵੀ ਤੁਹਾਨੂੰ ਸੇਫਟੀ ਜੈਕਟ ਮਿਲੂਗੀ ਅਸੀਂ ਸੋਚਿਆ ਕਿ ਵਿਚ ਚੜਾਉਣ ਜਦੋਂ ਚੜਾਉਗੇ ਸ਼ਾਇਦ ਉਦੋਂ ਦੋਗੇ ਜਾਂ ਕਿਸ਼ਤੀ ਦੇ ਵਿੱਚ ਹੋਣੀ ਹੈ ਬਾਅਦ ਚ ਰੱਖ ਲੂਗੇ ਜਾਂ ਲੈ ਆ ਕੇ ਦੋਗੇ ਤਦੋਂ ਭਾਜੀ ਜਦੋਂ ਸਾਰੇ ਬੰਦੇ ਵਿੱਚ ਚੜ ਗਏ ਤਾਂ ਸਾਨੂੰ ਫਿਰ ਪੰਜ ਸੱਤਾਂ ਨੂੰ ਨੇ ਪਿੱਛੇ ਆਵਾਜ਼ ਮਾਰੀ ਕਹਿੰਦਾ ਹਜੇ ਚੜਿਓ ਨਾ ਉਹਨੇ ਆਪ ਚੌਹ ਬਾਨੀ ਨੇ ਜਿੱਦਾਂ ਵਿੱਚ ਰੋਕ ਕੇ ਉਹਨਾਂ ਨੇ ਕਿਸ਼ਤੀ ਫੜੀ ਰੱਖੀ ਆਲੇ ਦੁਆਲੇ ਪੱਕੀ ਰੱਸੀ ਫਿਕਸੀ ਉਹਨੂੰ ਫੜ ਲਿਆ ਇਦਾਂ ਕਿਸ਼ਤੀ ਰੋਕ ਕੇ ਰੱਖੀ ਵੀ ਰੋਗੜੇ ਹੱਸ਼ਾਲਾ ਨਾਲ ਅੱਗੇ ਪਿੱਛੇ ਨੂੰ ਨਾ ਹੋਵੇ ਤੇ ਵੀ ਇੰਜਣ ਥੱਲੇ ਲੱਗੇ ਨਾ ਤਾਂ ਰੇਤੇ ਦੇ ਵਿੱਚ ਉਹਨਾਂ ਨੇ ਸਾਨੂੰ ਭਾਜੀ ਫਿਰ ਸਾਨੂੰ ਸੰਤ ਸੱਤਾਂ ਦੇ ਿਆਣੇ ਨੂੰ ਕਿਹਾ ਕਿ ਜਾ ਕੇ ਉਹ ਚੱਕ ਕੇ ਲੈ ਕੇ ਆਓ ਹਾਂ ਵੀ ਤੇਲ ਦੀਆਂ ਕੰਨੀਆਂ 15 ਪਾਜੀ ਤੇਲ ਦੀਆਂ ਗੈਨੀਆਂ ਸੀਗੀਆਂ ਪੈਟਰੋਲ ਦੀਆਂ ਅੱਛਾ ਜੀ ਉਹ ਵੀ ਵੇਚ ਰੱਖੀਆਂ ਤੇ ਇੱਕ ਬੋਰਾ ਸਾਡੇ ਨਾਲ ਕੂਰਾ ਖਬੂਸਾਂ ਦਾ ਭਰਿਆ ਸੀ ਜਿਹਦੇ ਵਿੱਚ ਜੈਮ ਸੀਗੇ ਨਾਲ ਉਹ ਦਿੱਤਾ ਸਾਨੂੰ ਉਹਨਾਂ ਨੇ ਵੀ ਉਹਨਾਂ ਨੇ ਆਪਣੀ ਤਿਆਰੀ ਪੂਰੀ ਕਰਕੇ ਭੇਜੀ ਵੀ ਖਾਣ ਪੀਣ ਦਾ ਹਾਂ ਜੀ ਉਹਨਾਂ ਨੇ ਪੂਰੀ ਤਿਆਰੀ ਕੀਤੀ ਤੇ ਜਿਹੜਾ ਸਾਡਾ ਪਾਇਲਟ ਸੀ ਉਹ ਵੀ ਸਾਨੂੰ ਪਤਾ ਨਹੀਂ ਸੀ ਵੀ ਇਹ ਕੋਈ ਪ੍ਰੋਫੈਸ਼ਨਲ ਪਾਇਲਟ ਹੋਊਗਾ ਜਾਂ ਕਿਦਾਂ ਉਹ ਪਾਇਲਟ ਇਦਾਂ ਸੀ ਜਿੱਦਾਂ ਮੈਂ ਪਾਜੀ ਏਜੰਟ ਕੋ ਪਹਿਲਾਂ ਚਲ ਗਏ ਹਾਂ ਉਹਨਾਂ ਨੇ ਮੈਨੂੰ ਸਮੁੰਦਰ ਦੇ ਕੰਢੇ ਲੈ ਜਾਣਾ ਚੋਰੀ ਰਾਤ ਬਰਾਤੇ ਲੈ ਗਏ ਜਾਂ ਦਿਨੇ ਕਿਸੇ ਟਾਈਮ ਲੈ ਗਏ ਮੈਨੂੰ ਲਿਆ ਕੇ ਉਹ ਕੈਸ਼ਤੀ ਦੇ ਵਿੱਚ ਨਾ ਕੰਪਾਸ ਰੱਖ ਦਿੰਦੇ ਆ ਰੇਤੇ ਵਾਲੇ ਟੱਬ ਦੇ ਵਿੱਚ ਉਹ ਕੰਪਾਸ ਸਾਨੂੰ ਚਾਰੇ ਦਿਸ਼ਾਵਾਂ ਦਿਖਾਉਂਦਾ ਅੱਛਾ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੀ ਦਿਸ਼ਾ ਵਿੱਚ ਇਟਲੀ ਨੂੰ ਇਹ ਕਿਹੜੀ 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 ਚ ਜਾਣਾ ਉਹ ਤੇ ਸੋਈ ਉਹ ਦੱਸੀ ਜਾਂਦੀ ਨਾਲ ਉਹ ਮੁੰਡੇ ਨੂੰ ਬਸ ਇੰਨੇ ਸਿਖਾਇਆ ਸੀ ਬਸ ਮਾੜਾ ਮੋਟਾ ਉਹ ਇੰਜਣ ਕਿੱਦਾਂ ਨੂੰ ਜਾਣਾ ਜਾਂ ਕਿੱਦਾਂ ਚਲਾਉਣਾ ਉਹ ਦੱਸਿਆ ਸੀ ਯਾਨੀ ਜਿਹੜਾ ਪੂਰਾ ਟ੍ਰੇਨਡ ਨਹੀਂ ਸੀ ਮਾੜਾ ਮੋਟਾ ਟ੍ਰੇਨਡ ਸੀ ਚਲੋ ਉਹਨੇ ਲੈ ਕੇ ਸਾਨੂੰ ਤੋਰ ਲਿਆ ਭਾਜੀ ਤੋਰ ਕੇ ਤਾਂ ਸਾਨੂੰ ਸਾਨੂੰ ਕੇਨੀਆਂ ਰੱਖੀਆਂ ਤਾਂ ਅਸੀਂ ਵੀ ਚੜ ਗਏ ਵਿੱਚ ਉਹਨਾਂ ਦੇ ਡੌਂਕਰ ਦੋ ਬੇ ਚੜ ਗਏ ਪਿੱਛੇ ਨਾਲੇ ਹਾਂ ਉਨੀ ਕਿਸ਼ਤੀ ਤੋਂ ਲਈ ਦੋ ਡਾਂਕਰ ਉਥੋਂ ਉਥੋਂ ਹੀ ਜਿੱਥੇ ਮੰਨ ਲਓ ਸੀਗਾ ਪਾਣੀ 'ਚ ਖੜੇ ਸੀ ਐਨ ਉਹ ਕਿਨਾਰੇ ਤੇ ਉਹ ਪਿੱਛੇ ਹੋ ਗਏ ਦੂਜੇ ਡਾਂਕਰ ਸਾਡੇ ਨਾਲ ਜਾਨੀ ਗਏ ਹੋਣੇ ਆ ਮਤਲਬ ਥੋੜੀ ਜਿਹੀ ਬਾਟ ਮੰਨ ਲਓ ਤੁਸੀਂ ਅੱਧਾ ਕਿਲੋਮੀਟਰ ਤਾਂ ਬਹੁਤ ਜ਼ਿਆਦਾ ਹੋ ਜਾਂਦੀ ਆ ਥੋੜੀ ਗਏ ਮੰਨ ਲਓ 200 ਮੀਟਰ ਰੱਖੋ ਤੁਸੀਂ 200 ਮੀਟਰ ਤੇ ਗਏ ਤਾਂ ਭਾਜੀ ਉਹਨਾਂ ਨੇ ਆਪ ਛਾਲਾ ਮਾਰਤੀਆਂ ਪਾਣੀ 'ਚ ਅੱਛਾ ਹਾਂ ਉਹ ਪਿੱਛੇ ਵਾਪਸ ਆ ਗਏ ਹਾਂ ਵਾਪਸ ਆਉਣ ਦੇ ਨਾਲ ਉਹ ਆਪ ਚੱਲ ਗਏ ਤਾਂ ਸਾਡੀ ਕਿਸ਼ਤੀ ਤੁਰ ਪਈ ਜਦੋਂ ਕਿਸ਼ਤੀ ਸਾਡੀ ਥੋੜੀ ਜਿਹੀ ਗਾਹਾਂ ਗਈ ਨਾ ਮੰਨ ਲਓ ਤੁਸੀਂ ਅੱਧਾ ਕਿਲੋ ਕਿਲੋਮੀਟਰ ਕਿ ਗਈ ਤਾਂ ਪ ਉਹ ਪੁਲਿਸ ਦਾ ਸ਼ਿਪ ਸੀ ਉਹ ਸਾਨੂੰ ਅਨਾਉਂਸਮੈਂਟ ਕਰ ਰਿਹਾ ਸੀ ਵੀ ਸਟਾਪ ਹੋਣ ਨੂੰ ਅੱਛਾ ਹਾਂ ਉਹ ਲਾਈਟਾਂ ਵੀ ਮਾਰ ਰਹੀ ਸਾਡੇ ਪਰ ਇਦਾਂ ਨਹੀਂ ਸੀ ਉਹ ਸਾਡੀ ਕਿਸ਼ਤੀ ਸਾਰੀ ਚੱਲਦੀ 50 60 ਦੀ ਸਪੀਡ ਤੇ 50 ਜਾਂ 40 50 60 ਇਹਦੀ ਸਪੀਡ ਚ ਸੀ ਉਹਨਾਂ ਸ਼ੇਪ ਤਾਂ ਤੇਜ਼ ਦੌੜ ਸਕਦੇ ਸੀ ਉਹ ਫੇ ਉਹ ਮੈਨੂੰ ਲੱਗਦਾ ਕਿ ਉਹਨਾਂ ਦੀ ਰਾਲੀ ਮੇਲੀ ਭੁਗਤ ਸੀਗੀ ਉਹ ਸਾਨੂੰ ਉਥੋਂ ਕੱਢਣਾ ਚਾਹੁੰਦੇ ਸੀ ਇਹ ਵੀ ਹਾਂ ਵਿੱਚ ਵੀ ਛੇਤੀ ਛੇਤੋਂ ਇੱਥੇ ਨਿਕਲ ਜਾ ਸਾਡੀ ਥੋੜੀ ਜਿਹੀ ਬਾਟੋਂ ਪਿੱਛੇ ਕਰਦੇ ਰਹੇ ਅਸੀਂ ਭਾਜੀ ਤੁਰੇ ਰਹੀ ਪਿੱਛੇ ਮੁੜ ਕੇ ਨਹੀਂ ਦੇਖਿਆ ਕਿ ਸਾਰੇ ਮਿਲ ਮੁੰਡੇ ਬੈਠੇ ਸੀ ਚਲਾਉਣੀ ਪਾਈਲਣ ਸੀ ਮੀਰੀ ਭਾਜੀ ਜਿੱਥੇ ਮੈਂ ਬੈਠਾ ਸੀ ਮੇਰੇ ਜਿੱਦਾਂ ਅਧੇਕ ਮੁੰਡੇ ਇਦਾਂ ਨਾਲ ਟੂਬਾਂ ਐ ਢੋਸਲਾ ਕੇ ਬਹਿ ਗਏ ਵਿਚਲੇ ਪਾਸੇ ਤੇ ਬਾਕੀ ਵਿਚ ਬੈਠੇ ਅਸੀਂ ਪਟ્રોલ ਵਾਲੀਆਂ ਕੰਨੀਆਂ ਤੇ ਬਹਿ ਗਏ ਮੈਂ ਤਾਂ ਇੱਕ ਹੋਰ ਪੰਜਾਬੀ ਮੁੰਡਾ ਉਹ ਪਟ્રોલ ਵਾਲੀ ਕੰਨੀ ਭਾਈ ਜਿੱਥੇ ਦਾਦੂ ਛੱਲਾਂ ਮੜਮੜੀਆਂ ਆਉਂਦੀਆਂ ਸੀ ਨਾ ਕਿਸਤੀ ਸਿੱਧੀ ਨਹੀਂ ਜਾਂਦੀ ਸੀ ਏਦਾਂ ਮੰਨ ਲਓ ਸਿੱਧੀ ਉਹਨੂੰ ਏਦਾਂ ਘਮਾ ਕੇ ਲੈ ਕੇ ਜਾਣਾ ਪੈਂਦਾ ਸੀ ਮੜਮੜੇ ਥੋੜੀ ਜਾ ਕੇ ਫਿਰ ਕਮਾਉਣੀ ਇਹਦਾ ਮੂੰਹ ਚੇਂਜ ਕਰਕੇ ਉਹਦਾ ਤੇ ਉਹ ਛੱਲਾਂ ਦੀ ਗੱਲ ਕਰੀਏ ਕਿਸ਼ਤੀ ਦੀ ਕਪੈਸਿਟੀ ਕਿੰਨੀ ਹੁੰਦੀ ਬੰਦੇ ਦੇ ਕਪੈਸਿਟੀ ਭਾਈ ਸਾਰੀ ਉਹਦੀ 20 ਬੰਦੇ ਦੀ ਅੱਛਾ ਤੇ ਬੈਠੇ ਕਿੰਨੇ ਸੀ ਉੱਤੇ 45 ਜਾਣੇ ਪੂਰੇ ਭਾਈ ਪਲੱਸ 15 ਕਿੰਨੇ ਆ ਪੈਟਰੋਲ ਦੀਆਂ ਹਾਂਜੀ ਬੰਦੇ ਉਹਨੇ ਓਵਰ ਕਰ ਦਿੱਤੇ ਸੀ ਭਾਈ ਬਹੁਤ ਜ਼ਿਆਦਾ ਤੇ ਅਸਾਂ ਨੂੰ ਤਾਂ ਭਾਜ ਉਸ ਚੀਜ਼ ਦੀ ਹੱਲੇ ਤੱਕ ਵੀ ਨੌਲੇਜ ਨਹੀਂ ਸੀ ਇਹ ਜਦੋਂ ਵਿੱਚ ਬਹਿ ਵੀ ਗਏ ਜਾਂਦੇ ਪਏ ਸੀ ਸਾਨੂੰ ਬਸ ਇੱਕੋ ਸੀ ਵੀ ਹੁਣ ਤੁਰੇ ਆਂ ਅਸੀਂ 14 ਘੰਟੇ ਲੱਗਦਾ ਸਵੇਰ ਨੂੰ ਜਾ ਕੇ 10 11 ਵਜੇ ਅਸੀਂ ਇਟਲੀ ਦੇ ਬਾਰਡਰ ਵਿੱਚ ਕਰਾਸ ਕਰ ਹਾਂਜੀ ਉਹ ਤੁਰੇ ਭਾਜੀ ਫਿਰ ਤੁਰਨੇ ਤੋਂ ਬਾਅਦ ਅਸੀਂ ਜਦੋਂ ਆਈ ਮੈਂ ਪੈਟਰੋਲ ਵਾਲੀ ਕੇਨੀ ਦੇ ਬੈਠਾ ਇੱਕ ਮੁੰਡਾ ਹੋਰ ਪੰਜਾਬੀ ਸੀ ਆਪਣਾ ਉਹ ਵੀ ਪੈਟਰੋਲ ਹੀ ਉਹ ਜਿਹੜਾ ਜਿੱਦਾਂ ਜੰਪਾ ਭਾਜੀ ਪੈਂਦੇ ਸੀ ਨਾ ਪਾਣੀ ਦੇ ਉਹ ਮੇਰੇ ਪੈਟਰੋਲ ਇਦਾਂ ਟੱਕਣ ਥੋੜੇ ਥੋੜੇ ਲੂਸ ਸੀ ਨਾਲ ਦੇ ਉਹ ਮੇਰੇ ਇਦਾਂ ਦਾ ਚੁੰਦਾ ਰਿਹਾ ਗੋਡੇ ਦੇ ਥੱਲੇ ਪਾਸੇ ਪੈਟਰੋਲ ਨਾਲ ਨਾਲ ਮੈਨੂੰ ਮੈਨੂੰ ਤਕਲੀਫ ਤਾਂ ਹੁੰਦੀ ਸੀ ਕਿਉਂਕਿ ਇੱਕ ਪੈਟਰੋਲ ਚੜਦਾ ਸੀਗਾ ਨੱਕ ਨੂੰ ਬਹੁਤ ਜ਼ਿਆਦਾ ਇਕ ਤੁਹਾਨੂੰ ਪਤਾ ਜਦੋਂ ਅਸੀਂ ਇਦਾਂ ਦੇ ਸਫਰ ਕਰਦੇ ਆਂ ਭਾਜੀ ਉਲਟੀਆਂ ਵੀ ਬੰਦੇ ਨੂੰ ਆਉਂਦੀਆਂ ਤੇ ਮੈਨੂੰ ਉਹਦੇ ਨਾਲ ਉਲਟੀਆਂ ਵੀ ਮੈਨੂੰ ਬੋਮਟ ਵੀ ਮੈਨੂੰ ਆਉਂਦੀ ਸੀ ਤੇ ਮੇਰੇ ਚੋਂਦਾ ਰਿਆ ਚੋਂਦੇ ਨਾਲ ਨਾ ਭਾਜੀ ਮੇਰੇ ਅੰਦਰਲੇ ਪਾਸੇ ਸ਼ੈਲ ਹੋ ਗਿਆ ਗੋਡਿਆਂ ਤੇ ਭੱਲੇ ਵੀ ਨਿਸ਼ਾਨ ਮੇਰੇ ਹੈਗੇ ਆ ਉਹ ਸ਼ੈਲ ਹੋਣ ਨਾਲ ਭਾਜੀ ਨਾ ਚਲੋ ਛੇਲ ਹੋ ਗਿਆ ਰਾਤ ਨੂੰ ਫਿਰ ਤੁਰੇ ਰਹੇ ਤੁਰੇ ਸਵੇਰੇ ਜਾ ਕੇ ਭਾਈ ਸਾਜਰੇ ਜੇ ਨਾ ਜਾ ਕੇ ਸਵੇਰੇ 6:30 4 ਵਜੇ ਦੀ ਗੱਲ ਆ 6:30 4:30 ਦੀ ਹਲਕਾ ਹਲਕਾ ਦਿਨ ਚੜਿਆ ਹੀ ਮਾੜਾ ਮਾੜਾ ਤੇ ਰਾਤ ਨੂੰ ਕਿਸ਼ਤੀ ਇੱਦਾਂ ਚੱਲੀ ਗਿਆ ਅਸੀਂ ਵੀ ਦੇ ਕੁਛ ਨਹੀਂ ਦੀਦਾ ਸੀ ਨੇਰੇ ਵਿੱਚ 40 ਡਰ ਤਾਂ ਬਹੁਤ ਜ਼ਿਆਦਾ ਲੱਗਦਾ ਕਿਉਂਕਿ ਸੇਫਟੀ ਸੂਫਟੀ ਜੈਕਟ ਹੋਵੇ ਫਿਰ ਭਾਜੀ ਬੰਦਾ ਮਾੜਾ ਮੋਟਾ ਹੌਸਲਾ ਬਾਲਣਾ ਤਾਂ ਜੇ ਡੇਗ ਵੀ ਗਏ ਵਿੱਚ ਉਹ ਯਾਰ ਉੱਠ ਜਮਾਂਗੇ ਕਿਉਂਕਿ ਹਾਲੇ ਤੱਕ ਨੂੰ ਸਮੁੰਦਰ ਦਿਖਦਾ ਨਹੀਂ ਸੀਗਾ ਵੀ ਕਿੰਨਾ ਕਿ ਪੂਰਾ ਨਹੀਂ ਦਿਖਦਾ ਸੀ ਭਾਜੀ ਕਿੱਦੋਂ ਨੂੰ ਕਿਦਾਂ ਕਿਉਂ ਬਿਲਕੁਲ ਹਨੇਰਾ ਸੀ ਨਾ ਬਸ ਉਹ ਕਿਸ਼ਤੀ ਆਪਣੇ ਐਦੇ ਜੋ ਵੀ ਉਹ ਕੰਪਾਸ ਦੇ ਹਿਸਾਬ ਨਾਲ ਉਹਨੂੰ ਉਹਨੂੰ ਲੈ ਕੇ ਤੁਰੇ ਹੋ ਸੀਗੇ ਉਹ ਵੀ ਮੋਬਾਈਲ ਦੀ ਲਾਈਟ ਨਾਲ ਮਾੜਿਆ ਕੰਪਾਸ ਚਲਾ ਕੇ ਦੇਖ ਲੰਦਾ ਸੀ ਉਹ ਕਿੱਦੋਂ ਸਹੀ ਜਾਣੇ ਬਸ ਫੇਰ ਬੰਦ ਕਰ ਲਾਏ ਸਾਨੂੰ ਉਹਨੇ ਇੱਕ ਵਾਇਰਲੈਸ ਦਿੱਤੀ ਸੀ ਵਿੱਚ ਕਿਸ਼ਤੀ ਵਾਲਾ ਜਿਹੜਾ ਪਾਇਲਟ ਮੁੰਡਾ ਸੀ ਉਹਨੂੰ ਵਾਇ ਤੁਰੀ ਗਏ ਭਾਈ ਤੁਰੀ ਗਏ ਸੂਰੇ ਸਾਜਰੀ ਜਾ ਕੇ ਜਦੋਂ 4:30 4:30 5 ਹੋਏ ਕੇਐਸਟੀ ਦੇ ਭਾਈ ਸਾਡੀ ਇਹ ਸਾਈਡ ਜਿੱਦਾ ਰਬੜ ਜਿਹੜੀ ਸੀ ਨਾ ਉਹ ਇੰਨੀ ਖੁੱਲ ਗਈ ਹੂੰ ਜਾਨੀ ਉਹਦੇ ਨਾਲ ਟੂਬ ਦੇ ਨਾਲੋਂ ਇਦਾਂ ਲਹਿ ਗਈ ਜੋਇੰਟ ਨਾਲੋਂ ਉੱਥੋਂ ਪਾਣੀ ਆਉਣ ਲੱਗ ਗਿਆ ਹੂੰ ਪਾਣੀ ਆਉਣ ਦੇ ਨਾਲ ਜਿੱਥੇ ਜਿਹੜੇ ਬੰਦੇ ਬਹਿ ਉਹਨਾਂ ਦੇ ਪੈਰਾਂ ਨੂੰ ਪਾਣੀ ਲੱਗਾ ਜਦੋਂ ਹਨਾ ਹੂੰ ਹੂੰ ਤੇ ਥੋੜੀ ਘਬਰਾਹਟ ਮਹਿਸੂਸ ਕੀਤੀ ਉਹਨਾਂ ਨੇ ਘਬਰਾਹਟ ਮਹਿਸੂਸ ਕਰਨ ਕਰਕੇ ਸਾਰੀ ਕਿਸ਼ਤੀ ਚਲੋੜਾ ਪੈ ਗਿਆ ਵਿੱਚ ਪਾਣੀ ਆ ਗਿਆ ਪਾਣੀ ਆ ਗਿਆ ਪਾਣੀ ਆਉਣ ਦੇ ਨਾਲੇ ਭਾਜੀ ਉਹ ਜੇ ਤਾਂ ਬੰਦੇ ਸਬਰ ਕਰ ਲੰਦੇ ਉਥੇ ਤਾਂ ਕੁਝ ਨਹੀਂ ਸੀ ਹੋਣਾ ਸ਼ਾਇਦ ਉਹ ਉਸ ਚੀਜ਼ ਨੂੰ ਟੇਪ ਨੇ ਬੰਦ ਕਰ ਦੇਣਾ ਸੀ ਉਹ ਪਾਇਲਟ ਜਦ ਤੱਕ ਮੁੜੇ ਗਿਆ ਪਿੱਛੋਂ ਆਪਣੇ ਜਿੱਥੇ ਚਲਾਉਂਦਾ ਬੈਠਾ ਉੱਥੋਂ ਜਣੀ ਇਹਦਾ ਵਿੱਚ ਹੀ ਕਰਾਸ ਹੋ ਕੇ ਬੰਦੇ ਜਾਂਦਾ ਸੀ ਰੱਛ ਸੀ ਨਾ ਵਿੱਚ ਉਹ ਜਦ ਤੱਕ ਉੱਥੇ ਬੰਦੇ ਜਿਆਦਾ ਇਕੱਠੇ ਹੋ ਗਏ ਜਿਹੜੇ ਲਾਗੇ ਲਾਗੇ ਇਕੱਠੇ ਹੋ ਗਏ ਉਹ ਉਹਨਾਂ ਦੇ ਹੋਰ ਇਕੱਠੇ ਹੋਣ ਦੇ ਨਾਲ ਭਾਜੀ ਉੱਥੇ ਭਾਰ ਪੈ ਗਿਆ ਭਾਰ ਪੈ ਗਿਆ ਭਾਰ ਪੈਣ ਨਾਲ ਜਿਹੜਾ ਜਿਹੜੀ ਰਬੜ ਸੀ ਉਹ ਸਾਰੀ ਖੁੱਲ ਗਈ ਵਿੱਚੋਂ ਜਣੀ ਇੱਕ ਫੈਟ ਦਾ ਪਾਣੀ ਵਿੱਚ ਸਾਰੇ ਜਿੱਦਾਂ ਆਪਾਂ ਪੂਰੇ ਕੰਡੀਸ਼ਨ ਦੇ ਵਿੱਚ ਆ ਗਿਆ ਪਾਣੀ ਸਾਰੇ ਪਾਣੀ ਭਰ ਗਿਆ ਹਲਕਾ ਜਿਹਾ ਦਿਨ ਚੜ ਗਿਆ ਸੀ ਉਦੋਂ ਰੋਲੇ ਰੋਲੇ ਪੈਂਦੇ ਕਰਦੇ ਨੇ ਇੰਨੇ ਇੰਨੇ ਟਾਈਮ ਦੇ ਵਿੱਚ ਇਹ ਮੜ ਮੜ ਦਿਨ ਚੜ ਗਿਆ ਸੀ ਭਾਜੀ ਪੂ ਭਾਜੀ ਫੇਜ ਜਦੋਂ ਅਸੀਂ ਆਲੇ ਦੁਆਲੇ ਦੇਖਿਆ ਪੂਰੇ ਸਮੁੰਦਰੀ ਸਮੁੰਦਰ ਇਦੋਂ ਨੂੰ ਵੀ ਰੱਬ ਦੇ ਨਾਲ ਪਾਣੀ ਲੱਗਾ ਇਦੋਂ ਨੂੰ ਵੀ ਟਾਈਮਿੰਗ ਦੇਖੀ ਟਾਈਮ ਹੀ ਵੀ ਕਹਿੰਦੇ 7-8 ਘੰਟੇ ਤੁਸੀਂ 9 ਘੰਟੇ ਵਿੱਚ ਆ ਚੁੱਕੇ ਆ ਵੀ ਅਸੀਂ ਅਸੀਂ ਸੋਣੀ ਅਣੀ ਬਿਲੇਵੀਆ ਦਾ ਬਾਰਡਰ ਪਾਰ ਕਰਕੇ ਇੰਟਰਨੈਸ਼ਨਲ ਸਮੁੰਦਰ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਪਹੁੰਚ ਚੁੱਕੇ ਸੀਗਾ ਹਾਂ ਜੀ ਤੇ ਉਹ ਜਦੋਂ ਸਾਨੂੰ ਫਿਰ ਉਹ ਚੀਜ਼ ਇਕੱਠੇ ਹੋ ਗਏ ਬੰਦੇ ਉਥੇ ਇਕੱਠੇ ਹੋਣ ਦੇ ਨਾਲ ਸਾਨੂੰ ਇੰਨੀ ਇੱਕ ਘਬਰਾਹਟ ਹੋ ਗਈ ਵੀ ਹੁਣ ਕੀ ਕਰਨਾ ਉਹ ਸਾਰੇ ਬੰਦੇ ਕੀ ਕਰਨ ਲੱਗੇ ਜੋ ਵੀ ਵਿੱਚ ਸਮਾਨ ਸੀ ਨਾ ਭਾਜੀ ਤੇ ਲਾਣੀਆਂ ਕੇਨੀਆਂ ਚੱਕ ਕੇ ਬਾਹਰ ਮਾਰੀਆਂ ਜੋ ਸਾਡੇ ਕੱਪੜੇ ਸੀ ਬਾਧੂ ਪਾਇਓ ਅਸੀਂ ਬੂਟ ਸ਼ੂ ਵਗੈਰਾ ਜੋ ਵੀ ਜਾ ਮੰਨ ਲਓ ਯਾਨੀ ਚੀਜ਼ਾਂ ਸੀ ਸਾਡੇ ਦੇ ਕੋਲ ਉਹ ਸਾਰੀਆਂ ਚੱਕ ਕੇ ਸੀ ਲਾ ਕੇ ਮਾਰੀਆਂ ਬਾਧੂ ਕੱਪੜਾ ਸੀ ਉਹ ਲਾ ਕੇ ਮਾਰਿਆ ਤੇ ਵਿੱਚੋਂ ਖਾਲੀ ਕਰ ਲਈ ਹੁਣ ਵਿੱਚੋਂ ਤਾਂ ਭਾਜੀ ਖਾਲੀ ਹੋ ਰਹੀ ਉਹਤੇ ਖੜ ਨਹੀਂ ਸੀ ਹੁੰਦਾ ਕਿਉਂਕਿ ਉਹ ਲਫ ਗਿਆ ਵਿੱਚ ਪਾਣੀ ਦੇ ਸਾਰਾ ਫੱਟੇ ਇੱਕ ਪਾਸੇ ਨੂੰ ਲਫ ਗਿਆ ਥੱਲੇ ਪੂਰੇ ਇੱਕ ਪਾਸੇ ਜੁੜਿਆ ਰਹਿ ਗਿਆ ਇੱਕ ਪਾਸੇ ਪਾਣੀ ਚ ਲੰਕ ਗਿਆ ਹੁਣ ਵਿੱਚ ਲੰਕਦੇ ਸੂਮਦਰ ਦੇ ਵਿੱਚ ਜਾਂਦੇ ਸੀ ਸਾਰੇ ਬੰਦੇ ਭਾਜੀ ਉਹ ਕਿ ਜਿਹੜੀ ਟੂਬ ਬਣੀ ਹੋਈ ਸੀ ਨਾਲੇ ਦੋਲੇ ਜੇ ਛਾਵਾ ਭਰੀ ਹੋਈ ਸੀ ਅਸੀਂ ਉਹਦੇ ਉੱਤੇ ਬਹਿ ਗਏ ਇੱਕ ਦੂਜੇ ਨੇ ਜਦੋਂ ਮੋਟਰਸਾਈਕਲ ਤੇ ਬੈਠ ਜੀਦਾ ਐਦਾਂ ਉਹਨੂੰ ਜੱਫੀਆਂ ਪਾ ਕੇ ਇੱਕ ਦੂਜੇ ਨੂੰ ਸਾਰੇ ਲਾਈਨ ਬਣਾ ਲਈ ਅੱਧਾ ਦੋਈ ਪਾਸ ਚੂਜ਼ ਸ਼ੇਪ ਦੇ ਉੱਤੇ ਚਲੋ ਜੀ ਪਾਜੀ ਜਿੱਥੇ ਡੋਂਕਰ ਸੀ ਜਿਹੜਾ ਉਹਨੇ ਫਿਰ ਕੀ ਸਾਰਾ ਨੂੰ ਕੀ ਦੱਸਿਆ ਫਿਰ ਉਹਨੇ ਫਟਾਫਟ ਐਸੀ ਪਾਜੀ ਉਹਨੇ ਡਿਸੀਜਨ ਲਿਆ ਸੀਗਾ ਵੀ ਫਟਾਫਟ ਸਮਾਨ ਸਾਰਾ ਬਾਹਰ ਕੱਢ ਦੋ ਕਿ ਕਿਉਂਕਿ ਜੇ ਵਿੱਚ ਭਾਰ ਪਿਆ ਰਿਆ ਇੱਕ ਇੱਕ ਪਾਸਾ ਤਾਂ ਲਹਿ ਗਿਆ ਦੂਜੇ ਪਾਸੇ ਜਿੱਥੇ ਮੜਮੋਟਾ ਆਲਰੇਡੀ ਖੜੇ ਸੀ ਬੰਦੇ ਮੜਮੋਟਾ ਫੜ ਕੇ ਬਾਹਰ ਵੀ ਸਾਰਾ ਕੁਝ ਵਿੱਚ ਡੁੱਬ ਜਾਣਾ ਵੀ ਆਪਣੀ ਵਿਦਿਆਤ ਚੱਲਦੀ ਹੈ ਨਹੀਂ ਤੁਸੀਂ ਸਾਰਾ ਕੁਝ ਛੱਡ ਦੋ ਉਹਨੇ ਪਾਜੀ ਫਿਰ ਡਿਸੀਜਨ ਲੈ ਕਿਉਂ ਨਹੀਂ ਕੋਈ ਬੈਲੈਂਸ ਸੀ ਉਹਨੇ ਫਿਰ ਫਟਾਫਟ ਉਸ ਵੇਲੇ ਬੈਲੈਂਸ ਲਾਈ ਉਥੇ ਨੂੰ ਆਪਣੇ ਜਿਹੜੇ ਉਹਨਾਂ ਨੇ ਏਜੰਟ ਨੇ ਨੰਬਰ ਦਿੱਤਾ ਹੈ ਬੈਲੈਂਸ ਦੇ ਉੱ ਯਾਨੀ ਅਸੀਂ ਸਵੇਰ ਦੇ ਕਾਲ ਕਰਦੇ ਸੀ ਅਸੀਂ ਉਹ ਜਿੱਦਾਂ ਮਲ ਜਦੋਂ ਕਾਰਵਾਈ ਸ਼ਾਰੂ ਸ਼ੁਰੂ ਹੋ ਗਿਆ ਨਾ ਤੇ ਉਦੋਂ ਸਾਰੇ ਟਿਊਬ ਦੇ ਉੱਤੇ ਬਹਿ ਕੇ ਤੇ ਫਿਰ ਤਾਂ ਉਹਦਾ ਬੈਲੰਸ ਤਾਂ ਰਿਆ ਹੀ ਨਹੀਂ ਕੋਈ ਉਹ ਫਿਰ ਛੱਲਾਂ ਦੇ ਨਾਲ ਰਹਿ ਕੇ ਜਿੱਦਨੂੰ ਪਾਣੀ ਜਾਣਾ ਉਦੋਂ ਡੁੱੜੀ ਜਾਣੀ ਫਿਰ ਉਦੋਂ ਕੀ ਲੱਗਦਾ ਇੰਜ ਪਹਿਲਾਂ ਡੁੱਬ ਗਿਆ ਤਾਂ ਲੱਗਦਾ ਸੀ ਕਿ ਪਹੁੰਚ ਜਾਵਾਂਗੇ ਫਿਰ ਇਸ ਇਹ ਜਿਹੇ ਹਾਲਾਤ ਨਹੀਂ ਭਾਜੀ ਉਸ ਵੇਲੇ ਉਸ ਵੇਲੇ ਜਦੋਂ ਇਹ ਵਾਕਿਆ ਹੋਇਆ ਨਾ ਜਦੋਂ ਫਟ ਗਿਆ ਸੀ ਸਮਾਨ ਅਸੀਂ ਬਾਹਰ ਕੱਢ ਕੇ ਸੜਦਾ ਸਾਡੇ ਗੋਡਿਆਂ ਤੋਂ ਉੱਪਰ ਉੱਪਰ ਪਾਣੀ ਸਰੀ ਕਿਉਂਕਿ ਉਹ ਜਿਹੜੀ ਸੀ ਨਾ ਜਿਹੜੀ ਲੱਗੀ ਹੋ ਸੀ ਟੂਬ ਦਾ ਜਿਹੜਾ ਵਿਚਲੀ ਫਾਉਂਡੇਸ਼ਨ ਸੀ ਹੌ ਉਹ ਜਿੰਨਾ ਚਿਰ ਅਸੀਂ ਵਿਚ ਖੜੇ ਸਾਨੂੰ ਇਹ ਹੋ ਗਿਆ ਸੀ ਵੀ ਹੁਣ ਬਚਦੇ ਨਹੀਂ ਪਾਜੀ ਹੁਣ ਮਰ ਗਏ ਮਰ ਗਏ ਪਾਜੀ ਉਸ ਵੇਲੇ ਘਰਦਿਆਂ ਨੂੰ ਯਾਦ ਕੀਤਾ ਅੱਖਾਂ ਚ ਹੰਝੂ ਵੀ ਆਏ ਪਰਮਾਤਮਾ ਨੂੰ ਵੀ ਯਾਦ ਕੀਤਾ ਕਿ ਵਾਹਿਗੁਰੂ ਪਤਾ ਨਹੀਂ ਹੁਣ ਬਚਣਾ ਜੀਣਾ ਕਿ ਮਰਨਾ ਆ ਤੂੰ ਸਾਡੇ ਘਰਦਿਆਂ ਨੂੰ ਰਾਜੀ ਖੁਸ਼ੀ ਰੱਖੀਂ ਹਨ ਅਸੀਂ ਉਹਨਾਂ ਨੂੰ ਕਿਉਂਕਿ ਮੇਰੇ ਤਾਂ ਸਿਰਫ ਦਾਦਾ ਜੀ ਨੂੰ ਪਤਾ ਸੀ ਘਰ ਮੈਂ ਤਾਂ ਕਿਸੇ ਨੂੰ ਡੈਡੀ ਨਾਲ ਵੀ ਨਹੀਂ ਗੱਲ ਹੋਈ ਸੀਗੀ ਨਾ ਮੰਮੀ ਨਾਲ ਗੱਲਬਾਤ ਹੋਈ ਕਿਉਂਕਿ ਉਹ ਤੋਂ ਕਾਲ ਹੀ ਬਹੁਤ ਮਹੀਨੇ ਮਹੀਨੇ ਡੇਡ ਡੇਡ ਮਹੀਨਿਆਂ ਬਾਅਦ ਤੱਕ ਕਾਲ ਕਰਦੇ ਸੀ ਘਰ ਲਈ ਵੀ ਇਦਾਂ ਦੀ ਕੋਈ ਗੱਲਬਾਤ ਕਰਕੇ ਦਾਦਾ ਜੀ ਦਾ ਹੌਸਲਾ ਸੀਗਾ ਉਹਨਾਂ ਨੂੰ ਮੈਂ ਦੱਸਿਆ ਸੀ ਥੋੜਾ ਜਿਹਾ ਤੇ ਉਸ ਤੋਂ ਬਾਅਦ ਭਾਜੀ ਫਿਰ ਜਦੋਂ ਉਹਨੇ ਪਾਇਲਟ ਨੇ ਫਿਰ ਟੇਪ ਲਾਉਣ ਕੀ ਕੋਸ਼ਿਸ਼ ਕੀਤੀ ਨਹੀਂ ਬਣੀ ਗੱਲ ਭਾਰ ਕਿਉਂ ਨਹੀਂ ਸਾਰਾ ਸਮਾਨ ਬਾਹਰ ਸਟਾਟਾ ਸਟਾਉਣ ਤੋਂ ਬਾਅਦ ਸਾਨੂੰ ਉਹਨੇ ਕਿਹਾ ਕਿ ਤੁਸੀਂ ਹੁਣ ਟੂਬਾਂ ਦੇ ਉੱਪਰ ਬਹਿ ਜਾਓ ਅਸੀਂ ਟੂਬਾਂ ਦੇ ਉਹਨੇ ਬੈਲੈਂਸ ਲਾਉਂਦਾ ਰਿਹਾ ਪਿੱਛੇ ਕਿਉਂਕਿ ਇੰਜਣ ਵੀ ਥੱਲੇ ਡੁੱਬ ਗਏ ਪਿੱਛੇ ਇੰਜਣ ਸਿਰਫ ਫਿਡਿਸ਼ਨ ਦੇ ਨਾਲ ਹੀ ਲੱਗੇ ਹੁੰਦੇ ਨੇ ਨਾ ਪਿੱਛੇ ਉਹਨੇ ਭਾਜੀ ਕਾਲ ਲਾਈ ਉਹ ਸਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਾਜੀ ਦਲਾਸਾ ਹੀ ਦਿੰਦੇ ਰਹੇ ਵੀ ਤੁਹਾਨੂੰ ਹੁਣ ਕੋਈ ਹੈਲੀਕਾਪਟਰ ਬਚਾਉਣ ਆਊਗਾ ਹੁਣ ਤੁਹਾਨੂੰ ਕੋਈ ਸ਼ਿਪ ਬਚਾਉਣ ਆਊਗਾ ਕੋਈ ਚੱਕ ਨਹੀਂ ਤੁਸੀਂ ਘਬਰਾਇਓ ਨਾ ਆਰ ਕੇ ਭਾਜੀ ਸ਼ਾਮ ਹੋਈ ਨਾ ਛੱਲਾਂ ਜਿਆਦਾ ਤੇਜ਼ ਹੋ ਗਈਆਂ। ਹਾਂ। ਛੱਲਾਂ ਤੇਜ਼ ਹੋਣ ਦੇ ਨਾਲ ਜਿਹੜਾ ਫੰਡੀਸ਼ਨ ਲੰਕ ਦਾ ਥੱਲੇ ਉਹਦੇ ਨਾਲ ਫੱਟੇ ਦਾ ਬੋਲਟ ਕੱਸਿਓ ਸੀ। ਹਾਂ। ਜਿੱਦਾਂ ਬੋਲਟ ਕੱਸਿਓ ਜਦੋਂ ਛਲ ਤੇਜ਼ ਪੈਦੀ ਸੀ ਨਾ ਪਾਜੀ ਇਦਾਂ ਅੱਗੇ ਥੱਲੇ ਵੱਜਦਾ ਸੀ ਟੂਬ ਦੇ ਨਾਲ। ਉਹ ਟੂਬ ਦੇ ਨਾਲ ਵੱਜਣ ਦੇ ਨਾਲ ਇੱਕ ਫੰਡੀਸ਼ਨ ਦੇ ਵਿੱਚ ਪਾਜੀ ਜਿੱਥੇ 12 13 ਮੁੰਡੇ ਇਕੱਠੇ ਬੈਠੇ ਸੀ। ਉਸ ਫੰਡੀਸ਼ਨ 'ਚ ਜਾ ਕੇ ਜਦੋਂ ਕੱਲ ਵੱਜਾ ਉੱਥੋਂ ਫਟ ਗਿਆ ਉਹ। ਉਹ 12 13 ਦੇ 13 ਮੁੰਡੇ ਉੱਥੇ ਡੇਗ ਗਏ ਵਿਚੇ ਪਾਣੀ ਦੇ। ਕੋਈ ਸੇਫਟੀ ਜੈਕਟ ਤਾਂ ਹੈ ਨਹੀਂ ਸੀ। ਉਸੇ ਵੇਲੇ ਜਿਹਨੂੰ ਤਾਂ ਮਾੜਾ ਮੋਟਾ ਪਾਜੀ ਹੱਥ ਪੈਰ ਮ ਲੱਗੀ ਸੀ ਰੱਸੀ ਉਹਨੂੰ ਫੜ ਲਿਆ ਅਸੀਂ ਵੀ ਡੈਗੇ ਪਾਜੀ ਉਸ ਵੇਲੇ ਕਿਉਂਕਿ ਇੱਕ ਪਾਸੇ ਉਹਦੇ ਲੱਗਣ ਦੇ ਨਾਲ ਫਿਡਿਸ਼ਨ ਸਾਰਾ ਉਹ ਉਹਦੀ ਜੋ ਵੀ ਸੀਗੀ ਚੀਜ਼ ਹੈ ਨਾ ਉਹਦਾ ਉਹ ਬੈਲੈਂਸ ਸਾਰਾ ਵਿਗੜ ਗਿਆ ਅਸੀਂ ਵੀ ਡੈਗ ਗਏ ਅਸੀਂ ਡੈਗੇ ਜਿੱਦਾਂ ਡੈਗੇ ਅਸੀਂ ਰੱਸੀ ਨਹੀਂ ਛੱਡੀ ਪਾਜੀ ਕਿਉਂਕਿ ਰੱਸੀ ਨੂੰ ਫੜ ਕੇ ਬੈਠੇ ਜਾਈ ਐ ਐਦਾਂ ਬਸ ਦੋਈ ਪਾਸੇ ਮੋਟਰਸਾਈਕਲ ਤੇ ਬੈਠੀ ਨਾ ਅੰਦਰਲੇ ਪਾਸੇ ਕੁਝ ਨਹੀਂ ਸੀ ਬਾਹਰਲੇ ਪਾਸੇ ਉਹ ਰੱਸੀ ਫਿਕਸ ਸੀਗੀ ਟੂਬ ਦੇ ਨਾਲ ਚਲੋ ਪਾਜੀ ਉਹ ਬੰਦੇ ਜਦੋਂ ਉੱਥੇ ਡੈਗੇ ਤਾਂ 12 ਦੇ 13 ਮੁੰਡੇ ਉਹਨਾਂ ਦੀ ਡੈਥ ਹੋ ਗਈ ਅੱਖਾਂ ਦੇ ਸਾਹਮਣੇ ਸਾਡੇ ਦੇਖਦੇ ਉੱਥੇ ਗੋਤਿਆ ਕਿ ਉੱ ਪਾਜੀ ਉਹ ਜਦੋਂ ਮਾਰਦੇ ਤੁਸੀਂ ਆਪਣੇ ਸਾਥੀਆਂ ਨੂੰ ਦੇਖਿਆ ਫੇਰ ਤਾਂ ਤੁਹਾਡਾ ਆਪਣਾ ਮਨ ਬੰਦ ਹੀ ਪਾਜੀ ਟੁੱਟ ਗਿਆ ਬਿਲਕੁਲ ਬਿਲਕੁਲ ਟੁੱਟ ਗਏ ਵੀ ਹੁਣ ਉਹ ਮਰ ਗਏ ਆ ਅਸੀਂ ਬਚਣਾ ਨਹੀਂ ਅਸੀਂ ਮਰ ਗਏ ਆ ਇੱਕ ਤਰ੍ਹਾਂ ਦੇ ਹੁਣ ਬਿਲਕੁਲ ਸਾਡੀ ਅਸੀਂ ਜਾਨੀ ਸੁੰਨ ਹੋ ਗਏ ਸੀ ਪਾਜੀ ਵੀ ਹੁਣ ਕਰੀਏ ਤਾਂ ਕਰੀਏ ਕੀ ਕੁਝ ਨਾ ਸਮਝਾਵੇ ਪਾਜੀ ਬਸ ਇਹ ਸੀ ਕਿ ਜਿੰਨਾ ਚਿਰ ਬਾਕੀ ਹੈਗੇ ਸੀ ਹੋਰ ਵੀ ਸਾਥ ਦੇ ਮੁੰਡੇ ਅਸੀਂ ਇੱਕ ਦੂਜੇ ਨੇ ਨਾਲ ਫੇਰ ਹੌਸਲਾ ਕਰਕੇ ਉਹ ਟੂਬ ਦੇ ਉੱਪਰ ਬੈੰਦੇ ਚੜ ਕੇ ਟੂਬ ਦੇ ਉੱਪਰ ਬਹਿ ਜਾਂਦੇ ਸੀ ਵੀ ਚਲੋ ਫੇਰ ਉਹ ਜਿੱਦਾਂ ਜਿੱਦਾਂ ਉਹ ਬੈਲੈਂਸ ਐਦਾਂ ਤਾਂ ਵਿਗੜੀ ਜਾਂਦਾ ਸੀ ਨਾ ਉਹ ਬੈਲੈਂਸ ਸਹੀ ਨਹੀਂ ਰਹਿੰਦਾ ਸੀ 12 13 ਮੰਨ ਤੋਂ ਬਾਅਦ ਪਾਜੀ ਫਿਰ ਸਾਰੀ ਰਾਤ ਸਾਡੀ ਇਦਾਂ ਅੰਗੀ ਜਿੱਦਾਂ ਮੰਨ ਲਓ ਕੋਈ ਛਲ ਤੇਜ ਆ ਜਣੀ ਕਈ ਵਾਰ ਤੋਂ ਪੁੱਠੀ ਹੋ ਜਾਂਦੀ ਸੀ ਪੂਰੀ ਪੁੱਠੀ ਹੋਣੀ ਫੇ ਉਹਨੂੰ ਜੇ ਪੁੱਠੀ ਹੋਣੀ ਸਾਡੇ ਉੱਪਰ ਨਹੀਂ ਪਿਆ ਹੋਣਾ ਸੀ ਅਸੀਂ ਉਹਨੂੰ ਜਿੱਦਾਂ ਕਾਰ ਕਰਕੇ ਹਿੰਮਤੀ ਉਧਰਲੇ ਪਾਸੇ ਫੜ ਕੇ ਮੁੰਡੇ ਨੇ ਇੱਧਰ ਵਿੱਚ ਲੰਮ ਕੇ ਪਾਣੀ ਦੇਈ ਇਦਾਂ ਉਹਨੂੰ ਹਨਾ ਇਦਾਂ ਭਾਜੀ ਉਹਨੂੰ ਸਿੱਧੀ ਕਰਦੇ ਸੀ ਮਾੜੀ ਮੋਟੀ ਵੀ ਉਹਨੇ ਰੱਸੀ ਫੜ ਕੇ ਰੱਖੀਏ ਰਹਿੰਦਾ ਕੀ ਸੀ ਭਾਜੀ ਇੱਕ ਸਾਡੀ ਜਦੋਂ ਬਾਹਰ ਰਹਿੰਦਾ ਸੀ ਇੱਕ ਸਾਡੀ ਗਰਦਨ ਬਾਹਰ ਸੀ ਇੱਕ ਮੇਰੀ ਬਾਹਰ ਸੀ ਬਸ ਉਹਦੇ ਨਾਲ ਜੀ ਆਹ ਬਾਹ ਥੱਕ ਗਈ ਤਾ ਦੂਜੀ ਵਾਰ ਨਾ ਫੜ ਲੈਣਾ ਹਾਂ ਬਸ ਬਾਕੀ ਸਾਡੀ ਬੋਡੀ ਸਾਰੀ ਪਾਣੀ ਵਿੱਚ ਸੀ ਹਾਂ ਸਾਰੀ ਰਾਤ ਸਾਨੂੰ ਇੰਨਾ ਡਰ ਲੱਗਾ ਵੀ ਥੱਲੋਂ ਕੋਈ ਸਮੁੰਦਰੀ ਜਾਨਵਰ ਕੋਈ ਵੱਡੇ ਜਾਨਵਰ ਕੋਈ ਚੀਜ਼ ਸਾਨੂੰ ਸਾਨੂੰ ਮਤਲਬ ਖਾ ਲੂਗੀ ਸਾਨੂੰ ਸਾਨੂੰ ਜਾਂ ਕੋ ਥੱਲੋਂ ਲਾ ਕੇ ਲੈ ਜੀ ਸਾਡੇ ਸਾਰੇ ਲੱਤਾਂ ਕਿਉਂਕਿ ਲੱਤਾਂ ਦੇ ਵਿੱਚ ਹੀ ਲੰਕਦੀਆਂ ਸੀ ਸਾਰਿਆਂ ਦੀ ਭਾਈ ਇਦੇ ਕਾਰਵਾ ਰਾਤ ਚੱਲਦਾ ਰਿਹਾ ਦਿਨ ਚੜ ਗਿਆ ਦਿਨ ਨੂੰ ਸਾਨੂੰ ਕਾਫੀ ਦੂਰ ਦੂਰ ਸ਼ੈਪ ਦੇ ਸੇ ਹਾਂ ਪਰ ਕੋਈ ਭਾਈ ਇਦਾਂ ਨਹੀਂ ਹੋਇਆ ਕਿ ਵੀ ਕਿਸੇ ਨੂੰ ਅਸੀਂ ਵੀ ਕੋਲ ਬੁਲਾ ਸਕੀਏ ਜਾਂ ਸਾਨੂੰ ਕੋ ਚੱਕੇ ਜਾਂ ਸਾਨੂੰ ਕੋ ਦੇਖੇ ਕਿ ਪਾਣੀ ਦੇ ਛੱਲਾਂ ਵਿੱਚ ਕੁਝ ਨਹੀਂ ਪਤਾ ਲੱਗਦਾ ਸੀ ਪਾਣੀ ਬੜਾ ਤੇਜ਼ ਅੱਲਾ ਵੀ ਬਹੁਤ ਤੇਜ਼ ਜ਼ਿਆਦਾ ਚੱਲਦੀਆਂ ਸੀ ਚਲੋ ਭਾਜੀ ਫਿਰ ਜਦੋਂ ਅਸੀਂ ਵਿਚ ਡਿਗੇ ਆ ਭਾਜੀ ਮੈਂ ਹਾਂ ਮੈਂ ਤਾਂ ਉਹ ਮੁੰਡਾ ਜਿਹੜੇ ਹੀ ਪੈਟਰੋਲ ਤੇ ਹੋਰ ਵੀ ਮੁੰਡੇ ਬੈਠੇ ਸੀ ਜਿਹੜੇ ਬਾਕੀ ਵੀ ਉਹਨਾਂ ਦੇ ਬਾਜੀ ਲੂਣ ਵਾਲਾ ਪਾਣੀ ਲੱਗਣ ਦੇ ਨਾਲ ਉਹਦੇ ਜਾਕਮ ਬਣ ਗਏ ਜਾਕਮ ਬਣ ਗਏ ਜਾਕਮ ਬਣ ਗਏ ਤਾਂ ਉਹ ਜਿੱਦਾਂ ਇੱਕ ਤਰ੍ਹਾਂ ਦਾ ਮਾਸ ਗੜਨਾ ਨਹੀਂ ਸ਼ੁਰੂ ਹੋ ਜਾਂਦਾ ਆਪਾਂ 24 ਘੰਟੇ ਪਾਣੀ ਚ ਉਹ ਉਦਾਂ ਦਾ ਸ਼ੁਰੂ ਹੋ ਗਿਆ ਲੱਤ ਦੀ ਦਰਦ ਹੋਣ ਲੱਗ ਗਈ ਜਦੋਂ ਅਸੀਂ ਬਾਹਰ ਬੈਂਦੇ ਸੀ ਉੱਤੇ ਮੜ ਮੋਟਾ ਚੜ ਕੇ ਤਾਂ ਮਾੜਾ ਜਿਹਾ ਉਹਨੂੰ ਆਰਾਮ ਮਿਲਦਾ ਸੀ ਟੂਬ ਦੇ ਉੱਤੇ ਕਿਉਂ ਟੂਬ ਤੇ ਬੈਲੈਂਸ ਨਹੀਂ ਸੀ ਨਾ ਉਹ ਡਿੱਗ ਹੀ ਜਾਂਦੇ ਸੀ ਫੇਰ ਗਿੱਲੇ ਹੋ ਜਾਣਾ ਫੇਰ ਭੇਜਣਾ ਫੇਰ ਮਾਰ ਯਾਨੀ 1 ਮਿੰਟ ਦੇ ਵਿੱਚ ਇੱਕ ਵਾਰ ਅਸੀਂ ਬਾਜੀ ਕਿੰਨੀ ਵੀ ਆ ਆ ਵਾਰ ਤੁਸੀਂ ਥੱਲੇ ਡੇਗੇ ਵਿੱਚ ਡੇਗੇ ਪਾਣੀ ਦੇ ਇਹ ਚੇਨ ਹੀ ਪਤਾ ਸੀ ਫੜ ਕੇ ਰੱਸੀ ਨੂੰ ਜੇ ਰੱਸੀ ਹੱਥ ਆ ਗਈ ਠੀਕ ਆ ਕਈ ਵਾਰ ਅਸੀਂ ਹੱਥੋਂ ਵੀ ਛੁੱਟ ਜਾਂਦੀ ਸੀ ਵੀ ਇਹ ਇਸ ਵਾਰ ਅਸੀਂ ਹਿੰਮਤ ਹੁਮਤ ਮਾਰ ਕੇ ਫੜ ਲੈਂਦੇ ਸੀ ਵੀ ਅਸੀਂ ਬਚਾਂਗੇ ਜਾਂ ਨਹੀਂ ਬਚਾਂਗੇ ਇੱਕ ਜਾਨੀ 1 ਮਿੰਟ ਬਾਅਦ ਵੀ ਭਰੋਸਾ ਨਹੀਂ ਹੁੰਦਾ ਸੀ 1 ਮਿੰਟ ਵਿੱਚ ਕਿੰਨੀ ਕਿੰਨੀ ਵਾਰ ਮੌਤ ਅਸੀਂ ਦੇਖਦੇ ਸੀ ਵੀ ਹੁਣ ਹੁਣ ਮਰ ਗਏ ਹੁਣ ਮਰ ਗਏ ਚਲੋ ਪਾਜੀ ਇੱਦੀ ਕਰਦੇ ਕਰਾਉਂਦੇ ਹਾਰ ਕੇ ਵਿੱਚ ਮੁੰਡੇ ਜਿਹੜੇ ਉਧਰਲੇ ਸੀਗੇ 2 3 4 ਜਾਣੇ ਉਹ ਮੁਸਲਮ ਸੀਗੇ ਮੁਸਲਮ ਮੁੰਡਿਆਂ ਨੇ ਇਹਦਾ ਭੁੱਖ ਨਹੀਂ ਸਹਿ ਪਾਈ ਭਾਈ ਭਾਜੀ ਤੀਜੇ ਦਿਨ ਚੜ ਗਏ ਸਾਨੂੰ ਤੀਜੇ ਦਿਨ ਚੜ ਗਿਆ ਤਾ ਭਾਜੀ ਭੁੱਖ ਨਹੀਂ ਸਹਿ ਪਾਈ ਉਹਨਾਂ ਨੇ ਉਹਨਾਂ ਨੇ ਆਪੇ ਹੀ ਨੱਕ ਫੜੇ ਆਪਣੇ ਅੱਲਾਹੁ ਅਕਬਰ ਕੀਤਾ ਭਾਜੀ ਮੋ ਗੋਤੇ ਲੈ ਲੈ ਅੱਖਾਂ ਦੇ ਸਾਹਮਣੇ ਭਾਜੀ ਇੰਨਾ ਦਿਲ ਟੁੱਟਿਆ ਰੋਣ ਲੱਗ ਗਿਆ ਅਸੀਂ ਕਹਿਆ ਯਾਰ ਇਹ ਬੰਦੇ ਹੌਸਲਾ ਛੱਡ ਗਏ ਸਾਡੇ ਨਾਲ ਵਿੱਚ ਤਗੜੇ ਵੀ ਸੀਗੇ ਸਾਡਾ ਕੀ ਬਣੂਗਾ ਯਾਰ ਕਿੱਦਾਂ ਚੱਲੂਗਾ ਕਿਦਾਂ ਬਚਾਂਗੇ ਅਸੀਂ ਸਾਨੂੰ ਹਾਰੇ ਕਿਸੇ ਪਾਸੇ ਕੋਈ ਚੀ ਦੀਦੀ ਨਾ ਕੋਈ ਹੈਲਪ ਨਹੀਂ ਆਉਂਦਾ ਕਿਉਂਕਿ ਜੇ ਇਹ ਹਾਲਾਤ ਦੀ ਗੱਲ ਕਰੀਏ ਕਿ ਇੰਨੇ ਮਾੜੇ ਹਾਲਾਤਾਂ ਵਿੱਚ ਤੁਸੀਂ ਉੱਥੇ ਤੀਜੇ ਦਿਨ ਦੇ ਵਿੱਚ ਸੀਗੇ ਤੇ ਨਾਲ ਦੇ ਜਿਹੜੇ ਮੁੰਡੇ ਸੀ ਉਹਨਾਂ ਦਾ ਕਿੱਦਾਂ ਮਾਨੋਬਲ ਵੀ ਇਕੱਠੇ ਸੀਗੇ ਰੋਟੀ ਖਾਦਦਾ ਵੀ ਕੁਝ ਨਹੀਂ ਸੀਗਾ ਤੁਸੀਂ ਉੱਥੇ ਇਨਾ ਟਾਈਮ ਵੀ گزار ਮਾਨ ਵਿੱਚ ਕੀ ਵਾਰ-ਵਾਰ ਖਿਆਲ ਕਿਹੜੇ ਆਉਂਦੇ ਸੀਗੇ ਉਹ ਤੁਹਾਡੇ ਖਿਆਲ ਭਾਜੀ ਮжоਰਿਟੀ ਸੀ ਨਾ ਇਕੱਠੇ ਹੋਣ ਕਰਕੇ ਸਾਡਾ ਹੌਸਲਾ ਨਹੀਂ ਟੁੱਟਿਆ ਵੀ ਜਿਹੜੇ ਮਾਰਗੇ ਦਾ ਚਲੋ ਚਲ ਗਏ ਉਹ ਤਾਂ ਸਾਡੇ ਨੂੰ ਪਿਛੜ ਗਏ ਹੁਣ ਤੀਜੇ ਦਿਨ ਕਿੰਨੇ ਬੰਦੇ ਰਹਿ ਗਏ ਸੀਗੇ ਇੱਥੇ ਤੀਜੇ ਦਿਨ ਘੱਟੋ-ਘੱਟ ਹੋਣੇ ਆ ਜੀ ਭਾਈ 25 ਤੋਂ 26 ਬੰਦੇ ਸੀਗੇ ਉਹ ਤੇ 26 ਬੰਦੇ ਇੰਨੇ ਸੀਗੇ ਆਰਾਮ ਨਾਲ ਬੰਦੇ ਅੱਧੋ ਅੱਧੋ ਅੱਧੋ-ਅੱਧੀ ਹੋ ਗਿਆ ਅੱਧੋ-ਅੱਧੀ ਹੋ ਗਿਆ ਹਾਂ ਜੀ 45 ਦੇ ਵਿੱਚੋਂ ਅੱਧੇ ਹੋਦੇ ਚਲੇ ਗਏ ਸੀ ਤੇ ਉਹਨਾਂ ਨੇ ਸਾਨੂੰ ਭਾਜੀ ਫਿਰ ਅਸੀਂ ਜਿੱਦਾਂ ਜਦੋਂ ਉਹ ਉਹ ਚੀਜ਼ ਬੰਦੇ ਮਾਰਨ ਤੋਂ ਬਾਅਦ ਨਾ ਜਦ ਸ਼ਾਮ ਪੈ ਗਈ ਸ਼ਾਮ ਨੂੰ ਸਾਨੂੰ ਇੱਕ ਭਾਜੀ ਰਿਫਾਇਨਰੀ ਨਜ਼ਰ ਆਈ ਹਮ ਰਿਫਾਇਨਰੀ ਸਾਨੂੰ ਮਤਲਬ ਜਾਨੀ ਇੱਕ ਹੁਣ ਹੁਣ ਜੇ ਸੋਚਿਆ ਜਾਈਏ ਉਹ ਇੱਕ ਸੁਪਨਾ ਸੀ ਜਾਂ ਰਿਐਲਿਟੀ ਪਰ ਸਾਨੂੰ ਉਸ ਵੇਲੇ ਰਿਐਲਿਟੀ ਸੀ ਉਹ ਰਿਐਲਿਟੀ ਇਦਾਂ ਸੀ ਜਦੋਂ ਰਿਫਾਇਨਰੀ ਨਜ਼ਰ ਆਉਂਦੀ ਉੱਥੇ ਗੱਡੀਆਂ ਚੱਲਦੀਆਂ ਸੀ ਸਾਨੂੰ ਲਾਈਟਾਂ ਵੀ ਲੱਗੀਆਂ ਤੁਸੀਂ ਵੀ ਕਾਫੀ ਤਕੜੀ ਰਿਫਾਇਨਰੀ ਸੀ ਭਾਜੀ ਅਸੀਂ ਸਾਰਿਆਂ ਨੇ ਉਹ ਰਾਤ ਨੂੰ ਸਮੁੰਦਰ ਦੇ ਵਿੱਚ ਵੀ ਹੈ ਨਾ ਜਿੱਦਾਂ ਆਪਣੇ ਦਿਨ ਨੂੰ ਤਾਰੇ ਆਤ ਨੂੰ ਸੌਰੀ ਤਾਰਿਆਂ ਦੇ ਵਿੱਚ ਉਹ ਤਾਰੇ ਚਮਕਦੇ ਆਸਮਾਨ 'ਚ ਇਦਾਂ ਰਾਤ ਨੂੰ ਸਮੁੰਦਰ ਦੇ ਵਿੱਚ ਜਗਨੂ ਜੇ ਇੱਕ ਜਾਨਵਰ ਜਿਹਾ ਹੈ ਅਜੀਬ ਆ ਕੋਈ ਵੀ ਉਹ ਮਤਲਬ ਜਾਨੀ ਉਹ ਟਿੰਪਟਮਾਉਂਦਾ ਆ ਉਹ ਭਾਈ ਸਾਡੇ ਆਲੇ ਦੁਆਲੇ ਇਦਾਂ ਘੁੰਮਦੇ ਸੀ ਅਸੀਂ ਇਦਾਂ ਲੰਮਕਿਓ ਸੀ ਵਿੱਚੇ ਹੀ ਹੱਥ ਬਾਹਰ ਸੀ ਥੱਕ ਜਾਂਦਾ ਮੜ ਮੋਟਾ ਜਾਂ ਸ਼ੇਰ ਮੱਗਾ ਹੁੰਦਾ ਸੀ ਵਿੱਚ ਡੋਬ ਲਾਂਦੇ ਸੀ ਜਾਂ ਕਿਦਾਂ ਇਹ ਮੂੰਹ ਮੜੀ ਮੋਟੀ ਜੀਬ ਲਾ ਲੈਂਦੇ ਸੀ ਪਾਣੀ ਨੂੰ ਲੂਣ ਵਾਲਾ ਪਾਣੀ ਚ ਉਹ ਕਿਹੜਾ ਪੀ ਹੁੰਦਾ ਏ ਅਸੀਂ ਭਾਈ ਉਹ ਉਹਦੇ ਉਹ ਰਫੈਂਡਰੀਆਂ ਨੂੰ ਜਾਣ ਦੀ ਕੋਸ਼ਿਸ਼ ਕੀਤੀ ਇਹ ਸਾਰਿਆਂ ਨੂੰ ਜਾਨੀ ਮਤਲਬ ਮੁੰਡਿਆਂ ਨੇ ਸਮਝਾਇਆ ਵੀ ਆਪਾਂ ਹੱਥਾਂ ਨਾਲ ਇੱਦੇ-ਇੱਦੀ ਕਿ ਪਾਣੀ ਦੇ ਬੈਲਸ ਨਾਲ ਤਾਂ ਜਾ ਨਹੀਂ ਹੋਣਾ ਵੀ ਤੁਸੀਂ ਜਿੱਦਾਂ ਵੀ ਆਪਣੀ ਕੋਸ਼ਿਸ਼ ਕਰੋ ਔਰ ਫੈਨਰੀ ਤੇ ਪਹੁੰਚੀਏ ਵੀ ਸਾਨੂੰ ਇੱਕ ਹੌਸਲਾ ਹੋ ਗਿਆ ਯਾਰ ਔਰ ਫੈਨਰੀ ਦਿਸ ਗਈ ਇੱਥੇ ਜਾ ਕੇ ਸਾਨੂੰ ਕੁਝ ਖਾਣ ਨੂੰ ਮਿਲ ਜੂ ਜੇ ਸਾਨੂੰ ਸਾਡੀ ਜਾਨ ਬਚ ਜਾਣੀ ਜਾਨ ਬਚਣੀ ਆ ਪਲ ਪਲ ਮਰਨ ਨਾਲ ਉਹ ਚੀਜ਼ ਸਾਨੂੰ ਵਧੀਆ ਹੋ ਜਾਨੀ ਵੀ ਚਲੋ ਅਸੀਂ ਬਾਜ ਜਾਵਾਂਗੇ ਪਾਜੀ ਉਹਦੋਂ ਨੂੰ ਜਾਣ ਸ਼ੁਰੂ ਕੀਤਾ ਸੀ ਕਾਫੀ ਜਿਹੜੇ ਜਿੱਦਾਂ ਜਿੱਦਾਂ ਲੱਗੇ ਜਾਂਦੇ ਸੀਗੇ ਉਹ ਸਾਨੂੰ ਲੱਗੇ ਵੀ ਲੱਗਦੀ ਸੀ ਦੂਰ ਵੀ ਲੱਗਦੀ ਸੀ ਕਾਫੀ ਲੱਗੇ ਚੱਲ ਗਏ ਪਾਜੀ ਪਤਾ ਨਹੀਂ ਕੀ ਗੱਲ ਗੱਲਬਾਤ ਹੋਈ ਕੁਦਰਤੀ ਸਮੁੰਦਰ ਉੱਚਾ ਹੋ ਗਿਆ ਜਾਂ ਪਾਣੀ ਵੱਧ ਗਿਆ ਕੀ ਸਿਸਟਮ ਆ ਜਾਂ ਸਾਡਾ ਲੈਵਲ ਡਾਊਨ ਹੋ ਗਿਆ ਇਧਰਲੀ ਸਾਈਡ ਤੋਂ ਪਾਜੀ ਸਾਨੂੰ ਦਿਸਣੋਂ ਹਟ ਗਏ ਹਾਂ ਦਿਸਣੋਂ ਹਟ ਗਏ ਪਾਜੀ ਮਨ ਟੁੱਟ ਗਿਆ ਪੀ ਹੁਣ ਨਹੀਂ ਸਾਨੂੰ ਅਸੀਂ ਬਚਣਾ ਨਹੀਂ ਹੁਣ ਹੁਣ ਤਾਂ ਜੇ ਇਹ ਜਿਹੜੇ ਕਈ ਬੰਦੇ ਪਾਈ ਜਦੋਂ ਕਸ਼ਤੀ ਹੋ ਜਾਂਦਾ ਮਤਲ ਜ਼ਿਆਦਾ ਛਲ ਆਉਂਦੀ ਸੀ ਨਾ ਉੱਪਰ ਬੈਠੇ ਡਿੱਗ ਜਾਂਦੇ ਸੀ ਨਹੀਂ ਕੋਸ਼ ਹੱਥ ਆਉਂਦਾ ਸੀ ਇਦਾਂ ਮਰਦੇ ਸਾਡੇ ਨਾਲ ਇੱਕ ਪੰਜਾਬੀ ਬੰਦਾ ਸੀ ਉਹ ਕਿਸੇ ਜਿੱਦਾਂ ਨਾਲ ਦੀ ਕੰਪਨੀ ਵਿੱਚ ਕੰਮ ਕਰਦਾ ਸੀ ਸਿਆਣਾ ਬੰਦਾ ਸੀ ਉਸ ਬੰਦੇ ਨੇ ਵੀ ਭਾਜੀ ਜਿੱਦਾਂ ਸੋਚਿਆ ਵੀ ਮੇਰੇ ਘਰ-ਬਾਰ ਮੇਰਾ ਵਧੀਆ ਹੋ ਜਾਊਗਾ ਵੀ ਮੈਂ ਜਾ ਕੇ ਚੱਲ ਆਪਣੀ ਲਾਈਫ ਸੈੱਟ ਕਰੂੰਗਾ ਬੱਚੇ ਸੈੱਟ ਕਰੂੰਗਾ ਉਹ ਭਾਈ ਸਾਡੇ ਗੱਬੇ ਬੈਠਾ ਸੀ ਇਦਾਂ ਜਦੋਂ ਛਲ ਤੇਜ਼ ਆਈ ਉਦੋਂ ਉਹ ਨਾ ਭਾਜੀ ਛਾਲ ਤੇਜ ਦੇ ਹੋਣ ਦੇ ਨਾਲ ਉਹਨੇ ਕੁੜਤਾ ਪਜਾਮਾ ਪਾਇਆ ਸੀ ਅਸੀਂ ਤਾਂ ਪੈਂਟਾਂ ਸ਼ਰਟਾਂ ਹੀ ਪਾਈਆਂ ਸੀ ਉਹ ਵੀ ਸਾਡੀਆਂ ਰਹੀਆਂ ਨਹੀਂ ਸਿਰਫ ਅੰਡਰਵੇਅਰ ਰਹਿ ਗਈ ਸੀ ਇੱਕ ਕਿਉਂਕਿ ਕੱਪੜੇ ਗਲ ਗਏ ਸੀ ਬਟਨ-ਵਟਨ ਕਰਕੇ ਤੀਜਾ ਦਿਨ ਹੋ ਗਿਆ ਸੀ ਸਾਡਾ ਜਦੋਂ ਅਸੀਂ ਭਾਜੀ ਉਹ ਛਾਲ ਆਈ ਤੇਜ ਅਸੀਂ ਭਾਜੀ ਡਿਗੇ ਹੈਗੇ ਆ ਅੰਦਰ ਨੂੰ ਜਿੱਧਰ ਗੈਸਟੀ ਦੇ ਵਿੱਚਲੀ ਬੈਲੈਂਸ ਉਹ ਜਦ ਜਿਹਾ ਸੀਗਾ ਫਾਡੀਸ਼ਨ ਵਾਲੀ ਸਾਈਡ ਨੂੰ ਮਤਲਬ ਜਿਹੜੀ ਉਹ ਲੰਮਕਦੀ ਸੀ ਵਿੱਚ ਉਹ ਬੰਦਾ ਬਾਹਰ ਨੂੰ ਡਿਗਿਆ ਬਸ ਜਦੋਂ ਫੜਾਫੜਾ ਜੀ ਹੱਥ-ਪੈਰ ਮਾਰੇ ਗੋਤੇ ਸਾਨੂੰ ਵੀ ਆਏ ਵੀ ਹੁਣ ਅਸੀਂ ਵੀ ਗਏ ਭਾਜੀ ਫੜਾਫੜ ਰੱਸੀ ਨੂੰ ਹੱਥ ਪਿਆ ਚੱਲ ਅਸੀਂ ਬਾਹ ਪੁੱਠਾ ਕਰਦਾ ਸੀ ਉਸੇ ਵੇਲੇ ਗੋਤੇ ਆ ਗਏ ਬੜਾ ਮਨ ਟੁੱਟਿਆ ਯਾਰ ਪੰਜਾਬੀ ਭਾਈ ਵੀ ਸਾਡਾ ਜਾਂਦਾ ਲੱਗਾ ਕਿਉਂਕਿ ਤੁਸੀਂ ਬਹੁਤ ਜਿਆਦਾ ਆਪਣੇ ਸਾਥੀਆਂ ਦੀ ਮੌਤ ਨੂੰ ਅੱਖਾਂ ਨਾਲ ਦੇਖਦੇ ਸੀ ਤੁਹਾਨੂੰ ਵੀ ਲੱਗਦਾ ਸੀ ਕਿ ਸਾਡੀ ਮੇਰੀ ਮੌਤ ਵੀ ਤੁਹਾਨੂੰ ਇਦਾਂ ਲੱਗਦਾ ਸੀ ਕਿ ਕੁਝ ਸਮੇਂ ਬਾਅਦ ਭਾਜੀ ਸ਼ੋਰ ਸੀ ਸ਼ੋਰ ਸੀ ਸਾਨੂੰ ਪੱਕਾ ਹੋ ਗਿਆ ਸੀ ਹੂੰ ਵੀ ਜਿੰਨਾ ਚਿਰ ਇਹਨਾਂ ਨਾਲ ਗੱਲਬਾਤ ਕਰਦੇ ਆਂ ਜਿੰਨਾ ਚਿਰ ਅਸੀਂ ਬਾਹਰ ਨਾਲ ਸਾਡਾ ਸਾਹ ਚੱਲਦਾ ਉਹੀ ਆਪਣਾ ਆ ਵੀ ਇਹ ਨਹੀਂ ਪਤਾ ਹੁਣ ਅਗਲੇ ਸਾਹ ਦੇ ਵਿੱਚ ਕੀ ਹੋ ਜਾਣਾ ਮਰਨਾ ਤਾਂ ਮਰਨਾ ਤਾਂ ਕਬੂਲ ਅਸੀਂ ਕਰਿਆ ਲਿਆ ਸੀ ਵੀ ਅਸੀਂ ਮਰਨਾ ਹੀ ਆ ਬਚਣਾ ਹੈ ਨਹੀਂ ਕਿਉਂਕਿ ਸਾਨੂੰ ਕੁਝ ਨਹੀਂ ਸੀ ਨਾ ਕੋਈ ਹੈ ਹੀ ਨਹੀਂ ਸੀ ਕੋਈ ਜਾਂ ਤਾਂ ਭਾਜੀ ਇੱਥੋਂ ਹੋਵੇ ਵੀ ਸਾਨੂੰ ਕੋਈ ਸਾਹਮਣੇ ਬਾਰਡਰ ਦੀਦਾ ਆ ਵੀ ਉੱਥੇ ਤੱਕ ਜਾਣਾ ਬੰਦਾ ਕੋਸ਼ਿਸ਼ ਕਰਦਾ ਤੈਰਨ ਦੀ ਉਹਨੇ ਐਡੇ ਸਮੁੰਦਰ ਚ ਭਾਜੀ ਜੇ ਕੋਈ ਤਰਾਕ ਵੀ ਉਹ ਵੀ ਕਿੰਨਾ ਕੁ ਤਰ ਲੂਗਾ ਸਾਨੂੰ ਤਾਂ ਬਿਲਕੁਲ ਤੈਰਨਾ ਨਹੀਂ ਆਉਂਦਾ ਸੀਗਾ ਕੋਈ ਸਾਡੀ ਕੋਈ ਟ੍ਰੇਨਿੰਗ ਸੀ ਕੁਝ ਨਹੀਂ ਸੀ ਤੇ ਉਹ ਭਾਜੀ ਫਿਰ ਉਹ ਜਦੋਂ ਤਰਦਾ ਮਿਲਿਆ ਮਨ ਚ ਹੌਸਲਾ ਟੁੱਟ ਗਿਆ ਫਿਰ ਸਾਡੇ ਅਸੀਂ ਅਸੀਂ ਮੁੰਡੇ ਬੱਚੇ ਪਿੱਛੇ ਚਾਰ ਪੰਜਾਬੀ ਚੌਥੇ ਦੇ ਵਿੱਚੋਂ ਭਾਜੀ ਚੌਥਾ ਜਿਹੜਾ ਮੁੰਡਾ ਸੀ ਨਾ ਉਹ ਜਿੱਦਾਂ ਜਿੱਦਾਂ ਕਾਲਿਆਂ ਨੇ ਜਿਹੜੇ ਜਿਹੜੇ ਕਿਸ਼ਤੀ ਡੁੱਬੀ ਸ਼ੁਰੂ ਹੋਈ ਸੀ ਸ਼ੁਰੂ ਵਿੱਚ ਫਟੇ ਸੀ ਨਾ ਉਹ ਕਾਲਿਆਂ ਨੇ ਕਈਆਂ ਨੇ ਨਾ ਗੇਨੀਆਂ ਖਾਲੀ ਕਰਕੇ ਪੈਟਰੋਲ ਵਾਲੀਆਂ ਸਮੁੰਦਰ ਚ ਉਹ ਹੱਥ ਚ ਫੜੀਆਂ ਸੀ ਵੀ ਡੁੱਬੀ ਨਾ ਉਹਨੂੰ ਫੜ ਕੇ ਤੈਰੀ ਜਾਂਦੇ ਸੀ ਨਾ ਡੱਤੀ ਵੀ ਫੜੀ ਹੋ ਸੀ ਵੀ ਸਾਡਾ ਡਬਲ ਸੇਫਟੀ ਰਹੂਗੀ ਤੇ ਉਹ ਪਾਜੀ ਉਹ ਕਾਲੇ ਨੂੰ ਕਿਤੇ ਛੱਲ ਆਈ ਜਦੋਂ ਮੰਨ ਲਓ ਤੇਜ ਜਾਂ ਕਿਸ਼ਤੀ ਜਦੋਂ ਪਾਰਟੀ ਆ ਜਦੋਂ ਮੰਨ ਲਓ ਹੁਣ ਚੱਲਦੀ ਚੌਥਾ ਦਿਨ ਚੜ ਗਿਆ ਛੱਲ ਆਈ ਕਿਸ਼ਤੀ ਪਾਰਟੀ ਉਹ ਕਾਲੇ ਕੋਲੋਂ ਕਿੰਨੀ ਛੁੱਟ ਗਈ ਕਾਲੇ ਨੂੰ ਗੋਤੇ ਆ ਗਏ ਉਹ ਪਾਜੀ ਮਰ ਗਿਆ ਉਹ ਮੁੰਡਾ ਆਪਣਾ ਪੰਜਾਬੀ ਸੀ ਜਿਹੜਾ ਮੁੰਡਾ ਸਾਨੂੰ ਰੋਟੀ ਦਿੰਦਾ ਹੁੰਦਾ ਹੂੰ ਉਹ ਮੁੰਡਾ ਵਿਚਾਰਾ ਹੈ ਬਹੁਤ ਯਾਰੀ ਯਾਨੀ ਆਪਾਂ ਦਿਲੋਂ ਹੁਣ ਵੀ ਕਹਿੰਨੇ ਪਰ ਹਾਂਜੀ ਅਮਰਸਰ ਦਾ ਸੀ ਉਧਰ ਲਈ ਦਾਦਾ ਸੀ ਉਹ ਤੇ ਕੋਈ ਟਾਂਗਰਾਂ ਦੇ ਕੋਲ ਪਿੰਡ ਪੈਂਦਾ ਸੀ ਉਹਦੇ ਕੋ ਟਾਂਗਾ ਤੋਂ ਅੱਗੇ ਜਾ ਕੇ ਮਤਲਬ ਜੰਮਰ ਸਾਹਿਬ ਦੀ ਐਂਟਰੀ 'ਚ ਪਿੰਡ ਸੀ ਕੋਈ ਤੇ ਉਹ ਕਹਿੰਦਾ ਸੀ ਮਤਲਬ ਕਹਿੰਦਾ ਮੁੰਡਾ ਕਹਿੰਦਾ ਵੀ ਮੈਨੂੰ ਉਹ ਜਾਨੀ ਸਾਡੀ ਇੰਨੀ ਕੁ ਸੇਵਾ ਕੀਤੀ ਸੀ ਨਾ ਉਹ ਜਦੋਂ ਅਸੀਂ ਇੱਥੇ ਬੈਠੇ ਪਾਠ ਵੀ ਕਰਦੇ ਸੀ ਨਾ ਭਾਜੀ ਉਹਦੇ ਸਾਡੇ ਕੋਲ ਫੋਨ ਸੀਗਾ ਨਾ ਅਸੀਂ ਕੰਪਨੀ ਚ ਵੀ ਫੋਨ ਮੜ ਮੋਟਾ ਮੁੰਡਿਆਂ ਨੂੰ ਖੜਗਾ ਕੇ ਪੁੱਛ ਲੈਂਦੇ ਸੀ ਤੇ ਇੱਥੇ ਏਜੰਟ ਨੂੰ ਕਹਨੇ ਦਿੱਤਾ ਸੀ ਉਹ ਮੁੰਡਾ ਘਰ ਵੀ ਫੋਨ ਕਰ ਲੈਂਦਾ ਸੀ ਕੋ ਬਾਹਰੋਂ ਜਾਂਦਾ ਸੀ ਬੈਲੈਂਸ ਪਵਾ ਲਿਆ ਹੁੰਦਾ ਸੀ ਉਹ ਮੁੰਡਾ ਆਪਣੀ ਮਾਂ ਨੂੰ ਵਿਚਾਰਾ ਅਰਦਾਸ ਕਰਦਾ ਹੁੰਦਾ ਕਿ ਵਾਹਿਗੁਰੂ ਅਸੀਂ ਚਾਰ ਪੰਜ ਜਣੇ ਪੰਜਾਬੀ ਮੁੰਡੇ ਆ ਸੀ ਇੱਦਾਂ ਇੱਦਾਂ ਸੁੰਦਰ ਬਾਹਰ ਰਸਤਾ ਜਾਣਾ ਕਿ RAMDAS MAHARAJ ਸਾਨੂੰ ਹਨਾ ਸਾਡੇ ਬੇੜੇ ਬੰਨੇ ਲਾ ਦੇ ਤੇ ਉਹ ਬੇੜੇ ਬੰਨੇ ਲਾਉਣੇ ਮਾਰੇ ਜਦੋਂ ਅਰਦਾਸ ਕਰਦਾ ਸੀ ਉਹ ਨਾ ਅਰਦਾਸ ਕਰਦਾ ਸੀ ਸਾਡਾ ਅੱਖਾਂ ਚੋਂ ਜਦੋਂ ਬਾਜੀ ਉਹ ਉਹਨੇ ਕੈਨੀ ਫੜ ਲਈ ਕੈਨੀ ਫਣ ਤੋਂ ਬਾਅਦ ਹਨਾ ਪਹਿਲਾਂ ਤਾਂ ਕਿਸ਼ਤੀ ਦੇ ਨਾਲ-ਨਾਲ ਤਰਦਾ ਰਿਹਾ ਜੀ ਨਾਲ-ਨਾਲ ਤਰਨ ਦੇ ਨਾਲ ਹੀ ਉਹ ਉਹ ਕਾਫੀ ਬਾੜ ਸਾਣੀ ਜਿੱਦਾਂ ਉਹਨੇ ਦੱਸੀ ਫੜੀ ਰੱਖੀ ਆ ਹਾਂਜੀ ਹਾਂਜੀ ਤੇ ਛਾਲਾਂ ਹੋਣ ਲੱਗੀਆਂ ਤੇਜ਼ ਸ਼ਾਮ ਹਾਂਜੀ 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 ਚੌਥਾ ਦਿਨ ਸੀ ਛਾਲਾਂ ਤੇਜ਼ ਹੋਣ ਦੇ ਨਾਲ ਭਾਜੀ ਉਹਨਾਂ ਦਾ ਨਾ ਇੰਨਾ ਕਿ ਜ਼ਿਆਦਾ ਇਹ ਉਹਦਾ ਫਰਕ ਪੈ ਗਿਆ ਹੱਥੋਂ ਉਹ ਨਾ ਰੱਸੀ ਛੁੱਟ ਤੇ ਛੱਡ ਦਿੱਤੀ ਉਹਨੇ ਉਹ ਕੇਨੀ ਨਾ ਤੈਰਨ ਲੱਗ ਗਿਆ ਉਸ ਨੂੰ ਬਹੁਤ ਗਿਆ ਕਿ ਉਸਤਾਦ ਬਾਂਟੀ ਇਹਦੇ ਨਾਲ ਨਾ ਤੈਰ ਤੂੰ ਸਾਡੇ ਨਾਲ-ਨਾਲ ਰਹਿ ਠੀਕ ਹੈ ਕਿਸ਼ਤੀ ਦੇ ਨਾਲ ਆਪਾਂ ਇਕੱਠੇ ਆ ਹਾਂ ਪਾਜੀ ਚੱਲਣਾ ਜਿੱਦਾਂ ਜਿੱਦਾਂ ਤੇਜ਼ ਜਿੱਦਾਂ ਜਿੱਦਾਂ ਪਾਣੀ ਦਾ ਬਹਾਅ ਨਾ ਜਿੱਦਾਂ ਛਲ ਪੂਰੀ ਭਰ ਕੇ ਆਉਂਦੀ ਸੀ ਉਹ ਬੰਦੇ ਨੂੰ ਚੱਕ ਕੇ ਪਿੱਛੇ ਨੂੰ ਘਰਦੀ ਲੈਂਦੀ ਆ ਉਹ ਸਾਡੇ ਤੋਂ ਬਾਈ ਵਿਚੜਾ ਦਾ ਵਿਚੜਾ ਦਾ ਵਿਚੜਾ ਦਾ ਹੂੰ ਸੋ 150 ਮੀਟਰ ਦੀ ਦੂਰ ਤੇ ਚੱਲ ਗਿਆ ਹੂੰ ਪਾਜੀ ਉਹਦੇ ਜਾ ਕੇ ਬਸ ਛਲ ਤੇਜ਼ ਆ ਜਦੋਂ ਛਲ ਇਦਾਂ ਡਾਊਨ ਹੋਈ ਆ ਅਸੀਂ ਦੇਖਿਆ ਪੁੱਠਾ ਤਰਦਾ ਪਿਆ ਹੂੰ ਪਾਜੀ ਅੱਖਾਂ 'ਚ ਰੋਣਾ ਕਿ ਦਿਲ ਟੁੱਟ ਗਿਆ ਸਾਡੇ ਵੀ ਪ੍ਰਮਾਤਮਾ ਆਹ ਕਿਦਾਂ ਦਾ ਬੰਦਾ ਸਾਡੇ ਤੋਂ ਖੋਹ ਲਿਆ ਤੂੰ ਇਹ ਹਨ ਹੋਣ ਹਈ ਤਾਂ ਅਸੀਂ ਤਿੰਨ ਬੱਚੇ ਸੀ ਲਾਸਟ ਵਿੱਚ ਇਹ ਸਾਨੂੰ ਤਾਂ ਕੋਈ ਜਾਣਾ ਹੀ ਵੀ ਹੈਗਾ ਸਵੇਰ ਨੂੰ ਹੂੰ ਬਹੁਤ ਜਿਆਦਾ ਮਨ ਇੰਨਾ ਕਿ ਜਾਨੀ ਦੁਖੀ ਹੋਇਆ ਨਾ ਮੁੰਡੇ ਦਾ ਸੁਣ ਕੇ ਉਹਦਾ ਦੇਖ ਕੇ ਨਾ ਯਾਰ ਪੁੱਠਾ ਦਰਦਾ ਸੀ ਹੁਣ ਉਹਨੂੰ ਨਾ ਹੀ ਚੱਕਣ ਜੋਗੇ ਨਾ ਆਪਣੀ ਰੱਸੀ ਛੱਡਣ ਜੋਗੇ ਬਸ ਉਹਨੂੰ ਆਕਾਂ ਓਕੇ ਮਾਰਦੇ ਰਹਿ ਗਏ ਭਾਜੀ ਉਹ ਵੀ ਭਾਜੀ ਰੋਣ ਲੱਪਿਆ ਸੀ ਜਦੋਂ ਦੂਰ ਚੱਲ ਗਿਆ ਵੀ ਮੈਨੂੰ ਬਚਾ ਲਓ ਹੁਣ ਬਚਾਈਏ ਛੱਡੇ ਕਿਹੜਾ ਰੱਸੀ ਆ ਆਪਣੀ ਜਿਹੜਾ ਛੱਡਦਾ ਉਹਨੇ ਮਰਨਾ ਸੀ ਚਲੋ ਭਾਜੀ ਕਿਸ਼ਤੀ ਵੀ ਅਸੀਂ ਕੋਸ਼ਿਸ਼ ਕੀਤੀ ਲਿਆਣ ਦੀ ਕੋਲ ਗੱਲ ਨਹੀਂ ਬਣੀ ਤੇ ਫਿਰ ਭਾਜੀ ਅਸੀਂ ਉਹਨੂੰ 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 ਦੇਖ ਕੇ ਬਾਅਦ ਸਾਡਾ ਜਾਨੀ ਚੌਥਾ ਚੌਥੀ ਰਾਤ ਉਹ ਲੰਘ ਗਈ ਪੰਜਵਾਂ ਦਿਨ ਯਾਨੀ ਪੰਜ ਰਾਤਾਂ ਪੰਜਵਾਂ ਦਿਨੇ ਆ ਗਿਆ ਸੀ ਪੰਜ ਚਾਰ ਰਾਤਾਂ ਕੱਟ ਲਈਆਂ ਪੰਜਵਾਂ ਦਿਨ ਆ ਗਿਆ ਸਾਡਾ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕੁਝ ਨਹੀਂ ਖਾਦਾ ਪਾਜੀ ਕੁਝ ਇੱਕ ਚੀਜ਼ ਵੀ ਨਹੀਂ ਸਿਰਫ ਸਮੁੰਦਰ ਦਾ ਪਾਣੀ ਲਾਉਂਦੇ ਹੁੰਦੇ ਸੀ ਕਿਉਂਕਿ ਜਿਹੜਾ ਸਾਨੂੰ ਖਬੂਸ ਦਿੱਤੇ ਸੀ ਉਹ ਤਾਂ ਜਦੋਂ ਉਸ ਵੇਲੇ ਕਿਸ਼ਤੀ ਫਟੀ ਸਾਰਾ ਕੁਝ ਬਾਹਰ ਸੁੱਟ ਦਿੱਤਾ ਉਹ ਤਾਂ ਖਾਣੇ ਨਸੀਬ 'ਚ ਹੀ ਨਹੀਂ ਹੋਇਆ ਨਾ ਕਿਉਂਕਿ ਰਾਤ ਦਾ ਸੀ ਜਿਹੜਾ ਖਾਦਾ ਵੀ ਸੀ ਉਹ ਜਿਹੜਾ ਉੱਥੇ ਡੋਂਕਰ ਕੋ ਬਹਿ ਕੇ ਖਾਦਾ ਸੀ ਬਸ ਉਹੀ ਖਾਦਾ ਸੀ ਉਹ ਵੀ 10-11 ਵਜੇ ਦਾ ਉਹੀ ਖਬੂਸ ਅਸੀਂ ਇੱਕ-ਇੱਕ ਦੋ-ਦੋ ਖਾਦੇ ਉਹ ਕਿਹੜਾ ਪਾਜੀ ਬਿਲ ਬੰਦਾ ਰੱਜ ਕੇ ਰੋਟੀ ਖਾਂਦਾ ਸਾਨੂੰ ਇਹ ਸੀ ਕਿ ਸਾਡੀ ਐਕਸਾਈਟਮੈਂਟ ਜਿਹੜਾ ਅੰਤਲਾ ਸਰੀਰ ਸੀ ਤੁਹਾਡਾ ਵੀ ਜਵਾਬ ਦੇ ਜਾਂਦਾ ਸੀ ਕਿਉਂਕਿ ਨਾ ਖਾਣ ਕਰਕੇ ਵੀ ਸਰੀਰ ਜਿਹੜਾ ਆ ਪਾ ਮੈਨੂੰ ਇੱਥੋਂ ਹੀ ਭਾਜੀ ਸ਼ੌਂਕ ਸੀਗਾ ਥੋੜਾ ਜਿੰਮ ਜੁਮ ਦਾ ਵੀ ਥੋੜੀ ਮਿਹਨਤ ਮੁੰਤ ਲਾਈਏ ਵੀ ਥੋੜਾ ਵਧੀਆ ਰੱਖੀ ਸੀ ਉਥੇ ਜਾ ਕੇ ਖਰਾਖ ਰੂਕ ਵਧੀਆ ਸੀ ਜਿੱਦਾਂ ਜਾਣੀ ਹੈ ਨਾ ਕੰਪਨੀ ਦੇ ਵੀ ਰੋਟੀ ਪਾਣੀ ਵਧੀਆ ਸੀ ਸੋ ਅਸੀਰ ਵਧੀਆ ਬਣ ਗਿਆ ਸੀ ਮੈਂ ਬਾਅਦ ਜਾਨੀ ਇਹੀ ਸੋਚਦੇ ਪਈ ਸ਼ਾਇਦ ਉਸ ਚੀਜ਼ ਕਰਕੇ ਅਸੀਂ ਬਚੇ ਰਹੇ ਹਾਂ ਉਹ ਬਾਕੀ ਵੀ ਨਾਲ ਦੇ ਮੁੰਡੇ ਜਿਹੜੇ ਸੀ ਉਹ ਵੀ ਤਕਰੀਬਨ ਠੀਕ ਸੀਗੇ ਜਿਹੜੇ ਦੋ ਬਗੀ ਦੇ ਉਹਨੇ ਇੱਕ ਮੁੰਡੇ ਦੇ ਤਾਂ ਸਾਰੇ ਥੱਲੇ ਹਿਸੜਾਈ ਹੈ ਨਾ ਲੈ ਕੇ ਪੱਟਾਂ ਤੋਂ ਲੈ ਕੇ ਅੰਦਰ ਤੱਕ ਸਾਰੇ ਉਹਦੇ ਗਲ ਗਿਆ ਸੀ ਭਾਜੀ ਪਟ્રોલ ਦੀ ਕੇਨੀ ਤੇ ਬੈਠਾ ਸੀ ਉਹਵੇ ਉਹ ਜਿਆਦਾ ਤਕਲੀਫ ਵਿੱਚ ਸੀ ਉਹਨੂੰ ਅਸੀਂ ਕੋਸ਼ਿਸ਼ ਕਰਦੇ ਸੀ ਕਈ ਕਈ ਵਾਰ ਨਾ ਉਹਨੂੰ ਚੱਕ ਕੇ ਭਾਜੀ ਅਸੀਂ ਟੂਬ ਦੇ ਉੱਤੇ ਲੰਮਾ ਪਾ ਦਿੰਦੇ ਸੀ ਪਰ ਉਹ ਟੂਬ ਬੈਲੈਂਸ 'ਚ ਨਹੀਂ ਸੀ ਨਾ ਉਹ ਡਿੱਗ ਜਾਂਦਾ ਸੀ ਛੇਤੀ ਵਿੱਚ ਅਸੀਂ ਉਹਨੂੰ ਉੱਪਰ ਚੜਾ ਦਿੰਦੇ ਸੀ ਵੀ ਤੇਰੇ ਸੁੱਕ ਜਵੇ ਜਾ ਕੇ ਮੈਂ ਤੈਨੂੰ ਐਦਾਂ ਹੋਏ ਵੀ ਮੰਨ ਲਓ ਤੈਨੂੰ ਰੈਸਟ ਮਿਲ ਜਵੇ ਕਿਉਂਕਿ ਉਹ ਉਹ ਬੇਹੋਸ਼ੀ ਦੀ ਹਾਲਤ ਵਿੱਚ ਜਾਈ ਜਾਂਦਾ ਸੀ ਅਸੀਂ ਕਹਾਂ ਚੱਲ ਜਿੰਨੇ ਆਪਣੇ ਬੰਦੇ ਆ ਹੁਣ 5ਵਾਂ ਦਿਨ ਸੀ ਭਾਜੀ ਫਿਰ ਤਿੰਨ ਚਾਰ ਬੰਦੇ ਹੋਰ ਉਸੇ ਰਾਤ ਰਾਤ ਚੌਥੀ ਰਾਤ ਮਰ ਗਏ ਉਹਦੇ ਨਾਲ ਉਹ ਮੁੰਡੇ ਮਾਰਨ ਤੋਂ ਬਾਅਦ ਇਹ ਵੀ ਤਿੰਨ ਚਾਰ ਮੁੰਡੇ ਜਾਂਦੇ ਲੱਗੇ ਰਾਤ ਨੂੰ ਕਿਸੇ ਨੂੰ ਗੋਤੇ ਆ ਕੇ ਇੱਕਦ ਤੋਂ ਮੁੰਡਾ ਰੱਸੀ 'ਚ ਜਦੋਂ ਡਿੱਗੇ ਪੈਰ ਫਸ ਗਿਆ ਉਹਦੇ ਉੱਪਰ ਉਹ ਰੱਸੀ ਪੈਰ ਫਸਣ ਦੇ ਨਾਲ ਉਹ ਆਪਣਾ ਉਹਦਾ ਬੋਡੀ ਦਾ ਬੈਲੈਂਸ ਪਾਣੀ 'ਵਾਂ ਚੱਲ ਗਿਆ ਪੈਰ ਉੱਪਰ ਫਸਿਆ ਉਹ ਮਰ ਗਿਆ ਤਿੰ ਸਾਡਾ ਉਹਨਾਂ ਨੇ ਸਵੇਰੇ ਸਾਜਿਆ ਪੰਜ ਰਾਤਾਂ ਜਾਨੀ ਅਸੀਂ ਕੱਟ ਚਾਰ ਰਾਤਾਂ ਤੇ ਪੰਜਵਾਂ ਦਿਨ ਸੀ ਉਸ ਵੇਲੇ ਟੂ ਦੇ ਵਿੱਚ ਹਵਾ ਕਾਫੀ ਜ਼ਿਆਦਾ ਲੋਸ ਹੋ ਚੁੱਕੀ ਸੀ ਸਾਡਾ ਵੀ ਦਿਲ ਇਹ ਸੀ ਕਿ ਹੁਣ ਅਸੀਂ ਦਿਨ ਨਹੀਂ ਕੱਟਣਾ ਕਿਉਂਕਿ ਹਿੰਮਤ ਬਾਈ ਜਵਾਬ ਦੇਗੇ ਵੀ ਹੁਣ ਨਹੀਂ ਹੁਣ ਨਹੀਂ ਅਸੀਂ ਜੀਂਦੇ ਰਹਿਣਾ ਬੰਦੇ ਵੀ ਥੋੜੇ ਘੱਟ ਰਹਿ ਗਏ ਬੰਦੇ 7 8 ਬੰਦੇ ਰਹਿ ਗਏ ਸੀ ਅਸੀਂ ਤੇ ਅਸੀਂ ਕਿਹਾ ਵੀ ਹੁਣ ਕਿੱਦਾਂ ਬੜਾ ਔਖਾ ਹੋ ਜਾਣਾ ਵੀ ਕਿੱਦਾਂ ਕਰੀਏ ਜੀ ਤੇ ਬਸ ਬਾਜੀ ਉਹ ਜਿਹੜੀ ਤੜਕੇ ਸਵੇਰ ਸੀ ਨਾ ਬਹੁਤ ਚੰਗੀ ਸਵੇਰ ਸੀ ਸਾਡੇ ਦਿਲ ਟੁੱਟ ਚੁੱਕੇ ਸੀ ਸ਼ਿਪ ਆਇਆ ਭਾਜੀ ਬਹੁਤ ਵੱਡਾ ਇੱਥੇ ਹੁਣ ਤਿੰਨ ਬੰਦੇ ਰਹਿ ਗਏ ਸੀ ਤੁਹਾਡੇ ਕੋਲ ਜਿਹੜੇ ਜਿਹੜੇ ਪੰਜਾਬੀ ਅਸੀਂ ਦਿਨ ਰਹਿ ਗਏ ਸੀ ਬਾਕੀ ਸਾਡੇ ਨਾਲ ਮੁੰਡੇ ਚ ਪੰਜ ਜਾਨੇ ਹੋਰ ਸੀ ਯਾਨੀ ਟੋਟਲ 8 ਮੁੰਡੇ ਰਹਿ ਗਏ ਸੀ ਅਸੀਂ ਜੇ ਰਾਤ ਨੂੰ ਵੀ ਮਰ ਗਏ ਮੁੰਡੇ ਕੁਝ ਵੇਲੇ ਤੜਕੇ ਆ ਕੇ ਮੁੰਡੇ ਮਰ ਗਏ ਇੱਕ ਦੇ ਤਾਂ ਭਾਜੀ ਉਹ ਉਹਨੂੰ ਤਾਂ ਮੈਨੂੰ ਲੱਗਾ ਇੱਕ ਤਰ੍ਹਾਂ ਅਟੈਕ ਹੀ ਹੋ ਗਿਆ ਸੀ ਉਹ ਉਹ ਮੁੰਡੇ ਨੂੰ ਉਹਨੂੰ ਉਹਨੂੰ ਫੜਦਾ ਫੜਦਾ ਮੁੰਡਾ ਕਾਲਾ ਉਹਨੂੰ ਫੜਦਾ ਫੜਦਾ ਦੋ ਮੁੰਡੇ ਹੋਰ ਸਵੇਰੇ ਤੜਕੇ ਮਰ ਗਏ ਸੀਗੇ ਉਹ ਜਿੱਦਾਂ ਅਟੈਕ ਹੋ ਗਿਆ ਮੁੰਡੇ ਨੂੰ ਉਹਨੂੰ ਸਾਹਮ ਦਾ ਸਾਹਮ ਦਾ ਬਾਡੀ ਦਾ ਬੇਟ ਹੋ ਗਿਆ ਉਹ ਆਪ ਵੀ ਖੋਦ ਡੁੱਬ ਗਿਆ ਸੀ ਉਸ ਵੇਲੇ ਕਿਉਂਕਿ ਭਾਜੀ ਬਾਡੀ ਸੱਦੇ ਜਾਂਦੀ ਨਹੀਂ ਪਾਣੀ ਚ ਜਦੋਂ ਸਮੁੰਦਰ ਦੇ ਵਿੱਚ ਤੁਹਾਡੀ ਤੁਸੀਂ ਡੁੱਬਦੇ ਆ ਨਾ ਉੱ ਹੂੰ ਥੱਲੇ ਨਹੀਂ ਪਾਣੀ ਚ ਜਾਣੀ ਇਦਾਂ ਆਪਣੇ ਸੋਵਰ ਵਗੈਰਾ ਚ ਜਾਂ ਇੱਥੇ ਪਾਣੀ ਚ ਜਾਂ ਆਪਾਂ ਥੱਲੇ ਚਲ ਜਾਂਦੇ ਨਾ ਬੋੜੀ ਉੱਥੇ ਇਹ ਨਹੀਂ ਹੁੰਦੀ ਤੇ ਮੁੜ ਕੇ ਭਾਜੀ ਫਿਰ ਉਹਨੇ ਅਸੀਂ ਜਦੋਂ ਦਿਲ ਹਾਰ ਚੁੱਕੇ ਸ਼ਿਪ ਆਇਆ ਬਹੁਤ ਵੱਡਾ ਹੂੰ ਉਹਨੇ ਭਾਜੀ ਅਸੀਂ ਉਹਨਾਂ ਨੂੰ ਕਾਫੀ ਇਸ਼ਾਰੇ ਸ਼ੂਰੇ ਮਾਰੇ ਇਦਾਂ ਹੱਥਾਂ ਨਾਲੇ ਕਿਉਂਕਿ ਸਾਡੀ ਤਾਂ ਬਾਹ ਹੀ ਸੀ ਇਹ ਥੱਕ ਜਾਂਦੀ ਸੀ ਦੂਜੀ ਬਾਹ ਨਾਲ ਫੜ ਲੈਂਦੇ ਸੀ ਬਿਲਕੁਲ ਠੀਕ ਹੈ ਅਸੀਂ ਉਹਨਾਂ ਨੂੰ ਇਸ਼ਾਰੇ ਜੇ ਮਾਰੇ ਉਹਨੇ ਸਾਡੀ ਸਾਨੂੰ ਦੇਖ ਲਿਆ ਦੇਖਣ ਦੇ ਸਾਡੇ ਕੋਲ ਨਹੀਂ ਰੁਕੇ ਭਾਜੀ ਜੀ ਕਾਫੀ ਅੱਗੀ ਬਾਟ ਲੈ ਗਏ ਉਹ ਉੱਥੋਂ ਹੌਲੀ ਹੌਲੀ ਸ਼ਿਪ ਨੂੰ ਮੂਵ ਕੀਤਾ ਉਹਨਾਂ ਨੇ ਜਿੱਦਾਂ ਮੰਨ ਲਓ ਹੁਣ ਆਪਾਂ ਗੱਡੀ ਤੇ ਇੱਕਦਮ ਥਾਂ ਤੋਂ ਨਹੀਂ ਸ਼ਿਪ ਹੌਲੀ ਹੌਲੀ ਮੂਵ ਕਰਕੇ ਭਾਈ ਸਾਡੇ ਤੋਂ ਕਾਫੀ ਇਦਾਂ ਲਾਗੇ ਲਿਆ ਕੇ ਖੜਾ ਕਰ ਦਿੱਤਾ ਤੇ ਅਸੀਂ ਉਹਨਾਂ ਨੂੰ ਭਾਜੀ ਰੋੜਾ ਰੂੜਾ ਪਾਇਆ ਵੀ ਸਾਨੂੰ ਬਚਾਓ ਉਹਨਾਂ ਨੇ ਮੂਵ ਕਾਂ ਤੇ ਲਾ ਕੇ ਨਾ ਖੜਾ ਰੱਖਿਆ ਉੱਥੇ ਉਹਦੇ ਚੱਲਦੇ ਸੀ ਪਾਹੀ ਪੱਖੇ ਪਾਣੀ ਵਾਲੇ ਥੱਲੇ ਵੱਡੇ ਜਿਹੜੇ ਪਾਣੀ ਜਿੱਦਾਂ ਸ਼ਿਪ ਨੂੰ ਤੋੜਦੇ ਇਹ ਤੁਹਾਨੂੰ ਸ਼ਿਪ ਜਿਹੜੀ ਦੂਰੋਂ ਦੇਖ ਗਿਆ ਸੀ ਵੀ ਔਰਿਆ ਤੁਹਾਨੂੰ ਦੂਰੋਂ ਦੇਖ ਗਿਆ ਸੀ ਪਾਜੀ ਅਸੀਂ ਉਹਨਾਂ ਨੂੰ ਆਹ ਦੱਸਣ ਲੱਗ ਗਏ ਸੀਗੇ ਛੱਲਾ ਵਿੱਚ ਦੀਦਾ ਨਹੀਂ ਸੀ ਪਹਿਲਾਂ ਉਹਨਾਂ ਨੂੰ ਮੇਨ ਲਾਦਾ ਸ਼ਾਇਦ ਇਹ ਹੀ ਚੀਜ਼ ਸੀ ਸ਼ਾਇਦ ਉੱਚਾ ਕਰਕੇ ਸਾਨੂੰ ਉਹਨਾਂ ਨੇ ਦੇਖ ਲਿਆ ਤੇ ਸ਼ਿਪ ਤਾਂ ਸਾਨੂੰ ਤੁਹਾਨੂੰ ਦੱਸੀ ਜਾਂਦਾ ਮੈਨੂੰ ਪਾਜੀ ਬਹੁਤ ਡੇਲੀ ਸਾਨੂੰ ਦੂਰ ਬਹੁਤ ਦੀਦੇ ਸੀਗੇ ਕੋਈ ਲੱਗ ਰਾਤ ਨੂੰ ਵੀ ਸ਼ਿਪ ਜੀਆਂ ਲਾਈਟਾਂ ਦਿਸਣੀਆਂ ਉਹ ਫਲਾਨਾ ਸ਼ਿਪ ਜਾਂਦਾ ਉਧਰ ਦੂਰ ਦੂਰ ਦੀ ਤੇ ਪੱਖੇ ਚੱਲਦੇ ਸੀ ਵੱਡੇ ਉਹ ਅਸੀਂ 2-3 ਵਾਰ ਕੋਸ਼ਿਸ਼ ਕੀਤੀ ਭਾਜੀ ਉਹਦੇ 2-3 ਵਾਰ ਉੱਪਰ ਦੀ ਘੁੰਮ ਗਏ ਅਸੀਂ ਉੱਪਰ ਦੀ ਘੁੰਮ ਗਏ ਜਾਨੀ ਸਾਡਾ ਇਦਾਂ ਹੋ ਗਿਆ ਕਿ ਮਨ ਹੱਕ ਗਿਆ ਵੀ ਸਾਨੂੰ ਤੇ ਚੱਕਦੇ ਵੀ ਨਹੀਂ ਤੇ ਨਾ ਅਸੀਂ ਵੀ ਹਿੰਮਤ ਹਾਰ ਗਏ ਹੁਣ ਜਾਨ ਇੰਨੀ ਕੀ ਐ ਵੀ ਇਸ ਤੋਂ ਬਾਅਦ ਸਾਡੇ ਹਾਰ ਕੇ ਭਾਜੀ ਅਸੀਂ ਉਹਨਾਂ ਨੂੰ ਬੰਦੇ ਬਾਹਰ ਆਉਣ ਲੱਗੇ ਖਾਣ ਲੱਗੇ ਛਿੱਪ ਦੇ ਬਾਰ ਤੇ ਉਹ ਸਾਨੂੰ ਬਾਅਦ ਚ ਕਿਸੇ ਨੇ ਦੱਸਿਆ ਕਿ ਉਹ ਚਲਾਉਂਦੀ ਸੀ ਜਿਹੜੀ ਲੇਡੀਜ਼ ਚਲਾਉਂਦੀ ਸੀ ਕੋਈ ਪਾਇਲਟ ਜਿਹੜੀ ਸੀ ਸਾਨੂੰ ਫਿਰ ਉਹ ਚਲੋ ਉਹ ਬਾਹਰ ਖੜ੍ਹ ਗਏ ਸੀ ਉਹਨਾਂ ਨੂੰ ਇਸ਼ਾਰਾ ਕੀਤਾ ਵੀ ਸਾਨੂੰ ਪਾਣੀ ਦਾ ਘੁੱਟ ਪਿਲਾ ਦਿਓ ਇਸ਼ਾਰਾ ਉਹਨਾਂ ਨੇ ਭਾਜੀ ਫਿਰ ਜਿਹੜੀਆਂ ਆ ਬਿਸਲੇਰੀਆਂ ਪਾਣੀ ਬੋਤਲਾਂ ਵਗੈਰਾ ਨਾ ਇਹ ਉਹਨਾਂ ਨੇ ਕਮਾਹ ਕਮਾ ਸਿੱਟੀਆਂ ਭਾਜੀ ਸਮੁੰਦਰ ਦੇ ਵਿੱਚ ਉਹਨਾਂ ਦੇ ਇਹ ਮਤਲਬ ਤੁਹਾਨੂੰ ਪਹਿਲਾਂ ਰੱਸੀਆਂ ਨਹੀਂ ਛੱਟੀਆਂ ਤੁਹਾਨੂੰ ਬਚਾਉਣਾ ਭਾਜੀ ਰੱਸੀ ਤਾਂ ਕਿ ਉਹਨਾਂ ਦੇ ਕੋਲ ਸਾਈਡਾਂ ਦੇ ਉੱਤੇ ਛੋਟੇ ਸ਼ਿਪ ਵੀ ਟੰਗੇ ਹੋ ਸੀ ਜਿਹੜੀਆਂ ਛੋਟੀਆਂ ਬੋਟਾਂ ਹੁੰਦੀਆਂ ਟੰਗੀਆਂ ਸੀ ਸਾਈਡ ਦੇ ਉੱਤੇ ਵੱਡੇ ਸ਼ਿਪ ਦੇ ਪਰ ਉਹਨਾਂ ਨੇ ਇਹਦਾ ਕਾਰਨ ਵੱਡਾ ਸਾਨੂੰ ਇਹ ਸਾਨੂੰ ਸਾਰਾ ਜਾ ਕੇ ਨਾ ਪੋਰਟ ਦੇ ਉੱਤੇ ਪਤਾ ਲੱਗਾ ਜਦੋਂ ਸਾਨੂੰ ਲੈ ਗਏ ਸੀ ਤਾਂ ਦਾਦਾ ਭਾਜੀ ਫਿਰ ਮੁੜ ਕੇ ਚੱਕਣ ਕਿਹੜੇ ਬੰਦੇ ਨੇ ਜਾਣੀ ਸੀ ਜਿਹੜੇ ਬੰਦੇ ਦੇ ਵਿੱਚ ਮੜਾ ਮੋਟਾ ਹੌਸਲਾ ਜੇ ਉਹ ਜਾਂਦਾ ਜ ਜਿਹਨੂੰ ਤੈਰਨਾ ਆਉਂਦਾ ਹੌਸਲੇ ਸਾਰੇ ਟੁੱਟੇ ਹੋ ਸੀਗੇ ਤੈਰਨ ਵਾਲਾ ਬੰਦਾ ਕੋਈ ਹੈ ਨਹੀਂ ਸੀ ਇੱਦਾਂ ਪਾਜੀ ਅਸੀਂ ਰੱਸੀ ਨੂੰ ਫੜ ਕੇ ਇੱਦੀ ਖਿੱਚ ਖਿੱਚ ਕੇ ਨਾ ਕਿਸ਼ਤੀ ਨੂੰ ਨਾਲ ਹੀ ਇਦਾਂ ਇੱਕ ਹੱਥ ਨਾਲ ਇਦਾਂ ਦਾ ਕਰਕੇ ਉਹਦੇ ਬਾਣ ਨੂੰ ਬੋਤਲ ਨੂੰ ਲੈ ਗਏ ਇੱਕ ਬੋਤਲ ਸਾਡੇ ਹੱਥ ਆ ਇੱਕ ਘੁੱਟ ਘੁੱਟ ਪਾਣੀ ਪੀਤਾ ਬਾਜੀ ਹੂੰ ਇਦਾਂ ਕਰਦਾ ਸੀ ਦਿਲ ਕਿ ਆਹ ਪਾਣੀ ਸਾਰਾ ਮੈਂ ਪੀ ਜਾਵਾਂ ਇਹਨੂੰ ਨਾ ਦਮ ਆ ਗਲੇ ਨੂੰ ਪਰ ਅਸੀਂ ਸੋਚਿਆ ਕਿ ਸਾਡੇ ਹੁਣ 8 ਤਾਂ ਹੀ ਬਚ ਇਸ ਵੇਲੇ ਹੈਗੇ ਆ ਘੁੱਟ ਘੁੱਟ ਪਾਣੀ ਪੀਣ ਤੋਂ ਬਾਅਦ ਇੰਨਾ ਕਿ ਜ਼ਿਆਦਾ ਭਾਜੀ ਹੌਸਲਾ ਵੱਧ ਗਿਆ ਢਿੱਡ ਦੇ ਵਿੱਚ ਜਾਣ ਦੇ ਨਾਲ ਹਨਾ ਵੀ ਜੇ ਅੱਜ ਦਾ ਦਿਨ ਕੱਢਣਾ ਪਿਆ ਗਿਆ ਪਰਮਾਤਮਾ ਵੱਲੋਂ ਤਾਂ ਨਿਕਲੂਗਾ ਤੁਹਾਨੂੰ ਉਹਨਾਂ ਨਾਲ ਛਿੱਪਾਂ ਵਾਲੇ ਜਿਹੜੇ ਬੰਦੇ ਨੇ ਆ ਕੇ ਤੁਹਾਡੇ ਰੋਕੀ ਸੀ ਤੁਹਾਨੂੰ ਇਹ ਦਿਮਾਗ 'ਚ ਨਹੀਂ ਸੀ ਕਿ ਉਹ ਤੁਹਾਨੂੰ ਬਚਾ ਲੈਣਗੇ ਜਾਂ ਭਾਈ ਸਾਡੇ ਸਿਗਾ ਦਿਮਾਗ 'ਚ ਸਾਡੇ ਦਿਮਾਗ 'ਚ ਸੀ ਵੀ ਇਹ ਸਾਨੂੰ ਚੱਕੂਗੇ ਹੁਣ ਵੀ ਸਾਨੂੰ ਬਚਾ ਲੂਗੇ ਸਾਨੂੰ ਸ਼ਿਪ 'ਚ ਚਾੜੂਗੇ ਉਹ ਫਿਰ ਉਹ ਭਾਈ ਉਹਨਾਂ ਦਾ ਉਹਨਾਂ ਨੇ ਸਾਨੂੰ ਜਿੱਦਾਂ ਬਾਅਦ 'ਚ ਪੋਰਟ ਤੇ ਆ ਕੇ ਜਦੋਂ ਅਸੀਂ ਪੋਰਟ ਤੇ ਆਏ ਨਾ ਸਾਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਫਿਰ ਸਾਰਾ ਸਮਝਾਇਆ ਸੀ ਕਿ ਤੁਸੀਂ ਇਲਲੀਗਲ ਸੀਗੇ ਹੂੰ ਇਲਲੀਗਲ ਤੁਹਾਡੇ ਕੋ ਹਾਂਜੀ ਇਲਲੀਗਲ ਕਰਕੇ ਤੁਹਾਡੇ ਕੋ ਕੋ ਪ੍ਰੂਫ ਹੀ ਹੈ ਨਹੀਂ ਸੀ ਹੂੰ ਇਸ ਤਰ੍ਹਾਂ ਕੋਈ ਵੀ ਜਿਹੜੇ ਇੰਟਰਨੈਸ਼ਨਲ ਸ਼ਿਪ ਆਉਂਦੇ ਹਨ ਨਾ ਇਹ ਕਿਸੇ ਨੂੰ ਚੱਕਦੇ ਨਹੀਂ ਹੈਗੇ ਵਿੱਚੋਂ ਕਿਉਂਕਿ ਇਹਨਾਂ ਦੀ ਖੁਦ ਜ਼ਿੰਮੇਵਾਰੀ ਬਣ ਜਾਂਦੀ ਜਵਾਬਦੇਹ ਹੋਣਾ ਪ ਜਾ ਵਿਜਿਟ ਕਰ ਰਹੇ ਨਾ ਉਹਨਾਂ ਨੂੰ ਤੁਸੀਂ ਗੇਸ ਬੇਸ ਦੇ ਉੱਤੇ ਪੇਸ਼ ਕਰੋਗੇ ਨਾ ਵੀ ਇਹ ਕੌਣ ਬੰਦੇ ਸੀ ਅਸੀਂ ਕਿੱਥੋਂ ਲੈ ਕੇ ਆਏ ਆ ਭਾਜੀ ਉਹਨਾਂ ਨੇ ਫਿਰ ਹੁਣ ਸਾਡੀ ਤਾਂ ਲੋਕੇਸ਼ਨ ਹੀ ਸਾਡੇ ਕੋਈ ਹੈ ਨਹੀਂ ਕੁਝ ਨਹੀਂ ਉਹ ਸ਼ਿਪ ਨੇ ਭਾਜੀ ਫਿਰ ਉਹਨਾਂ ਨੇ ਉਹਨਾਂ ਦੀ ਜਿਹੜੀ ਲੱਗੀ ਸੀ ਇਹਨਾਂ ਲొਕੇਸ਼ਨ ਜੀ ਉਹਨਾਂ ਨੇ ਆਪਣੀ ਲੋਕੇਸ਼ਨ ਦੇ ਹਿਸਾਬ ਨਾਲ ਦੇਖਿਆ ਕਿ ਬਾਰਡਰ ਕਿਹੜਾ ਲੱਗੇ ਪੈਂਦਾ ਹੁਣ ਜਿਹੜਾ ਲੀਬੀਆ ਦਾ ਬਾਰਡਰ ਹੈ ਭਾਜੀ ਸਮੁੰਦਰ ਦੇ ਵਿੱਚ ਤੇਲ ਕੱਢਦੇ ਰੈਫਾਈਨਰੀਆਂ ਲੱਗੀਆਂ ਇਹਨਾਂ ਦੀਆਂ ਯਾਨੀ ਸਾਨੂੰ ਇੰਨਾ ਪਤਾ ਲੱਗਾ ਸੀ ਮਾਲਟੇ ਦੇ ਬਿਲਕੁਲ ਲੱਗੇ ਸਿਗੇ ਯਾਨੀ ਯਾਨੀ ਇੰਟਰਨੈਸ਼ਨਲ ਮਾਲਟੇ ਤੋਂ ਥੋੜਾ ਪਿੱਛੇ ਸੀ ਅਸੀਂ ਤੇ ਉਹ ਉਸ ਬੰਦੇ ਨੇ ਫਿਰ ਉਹਨੇ ਕਾਲ ਕੀਤੀ ਉੱਥੋਂ ਫਿਰ ਭਾਜੀ ਉਹਨਾਂ ਨੇ ਲਿਬਿਆਰ ਦੇ ਪੁਲਿਸ ਨੂੰ ਕੰਟੈਕਟ ਹੋਇਆ ਉਹਨਾਂ ਦਾ ਉਹਨਾਂ ਦੇ ਪੁਲਿਸ ਦੇ ਜਿਹੜੇ ਬਾਰਡਰ ਸਕਿਉਰਿਟੀ ਵਾਲੇ ਅੰਦਰ ਚੱਲਦੇ ਸ਼ਿਪ ਉਹ ਭਾਜੀ ਆਏ ਫਿਰ ਲੈ ਕੇ ਮੈਨੂੰ ਸਾਢੇ ਤਿੰਨ ਚਾਰ ਘੰਟੇ ਬਾਅਦ ਪਹੁੰਚੇ ਅਸੀਂ ਉਹਨਾਂ ਚਿਰ ਅਸੀਂ ਉੱਥੇ ਉਹਦੇ ਆਲੇ ਦੁਆਲੇ ਸ਼ਿਪ ਦੇ ਮਾੜਾ ਮੋਟਾ ਜਿੱਦਨੂੰ ਪਾਣੀ ਚੱਲਦਾ ਸੀ ਜਾਂ ਰੜਦਾ ਸੀ ਉਦਾਂ ਇਧਰ ਘੁੰਮੀ ਗਏ ਤਾਂ ਉਹ ਉਹਨਾਂ ਚਿਰ ਖੜਾ ਰਿਹਾ ਸ਼ਿਪ ਉਹਨਾਂ ਨੇ ਇਹ ਸਾਡੇ ਲਈ ਪਰਮਾਤਮਾ ਨੇ ਜਿੱਦਾਂ ਉਹਨੇ ਭੇਜਿਆ ਸੀ ਨਾ ਵੀ ਸਾਡੀ ਹੈਲਪੇ ਕਰਨੀ ਹੈ ਇੰਨੀ ਹੈਲਪ ਸਾਡੀ ਉਹਨਾਂ ਨੇ ਬਹੁਤ ਕੀਤੀ ਹੈ ਨਾ ਕਿ ਉਨੇ ਉਹ ਸਿਰਦੇ ਸੀ ਰੱਸੀਆਂ ਬਣ ਕੇ ਉਹਦੇ ਡੇਰਾ ਟਾਇਰ ਦੀਆਂ ਟੂਬਾਂ ਹੁੰਦੀਆਂ ਉਹਨਾਂ ਵੱੜ ਕੇ ਪਾਲਸ ਵਾਲੇ ਸਿਰਦੇ ਸੀ ਉੱਪਰੋਂ ਉਹ ਪਾਜੀ ਜਦੋਂ ਹੁਣ ਇੱਕ ਬੰਦੇ ਨੇ ਫੜ ਲਈ ਜਦੋਂ ਅਸੀਂ ਦੇਖ ਲਿਆ ਕਿ ਐਕਸਾਈਟਮੈਂਟ ਹੋ ਗਈ ਸਾਨੂੰ ਬਚਾਉਣ ਲਈ ਆ ਗਏ ਪਾਜੀ ਹਫੜਾ ਤਾਂ ਆਪਣੀ ਇਦਾਂ ਰੱਸੀ ਉਹ ਦੀ ਛੱਡ ਕੇ ਉਹ ਰੱਸੀ ਫੜਦੇ ਸੀ ਤਿੰਨ ਮੁੰਡੇ ਚੜਦੇ ਚੜਦੇ ਪਾਜੀ ਇੱਕ ਤੇ ਇੱਕ ਨੇ ਪੈਰ ਰੱਖ ਲਿਆ ਉੱਪਰ ਦੇ ਉੱਤੇ ਕਾਲੇ ਨੇ ਉਹ ਚੜਦਾ ਸੀ ਦੂਜਾ ਉੱਤੇ ਪੈਰ ਆ ਕੇ ਕਾਲੀ ਕਾਨ ਦੇ ਉੱਪਰ ਰੱਸੀ ਪਾਣੀ ਸਾਰੇ ਹੁਣ ਇਸ ਟਾਈਮ ਆਪਣੀ ਜਾਨ ਬਚਾਉਣ ਜਾਨ ਬਚਾਉਣ ਚ ਹੋ ਗਏ ਪਾਜੀ ਬਸ ਵੀ ਹੁਣ ਵੀ ਫਟਾਫਟ ਆਪਾਂ ਬਾਜ ਜਾਈਏ ਨਿਕਲ ਜ ਤੇ ਪਾਜੀ ਉਹ ਅਸੀਂ ਨਹੀਂ ਛੱਡੀ ਮੈਂ ਦੂਜਾ ਮੁੰਡਾ ਪੰਜਾਬੀ ਸੀ ਇੱਕ ਮੁੰਡਾ ਕਾਲਾ ਸਾਡੇ ਨਾਲ ਅਸੀਂ ਦੋ ਤਿੰਨਾਂ ਜਣੇ ਨੇ ਨਾ ਅਸੀਂ ਨਹੀਂ ਛੱਡੀ ਜੀ ਅਸੀਂ ਕਹਿੰਨਾ ਚਿਰੋ ਚੱਕੂਗੇ ਆਪ ਚੱਕੂਗੇ ਉਹ ਬੰਦੇ ਕਾਲੀ ਕਾਲੀ ਕਰਦੇ ਕਰਦੇ ਤਿੰਨ ਮੁੰਡੇ ਪਾਜੀ ਉੱਥੇ ਮਰ ਗਏ ਉਹ ਪੁਲਿਸ ਵਾਲੇ ਚੱਕੇ ਨਹੀਂ ਪਾਜੀ ਉੱਥੇ ਮੁੰਡੇ ਤਰਨ ਲੱਗ ਗਏ ਉੱਥੇ ਹਾਂ ਜੀ ਐ ਦੀ ਮੂੰਹ ਚ ਪਾਣੀ ਪੈ ਗਿਆ ਐ ਦੀ ਉਹ ਤੜ ਤੜ ਕੇ ਮਰੇ ਅੱਖਾਂ ਦੇ ਸਾਹਮਣੇ ਮੁਰਕੇ ਸਾਡਾ ਸਾਨੂੰ ਸਾਨੂੰ ਇਹ ਸੀਗਾ ਵੀ ਹੁਣ ਪਲ-ਪਲ ਤਾ ਮਰਦੇ ਨੇ 1 ਮਿੰਟ ਬਾਅਦ ਸਾਡੀ ਮੌਤ ਸੀਗੀ ਵੀ ਹੁਣ ਕਿੱਦਾਂ ਹੁਣ ਜੇ ਕੋਈ ਬਚਾਉਣ ਆਇਆ ਤਾਂ ਇੰਨੀ ਤਾਂ ਹਿੰਮਤ ਸਬਰ ਰੱਖ ਲਾਉਣਾ ਫਿਰ ਭਾਜੀ ਉਹਨਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਇਹ ਟੂਬਾਂ ਨਹੀਂ ਫੜ ਪਾਰਾ ਉਹਨਾਂ ਨੇ ਭਾਜੀ ਫਿਰ ਖੁੱਕਾਂ ਕੱਢੀਆਂ ਲੰਬੀਆਂ ਰੋਡਾਂ ਹੁੱਕਾਂ ਦੇ ਨਾਲ ਨਾ ਭਾਜੀ ਮੋਰੇ ਬਣ ਕੇ ਰੱਸੀਆਂ ਉਹ ਸਾਨੂੰ ਥੱਲੇ ਨੀਵੇਂਆ ਕੀਤੀਆਂ ਉਹਨੂੰ ਭਾਜੀ ਹੁੱਕਾਂ ਦੇ ਨਾਲ ਫਿਰ ਅਸੀਂ ਅਸੀਂ ਨਾਂ ਨਾਂ ਨੂੰ ਹਲਕੀ ਹਲਕਾ ਕਰਕੇ ਉਹ ਪਾਣੀ ਸਾਨੂੰ ਉਹਦਾ ਪੱਕੇ ਦਾ ਕਮਾਈ ਜਾਂਦਾ ਜੀ ਨਾ ਅਸੀਂ ਭਾਜੀ ਹੌਲੀ ਜਾਣੀ ਉਹ ਹੁੱਕਾਂ ਨੂੰ ਫੜ ਕੇ ਰੱਸੀ ਫੜ ਕੇ ਫਿਰ ਉਹਨਾਂ ਸਾਨੂੰ ਕੱਲੇ ਕੱਲੇ ਨੂੰ ਖਿੱਚਿਆ ਉੱਪਰ ਉੱਪਰ ਖੜੇ ਕਰਕੇ ਭਾਏ ਚੜਦੇ ਸਾਰੇ ਸਾਡੇ ਉਹਨਾਂ ਨੇ ਕੜੀਆਂ ਲਾਤੀਆਂ ਅੱਛਾ ਉਹਨਾਂ ਨੂੰ ਲੱਗਾ ਵੀ ਇਹ ਦਾ ਬਿਜਲੀ ਗੱਲ ਬਿਲੀਗਲ ਹਾਂਜੀ ਉਹ ਭਾਜੀ ਉਹ ਬਹੁਤ ਬਹੁਤ ਮਾੜਾ ਮੰਨਦੇ ਆ ਉਹ ਭਾਜੀ ਇਹ ਚੀਜ਼ ਨੂੰ ਬਹੁਤ ਜ਼ਿਆਦਾ ਬਿਰ ਬੁਰਾ ਮੰਨਦੇ ਆ ਤੇ ਉਹ ਸਾਨੂੰ ਉਹਨੇ ਕੜੀਆਂ ਲਾਤੀਆਂ ਮੈਂ ਤਾਂ ਭਾਜੀ ਮੈਂ ਤਾਂ ਜੋ ਮੇ ਜੋ ਮੇਰੀ ਸੁਰਤ ਸੀਗੀ ਮੈਂ ਤਾਂ ਬੇਹੋਸ਼ ਹੋ ਗਿਆ ਹਾਂ ਬੇਹੋਸ਼ ਹੋ ਗਿਆ ਮੈਨੂੰ ਨਹੀਂ ਪਤਾ ਕਿੱਥੇ ਆ ਮੈਂ ਕੀ ਸਾਹਦਾ ਕਿਉਂਕਿ ਉਹਨੇ ਦਿਨਾਂ ਬਾ ਨਾ ਸੁੱਤੇ ਸੀ ਪੰਜ ਰਾਤਾਂ ਪੰਜ ਦਿਨ ਅਸੀਂ ਇੱਦੀ ਕੱਢ ਦਿੱਤੇ ਪਾਣੀ ਚਾਹੀ ਠੀਕ ਆ ਤੇ ਨਾ ਕੁਛ ਖਾਦਾ ਪੀਤਾ ਸੀ ਮਤਲਬ 5 ਦਿਨ 5 ਰਾਤਾਂ ਸਾਡੀਆਂ 5-4 ਰਾਤਾਂ ਸਾਡੀਆਂ ਕੰਪਲੀਟ ਹੋ ਚੁੱਕੀਆਂ ਸੀ 5ਵੀਂ ਰਾਤ ਆਉਣ ਵਾਲੀ ਸੀ ਸਾਡੀ ਉਹ ਹਾਂਜੀ 4 ਰਾਤਾਂ ਤੇ 5ਵਾਂ ਦਿਨ 5 ਦਿਨ ਕੰਪਲੀਟ ਹੋ ਗਏ ਸੀ ਹਾਂਜੀ ਉਸ ਦਿਨ ਵਿੱਚ ਸਾਨੂੰ ਜਿਹੜੇ ਉਹ ਜਿਹੜਾ ਸਾਣੀ ਪੂਰਾ ਦਿਨੇ ਲੱਗ ਗਿਆ ਸਾਡਾ ਸਮਝ ਲਓ ਸ਼ਾਮ ਜੀ ਨੂੰ ਜਾ ਕੇ ਪੁਲਿਸ ਵਾਲੇ ਪਹੁੰਚੇ ਆ 9-10 ਵਜੇ ਜਦੋਂ ਤੜਕੇ ਆਈ ਉਹ ਛਿਪ ਸਾਨੂੰ ਟੱਕਰਦਾ ਉਹਦੇ ਨਾਲ ਘੁੰਮਦੇ ਘੁੰਮਦੇ ਟਾਈਮ ਵੇਸਟ ਹੋ ਗਿਆ ਨਾ ਉਹਦੇ ਵਿੱਚ ਸ਼ਾਮੇ ਪੈ ਗਈ ਸਾਨੂੰ ਤੇ ਮੁੜ ਕੇ ਫੇ ਜਦੋਂ ਪਾਜੀ ਉਹਨਾਂ ਨੇ ਸਾਨੂੰ ਬੇਹੋਸ਼ ਹੋ ਗਏ ਸੀ ਉੱਪਰ ਤੇ ਸਾਡੇ ਕੜੀਆਂ ਲਾ ਕੇ ਉਹਨਾਂ ਪੈਪ ਦੇ ਨਾਲ ਇਦਾਂ ਉਹਦੇ ਵਿੱਚ ਸਾਨੂੰ ਉਹਨਾਂ ਨੇ ਚਾਰਾਂ ਜਾਣੇ ਨੂੰ ਇੱਦੀ ਬੰਨਦਾ ਗ੍ਰਿਫਤਾਰ ਕਰ ਲਿਆ ਹਾਂਜੀ ਗ੍ਰਿਫਤਾਰ ਕਰ ਲਿਆ ਚਲੋ ਮੈਨੂੰ ਬਾਅਦ ਚ ਪਤਾ ਲੱਗਾ ਉਹ ਮੁੰਡੇ ਕਹਿੰਦੇ ਸਾਡੇ ਵੀ ਹਾਲਾਤ ਇਹੀ ਸੀ ਉਹ ਨਾਲ ਦੇ ਤਾਂ ਹਾਲਾਤ ਬਹੁਤ ਜ਼ਿਆਦਾ ਖਰਾਬ ਸੀ ਮੁੰਡੇ ਦੇ ਉਹ ਜੇ ਥੱਲੇੋਂ ਸਾਰਾ ਗਲ ਗਿਆ ਸੀ ਮੇਰੇ ਵੀ ਭਾਈ ਜਦੋਂ ਮਨਾ ਬੇਹੋਸ਼ ਆਈ ਮੇਰੇ ਮੇਰੇ ਲੱਤ 'ਚ ਦਰਦ ਹੋਣ ਲੱਗ ਪਈ ਲੱਤ ਜੀ ਦਰਦ ਇੰਨੀ ਜ਼ਿਆਦਾ ਹੋਈ ਕਿ ਮੇਰੇ ਉਹ ਜਿਹੜੇ ਉਹ ਗਲ ਗਏ ਸੀ ਚੀਜ਼ ਉਹ ਸੁੱਕ ਗਈ ਹਵਾ ਲੱਗਣ ਨਾਲ ਉਹ ਸੁੱਕ ਗਈ ਤਾਂ ਮੈਨੂੰ ਫੇ ਮਾੜੀ ਜੀ ਨੀਂਦ ਖੋਲੀ ਤਾਂ ਫੇ ਮੈਂ ਦੇਖਿਆ ਉਹ ਵੀ ਉਹ ਵੀ ਮੁੰਡੇ ਬੈਠੇ ਸੀ ਉੱਠ ਗਏ ਚਲੋ ਸਾਨੂੰ ਸਾਰਿਆਂ ਨੂੰ ਠਾਲਿਆ ਤਾਂ ਸਾਨੂੰ ਇਹ ਨਾ ਇਹਦੇ ਕਾਲ ਦੇ ਵਿੱਚ ਪਾ ਕੇ ਉਹ ਉਹ ਆਪਣੀਆਂ ਕੜੀਆਂ ਉੱਪਰ ਵਾਲੀਆਂ ਉਹਨੇ ਸਾਨੂੰ ਉੱਪਰਲੇ ਪੈਪ ਦੇ ਨਾਲ ਇੱਦਾਂ ਖੜਾ ਕਰ ਲਿਆ ਭਾਜੀ ਹੁਣ ਤੁਹਾਨੂੰ ਇੱਥੇ ਲੱਗਦਾ ਸੀ ਕਿ ਤੁਹਾਨੂੰ ਛੱਡ ਦੇਣਗੇ ਤੁਹਾਨੂੰ ਤਾਂ ਕਿਉਂਕਿ ਇੱਕ ਤਾਂ ਤੁਸੀਂ 5 ਦਿਨ ਪਹਿਲਾਂ ਉੱਥੇ ਸਮੁੰਦਰ ਵਿੱਚ ਰਹਿ ਕਿ ਇਹਨਾਂ ਮੌਦਨ ਲੜ ਕੇ ਫਿਰ ਤੁਸੀਂ ਪਹੁੰਚੇ ਤੁਹਾਨੂੰ ਆਂਦੇ ਗ੍ਰਿਫਤਾਰ ਕਰ ਲਿਆ ਇੱਥੇ ਤੁਹਾਨੂੰ ਕੀ ਲੱਗਦਾ ਸੀ ਕਿ ਸਾਨੂੰ ਇਹ ਤਾਂ ਭਾਜੀ ਇੱਕ ਮਸਲਾ ਹੋ ਗਿਆ ਸੀ ਕਿ ਸਾਡੀ ਜਾਨ ਬਚ ਗਈ ਜਾਨ ਬਚ ਗਈ ਜਾਨ ਬਚ ਗਈ ਕਿ ਅਸੀਂ ਮਰਨੋਂ ਪਰਮਾਤਮਾ ਨੇ ਬਚਾ ਲਿਆ ਆ ਅੱਗੇ ਸਾਨੂੰ ਚਾਹੀ ਹੁਣੇ ਮਾਰ ਦੇਣ ਚਾਹੀ ਰੱਖ ਲੈਣ ਸਾਨੂੰ ਪਰਵਾਹ ਨਹੀਂ ਸੀ ਉਹ ਚੀਜ਼ ਜਦੋਂ ਨਹੀਂ ਬੰਨਿਆ ਨਾ ਭਾਜੀ ਹੁੱਕ ਦੇ ਨਾਲ ਲਾ ਕੇ ਸਾਨੂੰ ਬੈਬ ਦੇ ਨਾਲ ਉੱਪਰ ਲੈ ਤਾਂ ਅਫੀਸਰ ਆਇਆ ਉਹਨੇ ਕਿਹਾ ਕਿ ਇਹਨਾਂ ਨੂੰ ਸ਼ੂਟ ਕਰ ਦਿਓ ਹੂੰ ਵੀ ਸ਼ੂਟ ਕਰ ਦਿਓ ਇਹਨਾਂ ਨੂੰ ਭਾਈ 1 ਮਿੰਟ ਵੀ ਜੇ ਤੁਸੀਂ ਕਹੋਗੇ ਨਾ ਵੀ ਇੱਕ ਚੀਜ਼ ਦਾ ਵੀ ਡਰ ਲੱਗਾ ਲੱਗਾ ਨਹੀਂ ਡਰ ਅਸੀਂ ਕੀ ਕਰ ਦੋ ਹੂੰ ਅਸੀਂ ਅਸੀਂ ਮੋਰੋ ਸਾਡਾ ਜਵਾਬ ਸੀ ਸਾਨੂੰ ਕਰ ਦੋ ਕੋਕੀ ਅਸੀਂ ਆਲਰੇਡੀ ਪਹਿਲੇ ਮਰਿਓ ਸੀ ਹੁਣ ਅਸੀਂ ਚੀਕੇ ਕੀ ਕਰਨਾ ਹੁਣ ਅਸੀਂ ਕਿਸੇ ਪਾਸੇ ਜੋਗੇ ਵੀ ਨਹੀਂ ਠੀਕ ਆ ਸਾਨੂੰ ਇਹ ਸੀ ਕਿ ਸਾਡੀ ਜਾਨ ਬਚ ਗਈ ਚਲੋ ਭਾਈ ਅੰਦਰੋਂ ਉਸੇ ਬੇਲੇ ਫਿਰ ਉਹਨਾਂ ਨੇ ਅੰਦਰ ਸਲਾਹ ਕੀਤੀ ਦੋ ਅਫਸਰ ਨਾ ਅਫਸਰ ਵਧੀਆ ਆ ਗਏ ਅੰਦਰੋਂ ਉਹਨੇ ਭਾਈ ਸਾਡੇ ਗਾਲ ਦੀਆਂ ਓਕਾ ਖਲਾਈਆਂ ਬਾਹਾਂ ਦੀਆਂ ਖਲਾ ਲਈਆਂ ਕੜੀਆਂ ਸਾਡੀਆਂ ਖਲਾ ਕੇ ਤਾਂ ਸਾਨੂੰ ਥੱਲੇ ਬਿਠਾ ਦਿੱਤਾ ਕਹਿੰਦਾ ਲੰਮੇ ਪੈ ਜਾਓ ਅਸੀਂ ਲੰਮੇ ਪੈ ਗਏ ਤਾਂ ਉਹਨੇ ਨਾ ਭਾਈ ਪਾਣੀ ਮੰਗਾਇਆ ਅੰਦਰੋਂ ਜੱਗ ਸਾਫ ਪਾਣੀ ਪੀਣ ਵਾਲਾ ਉਹਨੇ ਪਹਿਲਾਂ ਤਾਂ ਸਾਡੇ ਪਾਇਆ ਜਕਮਾ ਤੇ ਮੇਰੇ ਤੋਂ ਮੁੰਡੇ ਦੇ ਕਹਿੰਦਾ ਵੀ ਪਾਜੀ ਇਹ ਜਕਮ ਦੇ ਵਿੱਚ ਬਹੁਤ ਮਾਤਰਾ ਵਿੱਚ ਲੂਣ ਚਲ ਗਿਆ ਆ ਵੀ ਇਹਨੇ ਤੁਹਾਡੇ ਯਾਨੀ ਇਨਫੈਕਸ਼ਨ ਇੰਨੀ ਕਿ ਜ਼ਿਆਦਾ ਕਰ ਦੇਣੀ ਆ ਤੁਹਾਡੀ ਡੈਥ ਕਲੀਅਰ ਆ ਤੇ ਅਸੀਂ ਪਾਜੀ ਠੀਕ ਆ ਸੀ ਕਿ ਆ ਠੀਕ ਕੋਈ ਗੱਲ ਨਹੀਂ ਉਹਨੇ ਸਾਨੂੰ ਪਾਇਆ ਸੀ ਹਲਕੇ ਹਲਕੇ ਦਗੜ ਨਹੀਂ ਹੁੰਦਾ ਸੀ ਜਕਮ ਅਸੀਂ ਹੌਲੀ ਹੌਲੀ ਉਹਨੂੰ ਮੜ ਮੜ ਪ੍ਰੈਸ ਕਰ ਕਰਕੇ ਉਹ ਚ ਜੋ ਵੀ ਸੀਗਾ ਮੜ ਮੋਟਾ ਲੂਣ ਕੱਢਿਆ ਫਿਰ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਸਾਨੂੰ ਪਾਣੀ ਪੀਣ ਨੂੰ ਤਾਂ ਦੇ ਦੋ ਉਹ ਅਸੀਂ ਉਹ ਸਾਨੂੰ ਦਿੰਦਾ ਸੀ ਗਲਾਸ ਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਸਾਡਾ ਜੀ ਕਰਦਾ ਸੀ ਗਲਾਸ ਪੀ ਲਈਏ ਇੰਨੇ ਦਿਨੇ ਭੁੱਖੇ ਪਿਆਸੇ ਸੀ ਉਹਨੇ ਭਾਜੀ ਥੋੜਾ ਥੋੜਾ ਪਾਣੀ ਦੋ ਸਾਨੂੰ ਨਾਲ ਸਮਝਾਇਆ ਅਰਬੀ ਦੇ ਵਿੱਚ ਕਹਿੰਦਾ ਮਤਲਬ ਜੇ ਤੁਸੀਂ ਸਾਰਾ ਪੀ ਲਿਆ ਨਾ ਤੁਸੀਂ ਡੈਥ ਹੋ ਜਾਈ ਨਹੀਂ ਕਿਉਂਕਿ ਤੁਹਾਡੇ ਆਲਰੇਡੀ ਅੰਦਰ ਕੋਈ ਲਿਕਵਿਡ ਚੀਜ਼ ਗਈ ਨਹੀਂ ਨਾ ਕੋਈ ਖਾਣ ਵਾਲੀ ਗਈ ਹੈ ਇਹ ਜਾਂਦੀ ਜ਼ਹਿਰ ਬਣ ਜਣੀ ਚਲੋ ਭਾਜੀ ਨੂੰ ਪਾਣੀ ਦਿੱਤਾ ਸਾਨੂੰ ਫਿਰ ਅਸੀਂ 2.5 ਘੰਟੇ ਸਾਨੂੰ ਫਿਰ ਜਾਣ ਨੂੰ ਲੱਗੇ ਪੋਰਟ ਤੇ ਲੈ ਗਏ ਸਾਨੂੰ ਪੋਰਟ ਤੇ ਲਿਜਾ ਕੇ ਭਾਜੀ ਉੱਥੇ মিডিਆ ਮੁੰਡੀਆਂ ਇਕੱਠਿਆ ਹੋਇਆ ਸੀ ਪਹਿਲਾਂ ਹੀ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਉਹਨਾਂ ਨੇ ਕੰਟੈਕਟ ਕੀਤਾ ਸੀ মিডিਆ ਆਇਆ ਸੀ 6-7 ਚੈਨਲ ਵਾਲੇ ਆ ਸਾਨੂੰ ਲਈ ਆਂਦੇ ਉਹਨੇ ਸ਼ਿਪ ਦੇ ਵਿੱਚ ਚੜ ਗਏ ਹੋਏ ਜਿੱਥੇ ਅਸੀਂ ਪਏ ਸੀ ਉੱਥੇ ਆ ਗਏ ਉਹ ਉਹਨੇ ਚਿਹਰਾ ਲਾ ਕੇ ਸਾਨੂੰ ਸਾਰਾ ਕੁਝ ਪੁੱਛਿਆ ਹਾਂ ਕਿੱਥੋਂ ਆਏ ਕਿਹਦੇ ਜੰਟ ਥਰੂ ਗਏ ਸੀ ਕਿਹੜੀ ਕੰਪਨੀ 'ਚ ਕੰਮ ਕਰਦੇ ਸੀ ਕੋਰ ਕਿਹੜੀ ਕਾਂਟੀ ਚੋ ਕ੍ਰੋਸ ਕੀਤਾ ਤੁਸੀਂ ਸਾਰਾ ਬਾਜੀ ਉਹਨਾਂ ਨੇ ਸਾਨੂੰ ਪੁੱਛਿਆ ਪੁੱਛ ਕੇ ਦਾ ਸਾਨੂੰ ਉਹਨਾਂ ਨੇ ਸਾਨੂੰ ਕਹਿੰਦੇ ਵੀ ਠੀਕ ਆਉਣੀ ਸਾਡਾ ਨਾਮ ਐਡਰੈਸ ਸਾਰਾ ਕੁਝ ਨੋਟ ਕਰ ਲਿਆ ਵੀ ਪ੍ਰੈਸ ਚਲਾਉਣਾ ਹੋਣਾ ਸ਼ਾਇਦ ਜਾਂ ਕਿੱਦਾਂ ਵੀ ਉਸ ਤੋਂ ਬਾਅਦ ਪੁਲਿਸ ਵਾਲੇ ਆਏ ਆ ਸਾਨੂੰ ਬਾਜੀ ਕਹਿੰਦੇ ਚੱਕਿਆ ਉਹਨਾਂ ਨੇ ਟੇਟਾਂ ਜਾਂ ਸਟੇਚਰਾਂ ਤੇ ਪਾਇਆ ਲੈ ਕੇ ਤਾਂ ਸਾਨੂੰ ਹਸਪੀਟਲ ਲੈ ਗਿਆ ਸਰਕਾਰੀ ਸਰਕਾਰੀ ਹਸਪੀਟਲ ਬਾਜੀ ਇੰਨਾ ਕੁ ਬੁਰਾ ਹਾਲ ਸੀ ਨਾ ਸਾਡੀ ਪੁੱਛਗਿਛ ਨਹੀਂ ਹੋਈ ਜਦੋਂ ਬੱਚ ਬੰਦਿਆਂ ਨੇ ਸਾਨੂੰ ਪਾਇਆ ਸੀ ਉਹਨਾਂ ਨੇ ਸੋਰੀ ਬਾਜੀ ਤੇ ਉਹ ਹਨਾ ਉਹਦੇ ਵਿੱਚ ਪਾਇਆ ਸਾਨੂੰ ਲਈ ਆ ਕੇ ਅੰਦਰ ਉਹਨਾਂ ਨੇ ਇੱਕ ਖਾਲੀ ਕਮਰੇ ਵਿੱਚ ਪਾ ਦਿੱਤਾ ਖਾਲੀ ਕਮਰੇ ਵਿੱਚ ਪਾਇਆ ਸਾਨੂੰ ਉੱਥੇ ਉਹਨਾਂ ਨੇ ਸਾਡੇ ਕੋਈ ਬਾਜੀ ਇੰਜੈਕਸ਼ਨ ਨਹੀਂ ਕੋਈ ਦਵਾਈ ਨਹੀਂ ਲਾਈ ਸਾਡੀ ਕੋਈ ਪੁੱਛਗਿਛ ਨਹੀਂ ਹੋਈ ਰਾਤ ਦੇ ਰਾਤ ਦੇ 11:30 12:00 ਵਜੇ ਇਸ ਟਾਈਮ ਤੁਹਾਨੂੰ ਘਰ ਦੀ ਯਾਦ ਆਉਂਦੀ ਹੋਣੀ ਵੀ ਘਰ ਦੀ ਭਾਈ ਹਾਂਜੀ ਯਾਦ ਉਸ ਵੇਲੇ ਬਹੁਤ ਆਈ ਉਸ ਵੇਲੇ ਯਾਦ ਇਦਾਂ ਹੈ ਜਦੋਂ ਅਸੀਂ ਇਹਨੂੰ ਪੋਰਟ ਦੇ ਉੱਤੇ ਲਿਆਂਦਾ ਸੀ ਨਾ ਸਾਨੂੰ ਪਤਾ ਲੱਗ ਗਿਆ ਸੀ ਲਿਬੀਆ ਕੰਟਰੀ ਪਹੁੰਚ ਗਏ ਫੇਰ ਦੁਆਰਾ ਫੇਰ ਸਾਨੂੰ ਇਹ ਹੋ ਗਿਆ ਕਿ ਪ੍ਰਮਾਤਮਾ ਤੁ ਰੱਖਣ ਵਾਲੇ ਰੱਖ ਲਿਆ ਵੀ ਇਦਾਂ ਦੀ ਮੌਤ ਦੇ ਵਿੱਚ ਉਹ ਤਾਂ ਮੈਨੂੰ ਨਹੀਂ ਲੱਗਦਾ ਕੋਈ ਬਚ ਕੇ ਆਇਆ ਹੋਗਾ ਉਹ ਇੰਨੇ ਦਿਨ ਟੱਪ ਕੇ ਵੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਅਸੀਂ ਅਸੀਂ ਜੀਦੇ ਰਹਿਣਾ ਕਿ ਨਹੀਂ ਰਹਿਣਾ ਫੇਰ ਘਰ ਦੇ ਨੂੰ ਮਿਸ ਬਹੁਤ ਕੀਤਾ ਕਿ ਚਲੋ ਸ਼ਾਇਦ ਸਾਨੂੰ ਉਹਨਾਂ ਨੂੰ ਉਹਨਾਂ ਨਾਲ ਮਿਲਾਪ ਹੋਈ ਜਾਵੇ ਪਰ ਪਛਤਾਵਾ ਸੀ ਕਿ ਜੇ ਵੀ ਡੌਂਕੀ ਦਾ ਲਾਉਣ ਦਾ ਕੋਈ ਸੀਗਾ ਵੀ ਬাজি ਬਹੁਤ ਪਛਤਾਵਾ ਹੋਇਆ ਪਛਤਾਵਾ ਹੋਇਆ ਬਾਅਦ ਚ ਵੀ ਇਹਦੇ ਨਾਲੋਂ ਅਸੀਂ ਉੱਥੇ ਸਾਨੂੰ ਭਾਵੇਂ 15-16 ਹਜ਼ਾਰ ਹੀ ਬਜਦਾ ਸੀ ਕਿ ਬਹੁਤ ਬੈਸਟ ਸੀਗਾ ਵੀ ਆਹ ਚੀਜ਼ ਜੋ ਦੇਖ ਲਈ ਹੈ ਨਾ ਨਾਲ ਦੇ ਬੰਦੇ ਮਰ ਗਏ ਜਾਂ ਸਾਨੂੰ ਵੀ ਕੁਝ ਹੋ ਜਾਂਦਾ ਸਾਡੀ ਤਾਂ ਲਾਸ਼ ਸਮੁੰਦਰ ਚ ਰਹਿਣੀ ਸੀ ਘਰ ਦੇ ਨੂੰ ਅਸੀਂ ਕਿੱਥੇ ਮਿਲਣਾ ਸੀ ਸਾਨੂੰ ਕੌਣ ਪਛਾਣਾ ਸਾਡੇ ਤਾਂ ਇਹ ਹੋ ਜਾਣਾ ਸੀ ਕਿ ਸਾਡਾ ਮੁੰਡਾ ਬਾਹਰ ਗਿਆ ਹੈ ਉਹਨਾਂ ਤਾਂ ਸਾਰੀ ਉਮੰਦਾ ਰੋਣਾ ਹੋ ਗਿਆ ਸੀ ਨਾ ਭਾਜੀ ਇੱਕ ਤਾਂ ਬੰਦੇ ਨੂੰ ਆਪਾਂ ਆਪਣੇ ਹੱਥੀਂ ਮਰਦਾ ਦੇ ਕੇ ਉਹਦਾ ਸੰਸਕਾਰ ਕਰ ਦੰਨੇ ਆ ਇੱਥੇ ਤਾਂ ਕੋਈ ਸੰਸਕਾਰ ਵੀ ਨਹੀਂ ਹੋਣਾ ਇੱਕ ਤਾਂ ਸੱਲੀ ਰਹਿਣੀ ਸੀ ਮਾਪਿਆਂ ਨੂੰ ਸਾਡਾ ਮੁੰਡਾ ਕਦੇ ਤਾਂ ਵਾਪਸ ਆਉਗਾ ਇਹ ਚੀਜ਼ਾਂ ਦਾ ਪਛਤਾਵਾ ਭਾਜੀ ਬਹੁਤ ਹੋ ਰਿਹਾ ਸੀ ਪੈਸੇ ਤਾਂ ਨਹੀਂ ਸੀ ਸਾਨੂੰ ਇੰਨਾ ਕਿਉਂਕਿ ਸਾਡੇ ਮਨ 'ਚ ਕਰਜ਼ੇ ਸਿਗਾ ਪਹੁੰਚਣ ਦਾ ਜੇ ਅਸੀਂ ਪਹੁੰਚ ਜਾਂਦੇ ਸ਼ਾਇਦ ਇਟਲੀ ਦੀ ਪੁਲਿਸ ਜੇ ਹੋਰ 2 ਘੰਟੇ ਚੱਲ ਜਾਂਦੇ ਅਸੀਂ ਇਟਲੀ ਦੇ ਬਾਰਡਰ ਅੰਦਰ ਚੱਲ ਜਾਣਾ ਸੀ ਉੱਥੇ ਉਹਨਾਂ ਦੀ ਜਿਹੜੀ ਨੈਵੀ ਦੀ ਪੁਲਿਸ ਹੈ ਜਿਹੜੀ ਕੰਮ ਦੀ ਬਾਰਡਰ ਸਕਿਉਰਟੀ ਵਾਲੀ ਹੈ ਉਹਨਾਂ ਨੇ ਸਾਨੂੰ ਤੁਹਾਨੂੰ ਪੂਰਾ ਕੈਂਪ ਦਿੰਦੇ ਆ ਖਾਣ ਪੀਣ ਨੂੰ ਵਧੀਆ ਰਹਿائش ਆ ਵਧੀਆ ਉਹ ਤੁਹਾਡੇ ਨਾਲ ਟ੍ਰੀਟਮੈਂਟ ਕਰਦੇ ਆ ਤੁਹਾਡੀਆਂ ਸਟੇਆਂ ਲੱਗਦੀਆਂ ਆ ਤੁਹਾਡੇ ਕੇਸ ਚੱਲਦੇ ਆ ਫਿਰ ਉਹ ਆਪਣੀ ਕੰਟਰੀ ਛੱਡਣ ਨੂੰ ਕਹਿ ਦਿੰਦੇ ਆ ਜੇ ਤੁਸੀਂ ਛੱਡਣੀ ਛੱਡੋ ਨਹੀਂ ਜੇ ਤੁਹਾਡੀ ਕੋਈ ਹੈਗਾ ਅੰਦਰ ਕੋਈ ਤੁਹਾਡਾ ਵਾਕ ਬੰਦਾ ਉਹਦੇ ਕੋਲ ਚਲ ਜਾਓ ਚਲੋ ਹੌਲੀ ਹੌਲੀ ਪੇਪਰ ਉੱਪਰ ਬਣ ਜਾਂਦੇ ਏਦਾਂ ਦੀ ਲਾਈਫ ਸੀਗੀ ਪਰ ਪਿੱਛੇ ਜਾ ਹੀ ਨਹੀਂ ਸਕੇ ਭਾਜੀ ਆਪਾਂ ਉਸੇ ਤੱਕ ਤਾਂ ਪਹੁੰਚ ਹੀ ਨਹੀਂ ਸਕੇ ਪਹਿਲਾਂ ਸਾਰਾ ਕੰਮ ਹੋ ਗਿਆ ਫਿਰ ਉਹ ਤੁਹਾਨੂੰ ਮੀਡੀਆ ਨੇ ਗ੍ਰਿਫਤਾਰ ਕਰ ਲਿਆ ਉੱਥੇ ਤਾਂ ਤੁਹਾਨੂੰ ਬਹੁਤ ਸਵਾਲ ਕੀਤੇ ਹੋਣੇ ਤੁਸੀਂ ਸਾਰੀ ਗੱਲਬਾਤ ਖੋਲੀ ਉਹਨ ਉਹਨਾਂ ਨੇ ਜੋ ਤੁਸੀਂ ਸਾਰੀ ਗੱਲ ਦੱਸੀ ਤਾਂ ਉਹਨਾਂ ਦਾ ਕੀ ਰਿਐਕਸ਼ਨ ਸੀ ਉੱਥੇ ਪੁਲਿਸ ਦਾ ਰਿਐਕਸ਼ਨ ਭਾਜੀ ਇਹ ਸੀ ਪੁਲਿਸ ਵਾਲੇ ਸਾਨੂੰ ਇੱਕੋ ਇੱਕ ਕੁਐਸਚਨ ਕਰ ਰਹੇ ਸੀ ਹੂੰ ਹੂੰ ਉਹ ਸਾਨੂੰ ਕੁਐਸਚਨ ਇੰਨਾ ਬੈਡਲੀ ਕਰਦੇ ਸੀ ਜਾਨ ਯਾਨੀ ਇੰਨੇ ਗੁੱਸੇ 'ਚ ਕਰਦੇ ਸੀ ਉਹ ਸਾਨੂੰ ਇਹੀ ਗੱਲ ਕਹਿੰਦੇ ਸੀ ਸਾਨੂੰ ਇਹ ਦੱਸੋ ਵੀ ਸਾਡੀ ਕੰਟਰੀ ਦੇ ਵਿੱਚ ਮਾੜਾ ਕੀ ਮਾੜਾ ਕੀ ਸੀ ਤੁਹਾਨੂੰ ਰੋਟੀ ਨਹੀਂ ਮਿਲਦੀ ਸੀ ਸਹੀ ਤੁਹਾਨੂੰ ਤਨਖਾਹ ਨਹੀਂ ਮਿਲਦੀ ਸੀ ਤੁਹਾਨੂੰ ਕੰਪਨੀ ਸਹੀ ਨਹੀਂ ਸੀ ਜਾਂ ਤੁਹਾਡੀ ਰਹਿائش ਵਧੀਆ ਨਹੀਂ ਸੀ ਕੀ ਚੱਕਰ ਕੀ ਸੀ ਤੁਸੀਂ ਕਿਉਂ ਸਾਡੀ ਕੰਟਰੀ ਛੱਡ ਕੇ ਨੱਠੇ ਹੂੰ ਪਾਜੀ ਫਿਰ ਉਹਨਾਂ ਨੂੰ ਕਿਉਂਕਿ ਅਸੀਂ ਸਾਰੀ ਚਲੀਅਤ ਤਾਂ ਦੱਸਤੀ ਵੀ ਤੁਹਾਡੀ ਕੰਟਰੀ ਕ੍ਰੋਸ ਕੀਤੀ ਐ ਇੱਥੇ ਅਸੀਂ ਰਹਿੰਦੇ ਸੀਗੇ ਫਲਾਨੀ ਕੰਪਨੀ 'ਚ ਰਹਿੰਦੇ ਸੀਗੇ ਜੀ 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 ਵੀ ਹਾਂ ਇੰਨਾ ਚਿਰ ਉੱਥੇ ਲਾਇਆ ਅਸੀਂ ਉਹ ਪਾਜੀ ਇਹ ਚੀਜ਼ ਨੂੰ ਸਾਨੂੰ ਲੈ ਕੇ ਸਾਡੇ ਲਈ ਬਹੁਤ ਜ਼ਿਆਦਾ ਸਾਡੇ ਨਾਲ ਗੁੱਸੇ ਸੀ ਹਾਂ ਯਾਨੀ ਉਹਨਾਂ ਨੂੰ ওই ਚੀਜ਼ ਤੋਂ ਨਫ਼ਰਤ ਕਰਦੇ ਆ ਵੀ ਸਾਡੀ ਕੰਟਰੀ ਕ੍ਰੋਸ ਕਰਕੇ ਨਾ ਜਾਓ ਸਾਰੀਆਂ ਫੈਸਿਲਿਟੀਆਂ ਸਾਡੇ ਕੋਲ ਹੈਗੀਆਂ ਜੇ ਤੁਹਾਨੂੰ ਕੰਪਨੀ ਕੋ ਤੰਗ ਕਰਦੀ ਆ ਜਾਂ ਕੋਈ ਤਨਖਾਹ ਨਹੀਂ ਦਿੰਦੀ ਜਾਂ ਤੁਹਾਡਾ ਕੋਈ ਹੋਰ ਕੋਈ ਤੰਗੀਆਂ ਆਉਂਦੀ ਸਾਨੂੰ ਦੱਸੋ ਆਕੇ ਤੈਨੂੰ ਪਾਜੀ ਉੱਥੇ ਅਸੀਂ ਜਦੋਂ ਸਾਨੂੰ ਪਾਇਆ ਕਮਰੇ 'ਚ ਐ ਨਾ ਇਹ ਕਰ ਵੀ ਮੁੰਡਾ ਆਇਆ ਮਤਲਬ ਜਿਹੜਾ ਆਪਣਾ ਅੰਦਰ ਸੀਗਾ ਹਸਪੀਟਲ 'ਤੇ ਕੰਮ ਕਰਦਾ ਇੱਥੇ ਸਾਡੇ ਕੱਪੜੇ ਨਹੀਂ ਪਾਇਏ ਉਹਨਾਂ ਨੇ ਦਿੱਤੇ ਨੇ ਪਾਜੀ ਇੱਕ ਅੰਡਰਵੇਅ ਸੀ ਬਸ ਕੱਲੀ ਉਹ ਵੀ ਸਾਡੀ ਇਲਾਸਟਿਕ ਕਰਕੇ ਨਹੀਂ ਅੰਡਰਵੇਅ ਖੁੱਲੀ ਬਾਕੀ ਸਾਡੇ ਜੋ ਸ਼ਾਰਟ ਵਗੈਰਾ ਬਟਨ ਬੂੜਾ ਗਾਲ ਕੇ ਸਾਰਾ ਕੁਝ ਪਾਇਆ ਉਹ ਤੁਹਾਡਾ মিডিਆ ਨੇ ਤੁਹਾਡ ਨੂੰ ਸਾਰ ਰੂਬਰੂ ਕਰਾਇਆ ਤੁਹਾਨੂੰ ਉੱਥੇ ਉਹਨਾਂ ਨੇ ਪਾਜੀ ਬਿਲਕੁਲ ਅਸੀਂ ਅੱਛੀ ਕੱਚੀਆਂ ਸੀ ਮਤਲਬ ਉਹਨਾਂ ਨੇ ਤੁਹਾਨੂੰ ਕੋਈ ਡਰੈੱਸ ਨਹੀਂ ਦਿੱਤੀ ਹਨਾ ਨਾ ਕੋਈ ਡਰੈੱਸ ਨਹੀਂ ਪਾਜੀ ਉਹੀ ਅੰਡਰਵੇਅ ਨਾਲ ਅਸੀਂ ਪਏ ਸੀ ਐਦੀ ਲੰਮੀ ਐਦੀ ਚਾਕ ਕੇ ਸਟਿਚਾਂ 'ਚ ਲੈ ਗਏ ਅੰਦਰ ਵੀ ਅਸੀਂ ਐਦੀ ਪਏ ਵੀ ਜੋ ਵੀ ਉਹਨਾਂ ਦੀ ਪੇਪਰ ਹੀ ਕਾਰਵਾਈ ਹੋਣੀ ਹੈ ਨਾ ਪਾਜੀ ਹਸਪੀਟਲ ਦੀ ਜਾਂ ਇੱਥੋਂ ਅਸੀਂ ਬੰਦੇ ਫੜ ਕੇ ਲਿਆਏ ਆ ਇੱਦਾਂ ਦਾ ਲੈ ਕੇ ਜਾਣਾ ਇਹਨਾਂ ਨੂੰ ਜਾਂ ਪਾਜੀ ਉਸ ਉਹ ਮੁੰਡਾ ਅਰਬੀ ਮਿਲਿਆ ਸੀ ਉਹਨੂੰ ਪੁੱਛਿਆ ਕਿ ਪਾਜੀ ਏ ਵੀ ਇੱਥੇ ਕੋਈ ਇੰਡੀਅਨ ਮਿਲ ਜੂ ਨਰਸ ਹੋਵੇ ਜਾਂ ਕੋਈ ਮੁੰਡਾ ਕੰਮ ਕਰਦਾ ਹੋਵੇ ਜਾਂ ਅੰਦਰ ਹਸਪੀਟਲ ਦੇ ਉਹ ਤੁਹਾਨੂੰ ਮਤਲਬ ਬਾਹਰ ਉੱਥੇ ਜਾ ਕੇ ਵੀ ਬਾਰ ਬਾਰ ਇਹੀ ਹੁੰਦਾ ਸੀ ਵੀ ਸਾਡੇ ਦੇਸ਼ ਦੇ ਲੋਕੀ ਮੈਂ ਤੁਹਾਨੂੰ ਆਪਣੇ ਦੇਸ਼ ਦਾ ਕਿਉਂ ਬਾਰ ਬਾਰ ਯਾਦ ਆਉਂਦਾ ਵੀ ਸਾਡੇ ਭਾਜੀ ਅਸੀਂ ਅਸੀਂ ਜਿਹੜੀ ਉਹਨਾਂ ਨਾਲ ਗੱਲਬਾਤ ਸੀ ਨਾ ਪੁਲਿਸ ਵਾਲੇ ਸਾਡੀ ਗੱਲ ਨਹੀਂ ਸੀ ਸੁਣਦੇ ਆ ਸਾਨੂੰ ਅਸੀਂ ਚਾਹੁੰਦੇ ਸੀ ਕਿ ਸਾਡੀ ਕੋਈ ਗੱਲ ਸੁਣੇ ਅਸੀਂ ਉਹਨੂੰ ਦੱਸੀਏ ਵੀ ਅਸੀਂ ਇੰਨੀ ਤਕਲੀਫ ਵਿੱਚ ਰਹੇ ਆ ਸ਼ੋਰ ਵੀ ਆ ਚੀਜ਼ ਹੋ ਗਈ ਆ ਸਾਡੇ ਨਾਲ ਵੀ ਉਹ ਸੁਣ ਕੇ ਗਾਹਾਂ ਦੱਸੇ ਵੀ ਸਾਡੀ ਕੋਈ ਹੈਲਪ ਹੋ ਸਕੇ ਸਾਡੇ ਦਵਾਈ ਲੱਗ ਸਕੇ ਕੋਈ ਇੰਜੈਕਸ਼ਨ ਲਾ ਦੇਵੇ ਸਾਨੂੰ ਕੁਝ ਨਹੀਂ ਭਾਜੀ ਟ੍ਰੀਟਮੈਂਟ ਸਾਡੇ ਇੱਦੇ ਮੇਰੀ ਜਿੱਦਾਂ ਲੱਤ ਦੀ ਲੱਤ ਇਦਾਂ ਆਕੜੀ ਇਕੱਠੀ ਭਾਜੀ ਇੱਥੇ ਸੁੱਕ ਗਏ ਸੀ ਜਾਂ ਜੇ ਮੈਂ ਖੋਲਦਾ ਸੀ ਉਹ ਸਾਰੀ ਚੀਜ਼ ਪਾੜ ਦੀ ਉਹ ਮੁੰਡੇ ਤਾਂ ਤਾਂ ਭਾਜੀ ਜਿਹੜੇ ਸਾਰੇ ਥੱਲੇ ਸਾਰਾ ਕੁਝ ਭਾਜੀ ਗਲ ਚੁੱਕਾ ਸੀ ਨਾ ਉਹ ਮੁੰਡਾ ਜਿਆਦਾ ਤਕਲੀਫ ਵਿੱਚ ਇੰਨੇ ਕਿ ਜਿਆਦਾ ਤਕਲੀਫ ਸੀ ਨਾ ਅਸੀਂ ਬਾਰ ਬਾਰ ਉਹਨੂੰ ਹਸਲਾ ਦਿੰਦੇ ਕੀ ਕੋਈ ਗੱਲ ਨਹੀਂ ਹੁਣ ਆਪਾਂ ਕੋਈ ਨਹੀਂ ਆਪਾਂ ਜੇ ਆ ਬਚ ਗਏ ਆ ਤਾਂ ਪਰਮਾਤਮਾ ਰੱਖਿਆ ਤਾਂ ਇਹ ਵੀ ਚੀਜ਼ ਆਪਣੀ ਹੈ ਨਾ ਪਰਮਾਤਮਾ ਸਹੀ ਕਰੂਗਾ ਚਲੋ ਭਾਜੀ ਉਹਨੇ ਆ ਨਾ ਉਹਨੇ ਸਾਨੂੰ ਭਰੋਸਾ ਹੀ ਸੀ ਇਹ ਕਹਣਾ ਮਾਨ ਦੇ ਭਰੋਸਾ ਹੀ ਸੀ ਭਾਜੀ ਉੱਥੇ ਉਹਨੇ ਮੁੰਡੇ ਨੇ ਸਾਨੂੰ ਦੱਸਿਆ ਕਿ ਇੱਥੇ ਇੱਕ ਕੇਲਾ ਦੀ ਨਰਸ ਹੈਗੀ ਆ ਸਾਡੇ ਇੰਡੀਆ ਉਹ ਆਈ ਬਿਜਾਰੀ ਫੇ ਉਹਨੂੰ ਅਸੀਂ ਦੱਸਿਆ ਸਾਰਾ ਗਲਵਾਤ ਸਾਡੇ ਕੋਲ ਬੈ ਗਈ ਉਹ ਸਾਨੂੰ ਪੁੱਛਿਆ ਕਿ ਆਸੀਂ ਪੰਜਾਬੀ ਪੰਜਾਬ ਤੋਂ ਅਸੀਂ ਇੱਦਾਂ ਇੱਥੇ ਆਏ ਸੀ ਇੱਥੋਂ ਸਾਰੀ ਸਟੋਰੀ ਪਾਈ ਦੱਸਤੀ ਐ ਉਹਦੇ ਚੋਂ ਸਾਨੂੰ ਇਹ ਐਂਡ 'ਚ ਇੱਕ ਇੱਕ ਗੱਲ ਕੀਤੀ ਕਿ ਬਈਆ ਤੁਸੀਂ ਲੋਕ ਇਹ ਇਤਨਾ ਰਿਸਕ ਕਿਉਂ ਲਿਆ ਕਿ ਤੁਹਾਨੂੰ ਆਪਣੇ ਮਾਪਿਆਂ ਦਾ ਪਿਆਰ ਨਹੀਂ ਸੀ ਤੁਹਾਨੂੰ ਭੈਣ ਭਾਈ ਦਾ ਪਿਆਰ ਨਹੀਂ ਸੀ ਤੁਸੀਂ ਕਿਉਂ ਐਡਾ ਵੱਡਾ ਰਿਸਕ ਲਿਆ ਤੁਸੀਂ ਐਨੇ ਤੁਸੀਂ ਮੌਤ ਦੇ ਮੂੰਹ ਵਿੱਚੋਂ ਇੱਕ ਵਾਰ ਨਹੀਂ ਹਜ਼ਾਰਾਂ ਵਾਰ ਹਜ਼ਾਰਾਂ ਵਾਰ ਮੌਤ ਦੇ ਮੂੰਹ 'ਚੋਂ ਨਿਕਲ ਕੇ ਆਏ ਤੁਸੀਂ ਕਿੱਦਾਂ ਤੁਸੀਂ ਐਨੀ ਵੱਡੀ ਤੁਸੀਂ ਇਹ ਕੋਸ਼ਿਸ਼ ਕੀਤੀ ਜਾਣਦੀ ਹੈ ਨਾ ਕਿੱਦਾਂ ਹਿੰਮਤ ਬਣਾਈ ਉਹਨੂੰ ਦੱਸਿਆ ਵੀ ਹੁਣ ਅਸੀਂ ਤਾਂ ਸਾਡੇ ਨਾਲ ਇਹ ਚੀਜ਼ ਹੋ ਚੁੱਕੀ ਹੈ ਨਾ ਵੀ ਸਾਡੀ ਤਾਂ ਹੁਣ ਹੈਲਪ ਕਰਦੇ ਜਿੰਨੀ ਵੀ ਹੋ ਸਕਦੇ ਸਾਨੂੰ ਖਾਣ ਨੂੰ ਚਾਹੀਦਾ ਕੁਝ ਇਹ ਸਾਡੇ ਕੱਪੜੇ ਵੀ ਸਾਡੇ ਅੰਡਰਵੇਅਰ ਵੀ ਰਹਿ ਗਈਆਂ ਵੀ ਸਾਨੂੰ ਖਾਣ ਉਹ ਕਹਿੰਦੀ ਵੀ ਮੇਰੀ ਹੁਣ 12:30 ਪਾਣੇ 1:30 ਡਿਊਟੀ ਖਤਮ ਆ ਵੀ ਮੈਂ ਆਉਂਗੀ ਸਵੇਰੇ ਭਈਆ ਤੁਹਾਡੇ ਲਈ ਮੈਂ ਕੁਝ ਨਾ ਕੁਝ ਲੈ ਕੇ ਆਉਂਗੀ ਖਾਣ ਨੂੰ ਵੀ ਲੈ ਕੇ ਆਉਂਗੀ ਮੈਂ ਤੁਹਾਡੇ ਕੱਪੜੇ ਵੀ ਲੈ ਕੇ ਆਉਂਗੀ ਪਾਜੀ ਉਹ ਗਈ ਆ 1:30 2:00 ਵਜੇ ਪੁਲਿਸ ਵਾਲੇ ਆਏ ਆ ਕੜੀਆਂ ਸਾਡੀਆਂ ਖੋਲੀਆਂ ਸਾਨੂੰ ਇੱਕ ਟੁੱਟੀ ਜੀ ਬੈਨ ਦੇ ਵਿੱਚ ਪਾ ਲਿਆ ਉਹਨਾਂ ਨੇ ਜਿਹੜੀ ਬੈਨ ਵਿੱਚ ਕੋਈ ਮਤਲਬ ਸੀਟ ਨਹੀਂ ਲੱਗੀ ਹੋ ਸੀਗੀ ਸਰ ਪਲੇਨ ਸੀਗੀ ਵਿੱਚੋਂ ਪਿੱਛੇ ਲੋਕ ਲਾ ਕੇ ਉਹਨਾਂ ਨੇ ਸਾਨੂੰ ਵਿੱਚ ਬਾੜਤਾਚਾਰ ਨੂੰ ਬੜੇ ਗਣੀ ਮੁਸ਼ਕਲ ਚੜ੍ਹ ਹੋਇਆ ਵਿੱਚ ੱਟਕੇ ਮਾਰ ਕੇ ਸਾਨੂੰ ਚਾੜਿਆ ਉਹਨਾਂ ਨੇ ਚੜ੍ਹ ਕੇ ਵਿੱਚ ਏਦਾਂ ਸਾਨੂੰ ਉਹਨੇ ਇੰਨੀ ਤੇਜ਼ ਲੈ ਕੇ ਗਏ ਨਾ ਉਹ ਸਾਨੂੰ ਜੇਲ੍ਹ ਚ ਲੈ ਕੇ ਜਾਣਾ ਸੀ ਉਹਨਾਂ ਨੇ ਭਾਜੀ ਕੋਈ ਹੰਪ ਨਹੀਂ ਦੇਖਿਆ ਕੋਈ ਉਹਨਾਂ ਨੇ ਇਹਨਾਂ ਨੇ ਭਾਜੀ ਕੋਈ ਸਪੀਡ ਬ੍ਰੇਕਰ ਵਾਲਾ ਜੋ ਵੀ ਚੀਜ਼ ਜੇ ਸਲੋ ਜਾਂ ਤੇਜ਼ ਉਹ ਦੇਖਦੇ ਨਹੀਂ ਸੀ ਮੈਂ ਤਾਂ ਭਾਜੀ ਕਰੀ 2-3 ਬਾਰ ਮੋੜੇ ਹੋ ਜਾ ਕੇ ਪਿੱਛੇ ਮੇਰੇ ਸਿਰ ਪੜ ਗਿਆ ਸੀ ਉਹ ਮੁੰਡੇ ਦੀ ਬਾਹ ਟੁੱਟ ਗਈ ਜਿਹੜਾ ਜ਼ਿਆਦਾ ਜ਼ਖਮੀ ਸੀ ਉਹ ਦੋ ਮੁੰਡੇ ਸਹੀ ਰਹੇ ਉਹਨਾਂ ਚ ਇੱਕ ਕਾਲਾ ਸੀ ਇੱਕ ਆਪਣਾ ਪੰਜਾਬੀ ਸੀ ਪਾਜੀ ਇੰਨਾ ਕ ਜਿਆਦਾ ਉਹਨਾਂ ਦੇ ਹਨਾ ਉਹ ਉਹ ਸੱਟਾਂ ਲੱਗੀਆਂ ਮੇਰੇ ਵੀ ਜਦੋਂ ਹਸਪੀਟਲ ਗਏ ਤਾਂ ਪੂਰਾ ਖੂਨ ਚੋਂਦਾ ਸੀ ਜੇਲ੍ਹ ਦੇ ਬਾਹਰ ਵੀ ਪਾਜੀ ਧੱਕੇ ਮਾਰ ਮਾਰ ਸਾਨੂੰ ਥੱਲੇ ਤਾਰਿਆ ਸਾਨੂੰ ਨਹੀਂ ਪਤਾ ਸੀ ਬਹੁਤ ਬਸਲੂਕੀ ਕੀਤੀ ਦਾ ਨਾ ਉੱਥੇ ਉਹਨਾਂ ਬਹੁਤ ਬਸਲੂਕੀ ਕੀਤੀ ਪਾਜੀ ਟੋਟ ਟੋਟ ਪੈਂਦੇ ਸੀ ਮਾਰਦੇ ਸੀ ਡੰਡਿਆਂ ਨਾਲ ਉਹ ਜਦੋਂ ਸਾਨੂੰ ਤਾਰਿਆ ਥੱਲੇ ਨਾ ਬੜੇ ਡੰਡੇ ਨਾਲ ਯਾਨੀ ਸਾਡੇ ਕੋ ਉਤਰ ਨਹੀਂ ਸੀ ਨਾ ਹੁੰਦਾ ਹੁਣ ਅਸੀਂ ਹੌਲੀ ਹੌਲੀ ਇੱਦਾਂ ਇੱਦਾਂ ਬਹਿ ਬਹਿ ਕੇ ਉਤਰਦੇ ਸੀ ਉਹਨੇ ਭਾਈ ਧੱਕੇ ਮਾਰ ਮਾਰ ਸਾਨੂੰ ਥੱਲੇ ਕਢੇ ਕਰ ਲਿਆ ਜੇਲ ਦੇ ਮੋਰੇ ਜਿੱਥੇ ਸਾਡੇ ਉਹਨੇ ਪੂਰੇ ਰਜਿਸਟਰ ਵਿੱਚ ਆਪਣੇ ਸਾਡਾ ਨਾਮ ਨੂੰ ਦਰਜ ਕੀਤਾ ਕੰਪਿਊਟਰ 'ਚ ਨਾਮ ਦਰਜ ਕੀਤੇ ਕਿੱਦਾਂ-ਕਿੱਦਾਂ ਜੋ ਰਿਕਾਰਡ ਬਣਾ ਕੇ ਲਿਆਈ ਸੀ ਉਹ ਪਹਿਲਾਂ ਜਿਹੜਾ ਉਹਨਾਂ ਦਾ ਲੋਕਾ ਥਾਣਾ ਸੀ ਜਾਂ ਕੋਈ ਵੀ ਚਲੋ ਜੀ ਭਾਈ ਜੇਲ ਦੇ ਵਿੱਚ ਸਾਨੂੰ ਉਹਨਾਂ ਨੇ ਬਾਹਰ ਗਰਾਊਂਡ ਖੁੱਲੀ ਸੀ ਵੱਡਾ ਗੇਟ ਖੋਲਿਆ ਜੀ ਜੇ ਮੈਂ ਮੇਨ ਬੰਦੇ ਜੇਲ੍ਹ ਚੰਦਰਬੰਦ ਸੀ ਉਹ ਪਿੱਛੇ ਸਲਾਖਾਂ ਸੀਗੀਆਂ ਮੋਹਰੇ ਗਰਾਊਂਡ ਸੀ ਕਾਫੀ ਖੁੱਲੀ ਉਹ ਗਰਾਊਂਡ ਦੇ ਵਿੱਚ ਇੱਕ ਸਾਈਡ ਦੇ ਉੱਤੇ ਭਾਜੀ ਕੱਪੜੇ ਪਏ ਸੀ ਹਾਂਜੀ ਭਾਜੀ ਉਹ ਉੱਥੇ ਕੱਪੜੇ ਜਿਹੜੇ ਪਏ ਸੀ ਨਾ ਭਾਜੀ ਅਸੀਂ ਉਹੀ ਕੱਪੜੇ ਉੱਤੇ ਲੈ ਲਏ ਜਦੋਂ ਸਵੇਰੇ ਜਦੋਂ ਭਾਜੀ ਕੈਦੀਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ ਉਹਨਾਂ ਨੇ ਤਾ ਬੰਗਾਲੀ ਸੀਗੇ ਉੱਥੇ 1.5 200 ਬੰਦਾ ਬੈਠਾ ਹੀ ਫੜੋ ਜਿੱਦਾਂ ਏਜੰਟ ਨੇ ਪੈਸੇ ਲੈ ਕੇ ਨਾ ਫੜਾ ਦਿੱਤਾ ਪੈਸੇ ਲੈ ਲੈ ਬਾਅਦ ਚ ਰੀਡ ਪੁਆਤੀ ਉਹ ਬੰਦੇ ਬਾਹਰ ਆਏ ਤਾਂ ਉਹਨੇ ਸਾਨੂੰ ਉਠਾਲਿਆ ਜਦੋਂ ਭਾਜੀ ਅਸੀਂ ਉਹ ਕੱਪੜੇ ਵਾਲੇ ਉੱਪਰ ਦੇਖੇ ਆਪਣੇ ਇੰਨੇ ਕੁ ਜ਼ਿਆਦਾ ਗੰਦੇ ਕੱਪੜੇ ਸੀ ਨਾ ਜਿਹਦੇ ਵਿੱਚ ਭਾਜੀ ਹਰ ਤਰ੍ਹਾਂ ਦਾ ਗੰਦ ਸੀ ਵਿੱਚ ਭਾਜੀ ਸਾਨੂੰ ਉਲਟੀਆਂ ਲੱਗ ਗਈਆਂ ਚਲੋ ਉਹ ਬੰਦੇ ਵਧੀਆ ਸੀ ਸਾਨੂੰ ਉਹਨਾਂ ਨੇ ਚੱਕਿਆ ਸੰਤ ਵਿਚਾਰੇ ਅੰਦਰ ਲੈ ਗਏ ਤੁਹਾਡੇ ਕਹਿੰਦੇ ਦੋ ਕੁ ਮੁੰਡੇ ਪੰਜਾਬੀ ਹੈਗੇ ਪਹਿਲਾਂ ਫੜਿਓ ਸਾਨੂੰ ਉਹਨਾਂ ਨੇ ਮਿਲਾਇਆ ਭਾਜੀ ਉੱਥੇ ਅਸੀਂ ਅਸੀਂ ਤਕਰੀਬਨ ਮੈਂ 10 ਮਹੀਨੇ ਫਿਰ ਜੇਲ ਕੱਟੀ ਆ 3.5 ਮਹੀਨੇ ਅੱਛਾ ਹਾਂਜੀ ਉਹ ਫਿਰ ਹੌਲੀ ਹੌਲੀ ਜਿੱਦਾਂ ਸਾਡਾ ਕੰਟੈਕਟ ਹੋਇਆ ਤੇ ਤੁਹਾਨੂੰ ਉਹਨੇ ਕੱਪੜੇ-ਕੁਪੜੇ ਸਾਰਾ ਕੁਝ ਦੇ ਦਿੱਤਾ ਦੀ ਨਹੀਂ ਭਾਜੀ ਕੁਝ ਨਹੀਂ ਉਹ ਤਾਂ ਜਿਆਦਾ ਯਾਨੀ ਇੰਨਾ ਕੁ ਜਿਆਦਾ ਜਿਹੜਾ ਕਰਦੇ ਸੀ ਨਾ ਸਾਡੇ ਨਾਲ ਬਿਹਾਰ ਬਹੁਤ ਜਿਆਦਾ ਗੰਦਾ ਹੀ ਕਰਦੇ ਸੀ ਹੂੰ ਉਹ ਸਾਨੂੰ ਭਾਜੀ ਇੱਥੇ ਤੱਕ ਕਿ ਬ੍ਰੈਡ ਦਾ ਇੱਕ ਪੀਸ ਮਿਲਦਾ ਸੀ ਸਾਰੇ ਦਿਨ ਦੇ ਵਿੱਚ ਉਹ ਤੁਸੀਂ ਸਵੇਰੇ ਖਾ ਲਓ ਸ਼ਾਮ ਨੂੰ ਖਾ ਲਓ ਦੁਪਹਿਰੇ ਖਾ ਲਓ ਇੱਕ ਪਿੱਛੇ ਮੜਨਾ ਬਾਕੀ ਪੂਰੇ ਨੇਰੇ ਕਮਰੇ ਦੇ ਵਿੱਚ ਬੰਦਦਾ ਪਾਜੀ ਜਿਹੜੀਆਂ ਚਟਾਈਆਂ ਅੰਦਰ ਵਿਛਾਈਆਂ ਸੀ ਲੋਕਾਂ ਦੇ ਤੇ ਚੱਲ ਕੱਪੜੇ ਸੀਗੇ ਸਾਡੇ ਤਾਂ ਕੱਪੜੇ ਵੀ ਨਹੀਂ ਸੀ ਉਹਨਾਂ ਵਿੱਚ ਖੱਟਮਲ ਪਾਜੀ ਬਹੁਤ ਹੱਦ ਤੋਂ ਵੱਧ ਸੀਗੇ ਉਹ ਉਹ ਖੱਟਮਲ ਪਾਜੀ ਸਾਨੂੰ ਸੌਣ ਨਹੀਂ ਦਿੰਦੇ ਸੀ ਇੱਕ ਮਿੰਟ ਵੀ ਅਣੀਂਦੇ ਰਹਿਣਾ ਇੱਕੋ ਹੀ ਬਾਥਰੂਮ 50 60 ਬੰਦਿਆਂ ਦਾ ਹਾਲ ਉਹ ਉਹੀ ਸਮੈਲ ਅੰਦਰ ਸਾਰਾ ਕੁਝ ਇਦਾਂ ਉਹੀ ਪਾਣੀ ਜੂਸ ਕਰਨਾ ਹੱਥ ਮੂੰਹ ਧੋਣ ਨੂੰ ਠੀਕ ਆ ਪੀਣ ਨੂੰ ਪਾਣੀ ਜਿਹੜਾ ਸੀ ਬਾਹਰ ਪੀਏ ਪੀ ਸਵੇਰੇ ਕੁਝ ਨਹੀਂ ਬਸ ਮਿਲਦਾ ਸੀ ਫਿਰ ਭਾਜੀ ਹੌਲੀ ਹੌਲੀ ਫਿਰ ਸਾਡਾ ਅੰਦਰ ਸਾਡੇ ਉਹ ਜਿਹੜਾ ਆ ਨਾ ਚੋਰੀ ਬੰਦੇ ਰਹਿੰਦੇ ਸੀਗੇ ਜੀ ਕਾਲੇ ਅੰਦਰ ਚੋਰੀ ਕੰਮ ਕਰਦੇ ਸੀ ਫੋਨ ਦੇ ਉੱਤੇ ਕਾਲ ਕਰਾਉਂਦੇ ਸੀ ਹਾਂ ਹਾਂ ਉਹਨਾਂ ਨੇ ਭਾਜੀ ਫਿਰ ਸਾਡੀ ਫੋਨ ਦੇ ਉੱਤੇ ਗੱਲ ਕਰਾਈ ਸੀ ਮੁੰਡਿਆਂ ਨੂੰ ਦੱਸਿਆ ਆਪਣੇ ਕੰਪਨੀ ਵਾਲਿਆਂ ਨਾਲ ਹਾਂ ਉਹਨੀ ਫਿਰ ਕੰਪਨੀ 'ਚ ਦੱਸਿਆ ਕੰਪਨੀਆ ਨੇ ਕੰਟੈਕਟ ਕੀਤਾ ਫਿਰ ਜੇਲ੍ਹ ਵਾਲਿਆਂ ਨੂੰ ਉਹਨਾਂ ਨੇ ਫਿਰ ਜੇਲ੍ਹ ਨੂੰ ਜੇਲ੍ਹ ਵਾਲਿਆਂ ਨੂੰ ਆਪਣੇ ਪਾਸਵਰਡ ਭੇਜ ਦਿੱਤੇ ਸਾਡੇ ਹਾਂ ਫਿਰ ਉਹਨਾਂ ਨੇ ਸਾਨੂੰ ਜੇਲ੍ਹ ਵਾਲਿਆਂ ਨੇ ਕਿਹਾ ਸੱਦ ਕੇ ਵੀ ਤੁਸੀਂ ਐਦਾਂ ਕਰੋ ਅੰਬੈਸੀ ਆਪਣੀ ਨਾਲ ਕੰਟੈਕਟ ਕਰੋ ਹਾਂ ਇੰਡੀਅਨ ਅੰਬੈਸੀ ਨਾਲ ਫਿਰ ਉਹਨਾਂ ਨੇ ਭਾਜੀ ਇੰਡੀਅਨ ਅ ਸਾਨੂੰ ਮਿਲਣਾ ਐਂਬੈਸੀ ਦਾ ਬੰਦਾ ਹਾਂ ਉਹਨੇ ਸਾਨੂੰ ਸਾਰੀ ਸਟੋਰੀ ਪੁੱਛੀ ਐਦਾ ਐਦਾ ਉਹ ਕਹਿੰਦਾ ਕੋਈ ਗੱਲ ਨਹੀਂ ਵੀ ਹਸੀਂ ਤੁਹਾਡੀ ਹੈਲਪ ਕਰਾਂਗੇ ਵੀ ਤੁਸੀਂ ਸਾਡੇ ਇੰਡੀਅਨ ਬੰਦੇ ਆ ਨਾ ਉਹ ਤੁਹਾਨੂੰ ਇੱਥੇ ਵੀ ਤੁਹਾਨੂੰ ਹੌਸਲਾ ਹੋ ਗਿਆ ਸੀ ਕਿ ਹੁਣ ਇੰਡੀਅਨ ਐਂਬੈਸੀ ਵਾਲਾ ਬੰਦਾ ਆ ਗਿਆ ਹਾਂ ਜਿੱਦਣ ਹਾਂ ਜੀ ਐਂਬੈਸੀ ਵਾਲਾ ਬੰਦਾ ਆਇਆ ਉਹਦਨੇ ਸਾਨੂੰ ਬਾਈ ਬਹੁਤ ਜ਼ਿਆਦਾ ਹੌਸਲਾ ਵੱਧ ਗਿਆ ਸਾਡੀ ਪਰਿਵਾਰ ਨਾਲ ਗੱਲ ਹੋਈ ਸੀ ਉਸ ਟਾਈਮ ਫਿਰ ਉਸੇ ਪਰਿਵਾਰ ਨਾਲ ਮੈਂ ਹਾਂ ਆਪਣੇ ਦਾਦਾ ਜੀ ਨਾਲ ਗੱਲ ਕੀਤੀ ਸੀ ਕਿਉਂਕਿ ਮੈਨੂੰ ਜ਼ਿਆਦਾ ਮੋਟੀਵੇਸ਼ਨ ਦਾਦਾ ਜੀ ਕਰਦੇ ਸੀ ਹਾਂ ਦਾਦਾ ਜੀ ਸਰਪੰਚ ਸੀ ਪਿੰਡ ਦੇ ਤਾਂ ਉਹਨਾਂ ਨੇ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਸ਼ਨ ਤੇ ਉਹਨਾਂ ਨੇ ਭਾਜੀ ਫਿਰ ਮੈਨੂੰ ਉਹ ਸਾਡੀ ਗੱਲਬਾਤ ਹੋਣ ਦੇ ਬਾਅਦ ਘਰ ਤੇਨੂੰ ਵੀ ਪਤਾ ਲੱਗਾ ਘਰ ਦੇ ਵੀ ਬਹੁਤ ਜ਼ਿਆਦਾ ਸ਼ੌਕ ਚੱਲੇ ਗਏ ਵੀ ਕਿੱਦਾਂ ਹੋਣੀ ਹੁਣ ਕਿੱਦਾਂ ਹੋਣਾ ਕਿੱਦਾਂ ਨਹੀਂ ਇਹਨਾਂ ਕੀ ਕੁਝ ਹੋ ਗਿਆ ਇਹਨੇ ਸਾਨੂੰ ਦੱਸਿਆ ਨਹੀਂ ਵੀ ਇਹ ਤਾਂ ਮੌਤ ਦੇ ਮੂੰਹ ਚ ਐਦਾਂ ਬਚ ਗਿਆ ਜਾਂ ਕਿੱਦਾਂ ਨਾ ਚਲੋ ਮੈਂ ਉਹਨਾਂ ਨਾਲ ਗੱਲ ਹੋਣ ਤੋਂ ਬਾਅਦ ਭਾਜੀ ਐਮਬੈਸੀ ਨੇ ਫਿਰ ਸਾਡੇ ਨਾਲ ਕੰਟੈਕਟ ਕਰਨ ਆਇਆ ਐਮਬੈਸੀ ਦਾ ਬੰਦਾ ਉਹਨੇ ਸਾਡੇ ਨਾਲ ਕੰਟੈਕਟ ਕੀਤਾ ਸਾਰੀ ਗੱਲਬਾਤ ਸਮਝਾਈ ਜੋ ਵੀ ਗੱਲਬਾਤ ਸੀ ਉਹਨੂੰ ਸਾਰੀ ਦੱਸੀ ਉਹਨਾਂ ਨੇ ਭਾਜੀ ਫਿਰ ਸਾਨੂੰ ਇਹ ਗੱਲ ਕਿਹਾ ਐਮਬੈਸੀ ਨੇ ਵੀ ਤੁਸੀਂ ਆਪਣੀ ਟਿਕਟਾਂ ਮਗਾ ਲਓ ਫਿਰ ਬਾਜੀ ਘਰ ਦੇ ਉਹਨੂੰ ਕਾਲ ਕੀਤੀ ਇਹਨਾਂ ਨੇ ਫਿਰ ਦਿੱਲੀ ਜਾ ਕੇ ਐਮਬੈਸੀ ਵਿੱਚ ਸਾਡੀ 25-25000 ਰੁਪਏ ਦੀ ਟਿਕਟ ਬਣੀ ਸੀ ਹੂੰ ਤੇ ਸਾਡੇ ਉਹ ਤਿੰਨਾਂ ਬੰਦਿਆਂ ਦੀ ਉਹ ਸਾਡੀ ਆਪਣੇ ਆਪਣੇ ਘਰ ਦੇ ਜਾ ਕੇ ਅਸੀਂ ਜਮ੍ਹਾਂ ਕਰਾ ਕੇ ਆਏ ਉਹ ਫਿਰ ਬਾਜੀ ਉਹ ਜਿਸ ਦਿਨ ਚੱਲਣਾ ਸੀ ਪੂਰਾ ਪੂਰਾ ਟਾਈਮ ਸੀ ਸਾਡੇ ਕੋ ਸਾਨੂੰ ਕੋਈ ਕੱਪੜਾ ਨਹੀਂ ਦਿੱਤਾ ਸਾਡੀ ਉਹੀ ਅੰਡਰਵੇਅਰ ਸਾਡੇ ਕੜੀਆਂ ਕੜੀਆਂ ਲਾ ਕੇ ਤਾਂ ਸਾਨੂੰ ਉੱਚ ਪਾ ਕੇ ਲੈ ਗਏ ਹੂੰ ਜੇ ਉੱਥੇ ਨੂੰ 에어ਪੋਰਟ ਨੂੰ 에어ਪੋਰਟ ਜਾ ਕੇ ਬਾਜੀ ਪੂਰੇ ਪੂਰੇ ਟਾਈਮ ਦੇ ਉੱਤੇ ਸਾਡੀ ਅਨਾਉਂਸਮੈਂਟ ਚੱਲਦੀ ਸੀ ਵੀ ਗੁਰਦੀਪ ਸਿੰਘ ਜਾਂ ਫਲਾਨਾ ਅਵਤਾਰ ਸਿੰਘ ਜਾਂ ਤੀਜਾ ਮੁੰਡਾ ਸੀ ਨਾ ਤੇ ਚੌਥਾ ਦਾ ਕਾਲੇ ਨੂੰ ਉਧਰੇ ਭੇਜਦਾ ਉਹਨਾਂ ਨੇ ਉਹ ਉਹ ਜਲਦੀ ਤੋਂ ਜਲਦੀ ਤੁਸੀਂ ਐ ਐਂਟਰ ਕਰੋ ਹੂੰ ਬਾਜੀ ਅਸੀਂ ਤਾਂ ਉਹ ਉਹਨਾਂ ਨੇ ਜਾਣ ਵਜ ਕੇ ਸਾਨੂੰ ਡਿਲੇ ਕਰਦੇ ਸੀ ਉਹ ਨਫਰਤ ਕਰਦੇ ਸੀ ਨਾ ਕਰਕੇ ਭਾਜੀ ਵੀ ਇਹਨਾਂ ਨੇ ਇੰਨਾ ਲੀਲ ਸਾਡੀ ਕੰਟਰੀ ਕਿੰਨੀ ਸਾਡੇ ਬਦਨਾਮ ਹੋ ਰਿਆ ਨਾ ਨਾ ਸਾਡਾ ਤੇ ਭਾਜੀ ਉੱਥੇ ਅਸੀਂ ਹਾਰ ਕੇ ਮਿਹਨਤਾਂ ਕਰਦੇ ਰਹਿ ਗਿਆ ਸਾਨੂੰ ਫਿਰ ਹਨਾ ਜਿਹੜਾ ਜੇਲਰ ਹੁੰਦਾ ਸੀ ਰਾਤ ਨੂੰ ਉਹ ਕੁਦਰਤੀ ਕੋਈ ਕੰਮ ਕਰਨ ਆਇਆ ਸੀ ਉਹ ਸਾਨੂੰ ਆਉਂਦਾ ਆਉਂਦਾ ਦੇਖੇ ਸਾਡੇ ਕੋਲ ਦੀ ਲੰਘਣ ਲੱਗਾ ਸੀ ਉਹ ਪੈਰੀ ਪੈ ਗਏ ਭਾਜੀ ਕੜੀਆਂ ਲੱਗੀਆਂ ਸੀ ਐਦਾਂ ਹੀ ਪੈਰੀ ਪੈ ਗਏ ਅਸੀਂ ਕਿਹਾ ਵੀ ਸਾਰਾ ਇਹ ਗੱਲਬਾਤ ਆ ਵੀ ਸਾਡੀ ਫਲਾਈਟ ਰੈਡੀ ਆ ਵੀ ਅਸੀਂ ਇੰਨੇ ਗਰੀਬ ਬੰਦੇ ਆ ਇੰਨੇ ਕੋ ਸਾਡੇ ਨਾਲ ਹੋ ਗਿਆ ਵੀ ਸਾਨੂੰ ਜਾਣਦੇ ਹੋ ਹੁਣ ਹਨਾ ਉਹਨਾਂ ਨੂੰ ਚਾਹੀਦੀ ਸੀ ਭਾਜੀ ਫੋਟੋ ਲੈਣੀ ਹੁੰਦੀ ਆ 에ਪੋਰਟ ਵਾਲਿਆਂ ਨੇ ਇੱਕ ਪ੍ਰੂਫ ਦੇ ਲਈ ਉਹ ਫੋਟੋ ਕੰਪਿਊਟਰ 'ਚ ਐਡ ਕਰਕੇ ਕੁਝ ਕਰਦੇ ਆ ਉਹਨਾਂ ਨੇ ਉਹ ਪ੍ਰੂਫ ਦੇ ਲਈ ਸਾਡ ਰੋਕੇ ਸੀ ਉਹਨੇ ਭਾਜੀ ਮੜ ਕੇ ਆਪਣੇ ਫੋਨ ਦੇ ਵਿੱਚ ਫੋਟੋ ਲਈ ਉਹਨੇ ਫਿਰ ਉਹਨੂੰ ਪੁਲਿਸ ਨਾਲ ਕਿਹਾ ਵੀ ਇਹਨਾਂ ਨੂੰ ਛਡਾ ਦਿਓ ਫਿਰ ਵਿੱਚ ਜਾ ਕੇ ਸਾਨੂੰ ਪੂਰੇ ਪਲੇਨ ਭਰਿਆ ਸੀ ਅਸੀਂ ਸਿਰਫ ਅੰਡਰਵੇਅਰ ਸਾਡੀਆਂ ਦਾੜੀਆਂ ਵਧੀਆਂ ਵਧੀਆਂ ਮੁੱਛਾਂ ਵਧੀਆਂ ਬਾਲ ਵਧਿਓ ਇਹ ਦਿੱਲੀ ਆ ਕੇ ਸਾਨੂੰ ਲਾਸਟ ਦੇ ਉੱਤੇ ਬਿਠਾ ਕੇ ਉਹਨੂੰ ਪਾਸਪੋਰਟ ਦੇਤੇ ਜਿੰਨਾ ਚਿਰ ਪਲੇਨ ਤੁਰਿਆ ਨਹੀਂ ਬੰਦ ਨਹੀਂ ਹੋਇਆ ਮੰਨ ਲਓ 99 ਦੇ ਨਹੀਂ ਗਿਆ ਪੁਲਿਸ ਪੁਲਿਸ ਵਾਲੇ ਉਹਨਾਂ ਚਿਰ ਖੜੇ ਰਹੇ ਫਿਰ ਸਹੀ ਤੁਰਿਆ ਐਦੀ ਭਾਜੀ ਦਿੱਲੀ 에ਰਪੋਰਟ ਦੇ ਉੱਤੇ ਵੀ ਅਸੀਂ ਵਿਦਾਉਟ ਕਿਸੇ ਕੱਪੜੇ ਤੋਂ ਤੋਂ ਐਦੀ ਐਂਟਰੀ ਕੀਤੀ ਕਿ ਉਸਨੂੰ ਲੈਣ ਵਾਸਤੇ ਤੁਹਾਡੇ ਪਰਿਵਾਰ ਪਹੁੰਚ ਚੁੱਕਾ ਸਣਾ ਨਹੀਂ ਨਹੀਂ ਭਾਜੀ ਕੋਈ ਨਹੀਂ ਗੱਸੀਆ ਨਹੀਂ ਸੀ ਪਰਿਵਾਰ ਨੂੰ ਸੀ ਉਦਾਂ ਪਰਿਵਾਰ ਨੂੰ ਪਤਾ ਸੀ ਆਹ ਆਦੇ ਨਾ ਆਏ ਅਸੀਂ ਕਿਹਾ ਸੀ ਅਸੀਂ ਆਪੇ ਆ ਜਾਂਗੇ ਹੂੰ ਬਸ ਇੱਦੀ ਫੇਰ ਇੱਕ ਰਿਸ਼ਤੇਦਾਰ ਸੀ ਕਿਸੇ ਦਾ ਉਹ ਭਾਜੀ ਆਇਆ ਸੀ ਮੋਰੇ ਸਾਨੂੰ ਲੈਣ ਹੂੰ ਉਹਨੇ ਲਈ ਆ ਕੇ ਆਪਣੇ ਘਰ ਰੱਖਿਆ ਉੱਥੇ ਸਾਨੂੰ ਉਹਨੇ ਆਪਣਾ ਕੁੜਤਾ ਪਜਾਮਾ ਦਿੱਤੇ ਮੰਮੀ ਡੈਡੀ ਦੇ ਉਹ ਪਾ ਕੇ ਪਾ ਕੇ ਤਾਂ ਭਾਜੀ ਅਸੀਂ ਉਹਨਾਂ ਨੂੰ ਸਾਨੂੰ ਤੋਰਨ ਲੱਗਿਆ 100 150 500 ਰੁਪਏ ਸਕੇ ਨਹੀਂ ਵੀ ਦਿੱਤਾ ਵੀ ਚਲੋ ਪੁੱਤ ਤੁਸੀਂ ਇੰਨੇ ਤਕਲੀਫ ਵਿੱਚੋਂ ਆਏ ਹੋ ਉਹਨਾਂ ਦੀ ਉਹਨਾਂ ਦੀ ਜਿਹੜੀ ਮਦਰ ਸੀ ਉਹਨ ਸਾਨੂੰ ਅਸ਼ੀਸ਼ਾਂ ਵੀ ਦਿੱਤੀਆਂ ਬਹੁਤ ਯਾਰਾਂ ਅਸੀਂ ਗਿਆ ਵੀ ਅਸੀਂ ਉਹ ਮੁੰਡਾ ਇੱਕ ਉੱਥੇ ਰੋ ਗਿਆ ਜਿਹਨਾਂ ਰਿਸ਼ਤੇਦਾਰ ਸੀ ਅਸੀਂ ਦੋ ਜਣੇ ਆ ਗਏ ਦੋ ਜਣੇ ਵਿੱਚੋਂ ਭਾਜੀ ਦਿੱਲੀੋਂ ਜਦੋਂ ਚੜ੍ਹੇ ਆ ਉਹ ਦਿੱਲੀ ਬੱਸ ਡਰਾਈਵਰ ਜਿਹੇ ਚ ਬੱਸ 'ਚ ਬੈਠੇ ਆ ਉਹਨੇ ਸਾਨੂੰ ਸਾਡੇ ਹਾਲਾਤ ਦੇਖ ਕੇ ਉਹਨੇ ਸਾਨੂੰ ਇਦਾਂ ਕਿ ਭਾਜੀ ਕਿਸੇ ਮੁਸੀਬਤ 'ਚੋਂ ਆਏ ਆ ਕਿ ਹਾਂਜੀ ਇਦਾਂ ਅਸੀਂ ਸਟੋਰੀ ਸੁਣਾਈ ਉਹਨੇ ਵਿਚਾਰੇ ਨੇ ਦਿੱਲੀ ਤੋਂ ਚੰਡੀਗੜ੍ਹ ਤੱਕ ਸਾਡੇ ਕੋਈ ਕਰਾਇਆ ਨਹੀਂ ਨਾ ਚੰਡੀਗੜ੍ਹ ਆ ਕੇ ਭਾਜੀ ਉਹੀ ਬੱਸ ਵਾਲੇ ਨੇ ਸਾਨੂੰ ਚੰਡੀਗੜ੍ਹ ਤੋਂ ਫਗਵਾੜੇ ਦੀ ਜਿਹੜੀ ਬੱਸ ਸੀਗੀ ਜੇ ਚੜਾਇਆ ਉਹਨੇ ਸਟੋਰੀ ਦੱਸਤੀ ਸੀ ਉਹ ਬੰਦੇ ਨੇ ਵੀ ਸਾਨੂੰ ਰੋਟੀ ਪਾਣੀ ਵੀ ਖਿਲਾਇਆ ਉਹ ਸਾਨੂੰ ਇੱਥੇ ਤੱਕ ਲੈ ਗਿਆ ਜਦ ਘਰਦਿਆਂ ਗਵਾੜੀ ਲੈਣਾ ਜਦ ਮਿਲੇ ਆ ਭਾਜੀ ਫੇ ਘਰ ਦੇ ਤਾਂ ਤੁਹਾਨੂੰ ਪਤਾ ਹੀ ਆ ਉਸ ਵੇਲੇ ਕੀ ਹਾਲ ਹੁੰਦਾ ਨਾ ਬਹੁਤ ਜ਼ਿਆਦਾ ਮਤਲਬ ਜਾਨੀ ਉਹਨਾਂ ਦੇ ਉਹਨਾਂ ਨੇ ਬਹੁਤ ਜ਼ਿਆਦਾ ਭਾਵੇ ਖੋ ਚੁੱਕੇ ਸੀਗੇ ਕੀ ਅਸੀਂ ਸਾਡਾ ਵੀ ਸੀ ਭਾਜੀ ਨਿਕਲਦਾ ਵੀ ਅਸੀਂ ਐਨੀ ਮੁਸੀਬਤ ਵਿੱਚ ਐ ਤਾਂ ਸਭ ਤੋਂ ਪਹਿਲਾਂ ਸ਼ੁਕਰਾਨਾ ਤਾਂ ਮਹਾਰਾਜ ਦਾ ਹੀ ਕਰਦੇ ਸੀ ਫਿਰ ਸਾਡੇ ਜਿਹੜੀਆਂ ਸਾਡੇ ਮੇਰੇ ਦਾਦਾ ਜੀ ਦਾਦੀ ਦੀ ਉਹਨਾਂ ਬਹੁਤ ਪਿਆਰ ਸੀ ਮੇਨਾ ਉਹਨਾਂ ਦੀਆਂ ਅਸੀਸਾਂ ਘਰਦਿਆਂ ਦੀਆਂ ਅਸੀਸਾਂ ਜੋ ਵੀ ਉਹਨੇ ਅਰਦਾਸਾਂ ਕਰਾਈਆਂ ਸੀ ਉਹ ਸਾਡੇ ਕੰਮ ਆ ਗਈਆਂ ਭਾਜੀ ਆਪਾਂ ਹੁਣ ਵੀ ਸ਼ੁਕਰਗੁਜ਼ਾਰ ਹਰ ਵੇਲੇ ਉਸ ਮਾਲਕ ਦਾ ਕਿ ਪ੍ਰਮਾਤਮਾ ਨੇ ਸਾਨੂੰ ਆਹ ਦਿਨ ਬੈਠੇ ਆ ਆਪਣੇ ਪਰਿਵਾਰਾਂ ਦੇ ਵਿੱਚ ਹੁਣ ਫੈਮਲੀਆ ਨਾਲ ਬੱਚੇ ਆ ਠੀਕ ਆ ਤੇ ਵੀ ਆਹ ਚੀਜ਼ ਅਸੀਂ ਆਪਣੇ ਦਿਨ ਦਾ ਬਹੁਤ ਸ਼ੁਕਰਗੁਜ਼ਾਰ ਆ ਮਾਲਕ ਦਾ ਜਦੋਂ ਤੁਸੀਂ ਉੱਥੇ ਚੰਡੀਗੜ੍ਹ ਤੋਂ ਫਗਵਾੜੇ ਪਹੁੰਚਦੇ ਆ ਫਗਵਾੜੇ ਵਿੱਚ ਆ ਕੇ ਤੁਹਾਡੇ ਘਰ ਦੇ ਅੱਗੇ ਖੜੇ ਹੁੰਦੇ ਆ ਉਹ ਕਿਵੇਂ ਦਾ ਤੁਹਾਨੂੰ ਮਹਿਸੂਸ ਹੁੰਦਾ ਘਰ ਦੇ ਉਹ ਦੇਖ ਕੇ ਉਹ ਹੌਸਲਾ ਹੁੰਦਾ ਵੀ ਜਾਂ ਫਿਰ ਘਰ ਦੇ ਭਾਵ ਖੋਏ ਦੇ ਤੁਸੀਂ ਬਹੁਤ ਜ਼ਿਆਦਾ ਹੌਸਲਾ ਹੋਇਆ ਭਾਜੀ ਬਹੁਤ ਜ਼ਿਆਦਾ ਉਹ ਜਿਹੜੇ ਮੇਰੇ ਫਾਦਰ ਸਾਹਿਬ ਸੀ ਨਾ ਉਹ ਥੋੜੇ ਜਿਹਾ ਨਾਰਾਜ਼ ਹੋਏ ਮੇਰੇ ਨਾਲ ਉਹ ਕਹਿੰਦੇ ਬੀਬੀ ਅਸੀਂ ਤਾਂ ਅਸੀਂ ਸੋਚਿਆ ਨਹੀਂ ਸੀ ਵੀ ਇਦਾਂ ਸਟੈਪ ਤੂੰ ਚੱਕ ਲਊਗਾ ਕਿਉਂਕਿ ਉਹਨਾਂ ਨਾਲ ਗੱਲ ਘੱਟ ਹੋਈ ਸੀ ਮੇਰੀ ਮੈਨੂੰ ਤਾਂ ਦਾਦਾ ਜੀ ਨੇ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਪੁੱਤ ਤੂੰ ਟਾਈ ਕਰ ਵੀ ਜੇ ਆਪਾਂ ਸਹੀ ਸੈੱਟ ਹੋ ਜੇ ਉਹ ਵੀ ਤਾਂ ਫੈਮਿਲੀ ਚ ਹੁੰਦਾ ਹੈ ਭਾਜੀ ਵੀ ਪਰਿਵਾਰ ਚ ਨਾ ਵੀ ਮੇਰੇ ਬੇਟੇ ਦਾ ਬੇਟਾ ਸੈੱਟ ਹੋ ਜੇ ਵੀ ਬਿਲਕੁਲ ਬਿਲਕੁਲ ਵੀ ਚਲੋ ਸਾਰੇ ਪਰਿਵਾਰ ਦਾ ਹੋ ਜੂਗਾ ਸੈਟਿੰਗ ਹੈ ਨਾ ਭਾਵਿਕ ਤਾਂ ਬਹੁ ਹੈ ਪਾਦਰ ਸਾਹਿਬ ਵੀ ਭਾਵੁਕ ਹੋਏ ਗਲੇ ਲਾ ਲਿਆ ਮੈਨੂੰ ਘਟਕੇ ਨਾਲ ਚਾਚਾ ਜੀ ਦਾ ਮੁੰਡਾ ਆਇਆ ਸੀ ਉਹਨੇ ਵੀ ਮੈਨੂੰ ਇਹ ਪੂਰਾ ਘਟਕੇ ਗਲੇ ਲਾ ਲਿਆ ਨਾਲ ਤੇ ਉਹ ਮੁੰ ਉਨੀ ਆਧੂ ਪਰ ਸਾਈਡ ਜਾਣਾ ਸੀ ਉਧਰ ਚਲ ਗਿਆ ਮੈਂ ਆਪਣੇ ਘਰ ਨੂੰ ਚਲ ਗਿਆ ਹਾਂ ਜੀ ਭਾਈ ਘਰ ਆ ਕੇ ਵੀ ਸਾਰੇ ਨੂੰ ਇਹ ਹੋਣਾ ਵੀ ਹਾਂ ਵੀ ਸੁੱਖ ਇੰਨੀ ਵੱਡੀ ਮੁਸੀਬਤ ਚੋਂ ਨਿਕਲ ਕੇ ਸੀ ਬਾਹਰ ਆ ਬਹੁਤ ਭਾਜੀ ਆਲੇ ਦੁਆਲੇ ਸਾਰੇ ਇਕੱਠੇ ਹੋ ਗਏ ਸੀ ਆਂਡ ਗਵਾਂਡ ਵੀ ਸਾਰੇ ਇਕੱਠਾ ਹੋ ਗਿਆ ਸੀਗਾ ਸਾਰੇ ਮਿਲੇ ਆ ਕਿ ਸਾਰੇ ਫਿਰ ਸਟੋਰੀ ਸੁਣਦੇ ਰਹੇ ਸਾਰੇ ਅੱਖਾਂ ਛਾਂਜੂ ਲੈ ਕੇ ਬਾਹਰ ਨਿਕਲੇ ਜਿੰਨੇ ਵੀ ਨਿਕਲੇ ਵੀ ਮਤਲਬ ਇਹ ਚੀਜ਼ ਜਾਨੀ ਤੁਸੀਂ ਇੰਨੀ ਮੁਸੀਬਤ ਚੱਲੀ ਆ ਵੀ ਠੀਕ ਆ ਇਹ ਚਲੋ ਹੁਣ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਤੁਸੀਂ ਘਰ ਆ ਗਏ ਹਾਂ ਵੀ ਜੇ ਤੁਸੀਂ ਉਦੋਂ ਇਹ ਗੱਲ ਸੋਚ ਕੇ ਗਏ ਸੀ ਕਿ ਵੱਧ ਪੈਸੇ ਕਮਾਉਣ ਵਾਸਤੇ ਵਿਦੇਸ਼ ਚ ਗਏ ਸੀ ਤੁਸੀਂ ਵਾਪਸ ਆ ਚੁੱਕੇ ਸੀ ਹੁਣ ਤੁਹਾਡੇ ਮਨ ਚ ਪਛਤਾਵਾ ਸੀਗਾ ਕਿ ਬਈ ਨੂੰ ਉੱਥੇ ਹੀ ਰਹਿ ਕੇ ਕੰਮ ਕਰਨਾ ਚਾਹੀਦਾ ਸੀ ਮੇਰੇ ਇੱਥੇ ਆ ਕੇ ਮੇਰੇ ਕੋਲ ਪਾਜੀ ਪਛਤਾਵਾ ਇਹੀ ਚੀਜ਼ ਦਾ ਸੀ ਕਿ ਜਦੋਂ ਵੀ ਕਦੇ ਬਾਹਰ ਜਾਣਾ ਨਾ ਪਾਜੀ ਕਿਸੇ ਨੂੰ ਵੀ ਹੁਣ ਗਾਹਾਂ ਵੀ ਅੱਗੇ ਵੀ ਜਾਂ ਕਿਸੇ ਨੇ ਵੀ ਨਾ ਪਛਤਾਵਾ ਆਇਆ ਸੀ ਕਿ ਲੱਖ ਰੁਪਇਆ ਬਾਧੂ ਲਾ ਲਓ ਹਮ ਪਰ ਡਾਂਕ 2 ਨੰਬਰ ਚ ਜਾਂ ਡਾਂਕੀ ਲਾ ਕੇ ਕਦੇ ਕਿਸੇ ਕੰਟੀਨਿਊ ਕਰਾਸ ਨਾ ਕਰੋ ਉਸ ਤੋਂ ਬੈਟਰੇ ਇੱਥੋਂ ਪੈਸੇ ਡਾਇਰੈਕਟ ਫਲੈਟ ਹੋਵੇ ਲੀਗਲ ਕੰਮ ਹੋਵੇ ਅਸੀਂ ਹਾਲ ਲੀਗਲ ਦੇ ਵਿੱਚ ਤਾਂ ਭਾਜੀ ਸ਼ੋਰਟ ਮਾਰਦੇ ਮਾਰਦੇ ਅਸੀਂ ਦੇਖ ਹੀ ਲਿਆ ਸੀ ਜ਼ਿੰਦਗੀ ਦਾ ਕੀ ਹੈ ਅਸੀਂ ਨੈਕਸਟ ਟਾਈਮ ਮੈਂ ਹੁਣ ਵੀ ਭਾਜੀ ਸੋਚਦਾ ਆ ਹੁਣ ਵੀ ਜਿਹੜੇ ਮੁੰਡੇ ਮਿਲਦੇ ਆ ਜੰਗ ਆ ਜਾਂ ਜਿਹੜੇ ਜਾਨ ਨੂੰ ਕਰੇਜ ਰੱਖਦੇ ਆ ਆਪਾਂ ਉਹਨਾਂ ਨੂੰ ਇਹੀ ਕਹਿੰਨੇ ਆ ਭਰਾ ਮੇਰਿਆ ਸਬਰ ਰੱਖ ਲਈ ਦੂਜੇ ਨਿਬ ਉੱਪਰ ਤੇ ਵਧੀਆ ਇੱਕ ਏਜੰਟ ਦੇਖ ਲਈ ਜਿਹੜਾ ਆਪਾਂ ਨੂੰ ਡਾਇਰੈਕਟ ਫਲਾਈਟ ਕਰਾ ਕੇ ਦੇਵੇ ਉੱਚੇ ਫਾਇਦਾ ਆ ਕਿਉਂਕਿ ਜੇ ਤੁਸੀਂ ਗਏ ਆ ਬਾਹਰ ਤੁਸੀਂ ਹੋਰ ਵੀ ਲੋਕ ਆਪਣੇ ਕੰਪਨੀ ਦੇ ਵਿੱਚ ਵਿਚਰੇ ਜਾਂ ਉੱਥੇ ਵੀ ਲੋਕਾਂ ਨੂੰ ਦੇਖਿਆ ਜੇ ਜੇਲ੍ਹ 'ਚ ਵੀ ਪੰਜਾਬੀ ਨੂੰ ਮਿਲੇ ਸਾਡੇ ਪੰਜਾਬੀ ਲੋਕ ਕਿੱਥੇ ਗਲਤੀ ਕਰ ਲੈਂਦੇ ਨੇ ਨੌਜਵਾਨ ਜਿਹੜੇ ਵੀ ਵਿਦੇਸ਼ ਜਾ ਕੇ ਜਿਹੜਾ ਵੱਧ ਪੈਸੇ ਕਮਣ ਦੇ ਚੱਕਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਪਾਜੀ ਸਾਨੂੰ ਇਹ ਇੱਥੇ ਜਿਹੜੀਆਂ ਚੀਜ਼ਾਂ ਪੰਜਾਬ ਦੇ ਵਿੱਚ ਦੇਖਦੇ ਹੁੰਦੇ ਹੁਣੇ ਨਾ ਅਸੀਂ ਵੀ ਉਹ ਫਲਾਣਾ ਬੰਦਾ ਬਾਹਰੋਂ ਆਇਆ ਉਹਦੇ ਕੋਲ ਐਨੇ ਪੈਸੇ ਉਹ ਖੁੱਲਾ ਖਰਚਾ ਕਰਦਾ ਆ ਉਹ ਐਸ਼ ਕਰਦਾ ਉਹ ਕੀ ਜਾਂ ਭਾਜੀ ਉੱਥੇ ਜਾ ਕੇ ਬਹੁਤ ਮੈਟਰ ਕਰਦੀਆਂ ਜਦੋਂ ਅਸੀਂ ਜਿਵੇਂ ਮਾੜੀ ਕੰਟਰੀ ਵਿੱਚ ਆ ਨਾ ਇਹ ਸਾਰੀ ਤਨਖਾਹ ਥੋੜੀ ਆ ਅਸੀਂ ਲੰਬਾ ਸੋਚਦੇ ਆ ਕਿ ਯਾਰ ਕਦੋਂ ਜਾ ਕੇ ਪੂਰਾ ਹੋ ਕੇ ਪੈਸੇ ਯਾਰ ਕਦੋਂ ਸਾਡੀਆਂ ਖੁਆਇਸ਼ਾਂ ਪੂਰੀਆਂ ਹੋ ਗਈਆਂ ਉਹ ਖੁਆਇਸ਼ਾਂ ਨੂੰ ਲੈ ਕੇ ਭਾਜੀ ਅਸੀਂ ਸ਼ਾਰਟ ਮਾਰਦੇ ਆ ਉਹ ਸਾਨੂੰ ਸ਼ਾਰਟ ਨਹੀਂ ਮਾਰਨਾ ਚਾਹੀਦਾ ਇੱਥੇ ਕੀ ਖੁਆਇਸ਼ਾਂ ਨੂੰ ਥੋੜੇ ਦੇ ਲਈ ਥੋੜੇ ਚਿਰ ਲਈ ਆਪਾਂ ਨੂੰ ਨਾ ਉਹਨੂੰ ਹੋਲਡ ਰੱਖ ਲਓ ਕਿ ਕੋਈ ਗੱਲ ਨਹੀਂ ਪਰਮਾਤਮਾ ਦਿਨ ਚੰਗੇ ਲਿਆਊਗਾ ਉਹ ਚੰਗੇ ਦਿਨ ਦੀ ਵੇਟ ਕਰਨੀ ਚਾਹੀਦੀ ਸਾਨੂੰ ਸਾਡੇ ਕੋ ਵੀ ਨਹੀਂ ਹੋਈ ਸੀਗੀ ਅਸੀਂ ਵੀ ਗਲਤ ਸੀ ਅਸੀਂ ਵੀ ਉਸ ਗਲਤੀ ਦਾ ਹੁਣ ਅੱਜ ਤੱਕ ਹੁਣ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰਨਾ ਚਲੋ ਪ੍ਰਮਾਤਮਾ ਲਾਈਫ ਦਿੱਤੀ ਆ ਹੁਣ ਰੋਜੀ ਰੋਟੀ ਆਪਣੀ ਕਮਾਉਨੇ ਆ ਠੀਕ ਆ ਮੜ ਮੋ ਟੱਕਾਂ ਮ ਜੋ ਵੀ ਹੈਗਾ ਹੁਣ ਕਰਦੇ ਪਏ ਆ ਨਾਲ ਨਾਲ ਕਿੰਨਾ ਤੁਸੀਂ ਕੀ ਸੋਚਦੇ ਆ ਜਿਹੜੀ ਜਿਹੜੀ ਪੰਜਾਬ ਦੇ ਨੌਜਵਾਨ ਆ ਕਿਉਂ ਬਾਹਰ ਵੱਲ ਭੱਜਦੇ ਆ ਪੰਜਾਬ 'ਚ ਨੌਕ ਰੋਜ਼ਗਾਰ ਤਾਂ ਹੈ ਨਹੀਂ ਪਰ ਫਿਰ ਵੀ ਜੇ ਰੋਜ਼ਗਾਰ ਲੋਕੀ ਇੱਧਰ ਮਿਹਨਤ ਕਰੇ ਨੌਜਵਾਨ ਤੇ ਹੈ ਕੋਈ ਕਿਉਂਕਿ ਤੁਸੀਂ ਬਾਹਰ ਵੀ ਬਾਹਲੀ ਜ਼ਿੰਦਗੀ 'ਚ ਵੀ ਬਾਹਰੋਂ ਕਮਾਈ ਕਰਕੇ ਇੱਥੇ ਵੀ ਆਏ ਬਾਅਦ ਇੱਥੇ ਆਪਣਾ ਕੰਮ ਕਰ ਰਹੇ ਆ ਤੇ ਕਿੰਨਾ ਕੁ ਦੋਨਾਂ 'ਚ ਫਰਕ ਹੈ ਦੋਨਾਂ ਚੀਜ਼ਾਂ 'ਚ ਫਰਕ ਭਾਜੀ ਇਹ ਹੈ ਇੱਥੇ ਹਾਰਡਵਰਕ ਬਹੁਤ ਆ ਪੈਸੇ ਉਹਨੇ ਹੈ ਨਹੀਂ ਬਾਹਰ ਸਾਡੇ ਇਹ ਆ ਜੇ ਤੁਸੀਂ 50000 ਕਮਾਉਨੇ ਆ ਤਾਂ 25000 ਤੁਸੀਂ ਸੇਵਿੰਗ ਕਰ ਸਕਦੇ ਆ ਘਰ ਦਾ ਖਰਚਾ ਕੱਢ ਕੇ ਜਾਂ ਆਪਣਾ ਖਰਚਾ ਕੱਢ ਕੇ ਉਸ ਬੇਸ ਦੇ ਉੱਤੇ ਬੰਦਾ ਨੱਟਦਾ ਭਾਜੀ ਇੱਥੇ ਹੁਣ ਉਸ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਉਦੋਂ ਮਹਿੰਗਾਈ ਥੋੜੀ ਘਟ ਸੀ ਉਹ ਫੇਰ ਵੀ 10 10 12000 ਖਰਚਾ ਕਰ ਦਿੰਦਾ ਆਮ ਹੁੰਦਾ ਹੈ ਫੈਮਲੀਆਂ ਦੇ ਵਿੱਚ ਨਾ ਜੇ ਕੋ ਜੁਆਇੰਟ ਫੈਮਲੀਆਂ ਸੀਗੀਆਂ ਖਰਚਾ ਹੋ ਜਾਂਦਾ ਸੀ ਅਸੀਂ ਉਸੇ ਚੀਜ਼ ਨੂੰ ਸੋਚ ਕੇ ਭਾਜੀ ਬੰਦਾ ਨਿਕਲਦਾ ਇਹੀ ਫਰਕ ਆ ਭਾਜੀ ਹੁਣ ਦੀ ਜਿਹੜੀ ਲਾਈਫ ਹੈ ਇੱਥੇ ਹਾਰਡ ਵਰਕ ਬਹੁਤ ਆ ਪੈਸੇ ਬਹੁਤ ਘਟਿਆ ਹੁਣ ਦੇਨ ਦਾਤ ਮੈਂ ਟੈਕਸੀ ਦਾ ਕੰਮ ਕਰਦਾ ਆਪਣੀ ਟੈਕਸੀ ਪਾਈਓ ਭਾਜੀ ਪਰ ਉਹ ਜਿਹ ਇੱਥੇ ਉਹ ਜਿਹ ਬੈਨੀਫਿਟ ਨਹੀਂ ਹੋ ਰਿਹਾ ਜਿਹੜਾ ਆਪਾਂ ਨੂੰ ਚਾਹੀਦਾ ਜੇ ਜਦੋਂ ਨਾਲੇ ਜਦੋਂ ਤੁਸੀਂ ਬੰਦਾ ਬਾਹਰੋਂ ਆ ਜਾਂਦਾ ਇੱਕ ਵਾਰੀ ਤੁਸੀਂ ਆਏ ਇੱਥ ਘਰ ਆ ਕੇ ਤੁਹਾਡੇ ਮਨ ਚ ਕੀ ਖਿਆਲ ਆ ਕਿ ਹੁਣ ਅਗਲਾ ਕਦਮ ਕੀ ਹੈ ਜੋ ਤੁਸੀਂ ਘਰ ਆ ਜੰਨੇ ਆ ਤੁਹਾਡਾ ਬਾਹਰੋਂ ਵੀ ਤੁਹਾਡਾ ਯਕੀਨ ਟੁੱਟ ਜਾਂਦਾ ਵੀ ਨਹੀਂ ਹੁ ਬਾਹਰ ਤਾਂ ਡੋਂਕੀ ਲਾ ਕੇ ਗਏ ਇਨਾ ਜਨਾ ਨੁਕਸਾਨ ਹੋ ਗਿਆ ਮੇਰੀ ਜ਼ਿੰਦਗੀ ਬਾਲ ਬਾਲ ਬਚਿਆ ਮੈਂ ਫਿਰ ਤੁਸੀਂ ਅਗਲਾ ਸਟੈਪ ਕੀ ਸੋਚਿਆ ਘਰ ਆ ਕੇ ਫੇਰ ਬਾਅਦ ਵਿੱਚ ਘਰ ਆ ਕੇ ਪਾਜੀ ਫਿਰ ਮੈਂ 7 ਮਹੀਨੇ ਜਦੋਂ ਨਾ ਮੈਂ ਘਰ ਆ ਕੇ ਬਹੁਤ ਪਰੇਸ਼ਾਨ ਰਹਿੰਦਾ ਸੀ ਮੈਂ ਕਿਉਂਕਿ ਮੇਨਾਂ ਇਹ ਹਾਲਾਤ ਹੋ ਗਏ ਭਾਈ ਜੇ ਇੱਚ ਪੈਸੇ ਵੀ ਮੁੱਕ ਗਏ ਕਿੱਥੋਂ ਮੰਗਣੇ ਆ ਮਾਂ ਬਾਪ ਤੋਂ ਮੰਗ ਨਹੀਂ ਸਕਦੇ ਉਹਨਾਂ ਨੇ ਹੀ ਪਹਿਲਾਂ ਖਰਾਬ ਕਰ ਜੋ ਕੀ ਹੈ ਜਿਹੜੇ ਸੀਗੇ ਉੱਥੇ ਲਾ ਜਾਂਦੇ ਫਿਰ ਟੁੱਟ ਰੁੱਕਾ ਸੀ ਪ ਵੀ ਹਾਂ ਜਿਹੜੀ ਕਿਦਾਂ ਕਰੀ ਆ ਆਪਾਂ ਉਹ ਫਿਰ ਅਸੀਂ ਪਾਈਓ ਸੀ 207 ਗੱਡੀ ਭਾਰਾਂ ਦੀ ਜਿਹੜੀ ਕਹਿੰਦੇ ਤੂੰ ਚੱਲ ਕੋਈ ਗੱਲ ਨਹੀਂ ਤੂੰ ਜਿੰਨਾ ਚਿਰ ਹਣ ਹੈਗਾ ਇੱਥੇ ਉਹ ਚਲਾਈ ਆ ਵੀ ਆਪਾਂ ਟਰਾਈ ਕਰਦੇ ਆ ਪਾਜੀ ਫਿਰ ਮੈਂ ਉਹਨਾਂ ਨੂੰ ਇਹੀ ਗੱਲ ਕਿਹਾ ਵੀ ਆਪਾਂ ਕੋਈ ਓਦਾਂ ਦੀ ਕੰਟਰੀ 'ਚ ਨਿਕਲ ਜਾਈਏ ਬਿਲਕੁਲ ਜਾਈਏ ਇੱਕ ਨੰਬਰ 'ਚ ਜਿੱਥੇ ਜੜੀ ਸਾਡੀ ਸੈਟਿੰਗ ਹੋ ਜਵੇ ਬਿਲਕੁਲ ਤੇ ਫਾਦਰ ਸਾਹਿਬ ਨੇ ਫਿਰ ਕਿਸੇ ਨਾਲ ਗੱਲਬਾਤ ਕੀਤੀ ਉਹ ਫਿਰ ਮੈਂ ਪਾਜੀ ਦੁਬਈ ਗਿਆ ਮੈਂ ਫਿਰ 2000 ਹਾਂਜੀ 2008 ਦੇ ਵਿੱਚ 8 ਦੇ ਵਿੱਚ 8 ਦੇ ਵਿੱਚ ਦੁਬਈ ਗਿਆ ਮੈਂ 6-7 ਮਹੀਨੇ ਇੱਥੇ ਰੁਕਿਆ ਬਸ ਉਸ ਵੇਲੇ ਜਾ ਕੇ ਫਿਰ ਮੇ ਤੇ ਫੇਰ ਭਾਜੀ ਮੈਂ 11-12 ਸਾਲ ਉੱਥੇ ਲਾਇਆ ਵਧੀਆ ਕੰਮ ਸੀ ਵਧੀਆ ਤਨਖਾਹ ਸੀ ਸਾਰਾ ਕੁਝ ਵਧੀਆ ਸੀ ਹਮਤ ਨਹੀਂ ਹਾਰੀ ਬਾਅਦ ਵਿੱਚ ਇੱਥੇ ਆ ਕੇ ਫੇਰ ਦੁਬਾਰਾ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਪਰਮਾਤਮਾ ਨੇ ਸਭ ਕੁਝ ਦਿੱਤਾ ਵੀ ਉਸ ਜ਼ਿੰਦਗੀ ਦੇ ਵਿੱਚ ਭਾਜੀ ਬਹੁਤ ਮਿਹਨਤ ਹਾਰਡ ਵਰਕ ਵੀ ਬਹੁਤ ਕੀਤਾ ਬਹੁਤ ਮਿਹਨਤ ਕੀਤੀ ਸਾਰਿਆਂ ਤੋਂ ਪਰ ਉਸ ਵੇਲੇ ਪੈਸੇ ਵੀ ਆ ਨਹੀਂ ਸੀ ਮੰਗ ਮੰਗ ਕੇ ਇੱਦਾਂ ਦੇ ਰਿਸ਼ਤੇਦਾਰਾਂ ਦੇ ਉੱਤੋਂ ਉਹਦੇ ਕੋਲੋਂ ਕੋਲੋਂ ਫੜ ਫੜ ਕੇ ਹੀ ਪੈਸੇ ਗਏ ਬਾਹਰ ਉਹਨਾਂ ਦੇ ਵੀ ਸ਼ੁਕਰਗੁਜ਼ਾਰ ਆ ਉਹਨਾਂ ਦੇ ਥਰੂ ਆਪਾਂ ਹੁਣ ਇਸ ਵੇਲੇ ਇਸ ਲੈਵਲ ਤੇ ਬੈਠੇ ਆ ਮਾੜਾ ਮੋਟਾ ਆਪਣਾ ਰੋਜੀ ਰੋਟੀ ਕਮਾਉਣੇ ਪਏ ਹਨ ਤੇ ਔਖਾ ਤਾਂ ਹੋਈ ਜਾਂਦਾ ਭਾਜੀ ਉਹ ਪਛਤਾਵਾ ਵੀ ਮਨ ਦੇ ਵਿੱਚ ਦਿਲ ਤਾਂ ਨਹੀਂ ਕਰਦਾ ਹੀ ਜਾਣ ਨੂੰ ਪਰ ਉਸ ਵੇਲੇ ਫੇ ਸੋਚਦੇ ਸੀ ਗਾਹਾਂ ਵਿਆਹ ਸ਼ਾਦੀ ਵੀ ਕਰਾਉਣਾ ਆ ਠੀਕ ਆ ਕਰਦੇ ਆ ਲਾਈਫ ਇਥੇ ਉੱਥੇ ਦੀ ਉੱਥੇ ਦੀ ਖੜੀ ਹੈ ਨਾ ਇਹ ਤਾਂ ਸੈੱਟ ਹੋ ਜੂਵੇ ਜਾ ਕੇ ਕਿਸੇ ਪਾਸੇ ਨਾ ਫਿਰ ਉਸ ਵੇਲੇ ਮੈਂ ਹੁਣ ਲਾ ਕੇ ਹੁਣ ਭਾਜੀ ਮੈਨੂੰ ਡੇਢ ਦੋ ਸਾਲ ਹੋ ਗਏ ਉੱਥੇ ਤਨਖਾਹ ਥੋੜੀ ਸਾਡੀਆਂ ਵਾਧੂ ਹੋ ਗਈਆਂ ਸੀਗੀਆਂ ਤੇ ਕੰਪਨੀ ਨੂੰ ਘੱਟ ਤਨਖਾਹ ਤੇ ਬੰਦੇ ਮਿਲ ਗਏ ਜਿੱਦਾਂ ਅਸੀਂ 3-4 ਹਜ਼ਾਰ ਚੱਕਦੇ ਸੀ ਉੱਥੇ ਇਹਨਾਂ ਨੂੰ 15-1500 ਨੂੰ ਇੰਟਰਵਿਊ ਕਰਕੇ ਪੰਜਾਬੀ ਮੁੰਡੇ ਹੋਰ ਮਿਲ ਗਏ ਉਹਨਾਂ ਨੇ ਸਾਨੂੰ ਕਿਹਾ ਜੇ 1600 ਤੇ ਕੰਮ ਕਰਨਾ ਡਬਈ ਦੀ ਗੱਲ ਆ ਵੀ ਤੁਸੀਂ ਕੰਮ ਕਰਨਾ ਤੇ ਰੁਕ ਲੋ ਮੈਨੂੰ ਆਈਡੀ ਆ ਗਿਆ ਸੀ ਹੁਣ ਇੱਥੇ ਆਪਣੇ ਤੇ ਹੁਣ ਸਾਰ ਕੁਝ ਵਧੀਆ ਸੈਟ ਆ ਖੁਸ਼ ਆ ਤੁਸੀਂ ਖੁਸ਼ ਆ ਭਾਜੀ ਪਰਮਾਤਮਾ ਨੇ ਬੱਚੇ ਆ ਕੋਲ ਦੋ ਬੱਚੇ ਆ ਮਾਂ ਪਾਪ ਮੰਮੀ ਆ ਤੇ ਡੈਡੀ ਦੀ ਡੈਥ ਹੋ ਚੁੱਕੀ ਆ ਤੇ ਖੁਸ਼ ਆ ਭਾਜੀ ਵਧੀਆ ਪਰਮਾਤਮਾ ਰੋਜੀ ਰੋਟੀ ਦੇਈ ਜਾਂਦਾ ਹੁਣ ਵਾਲਾ ਯਾਨੀ ਉਹ ਜੀ ਉਹ ਨਹੀਂ ਹੈਗੀ ਆ ਕੀ ਵੀ ਬਸ ਸਾਰਾ ਕੁਝ ਇੱਕਦਮ ਇੱਕਦਮ ਹੋ ਜAVE ਜਾਂ ਇਦਾਂ ਨਹੀਂ ਹੋਵੇ ਤਾਂ ਵਧੀਆ ਗੁਜ਼ਾਰਾ ਚੱਲੀ ਜਾਂਦਾ ਭਾਜੀ ਮੈਂ ਤੇ ਕਰੀ ਤੁਸੀਂ ਆਕਰ ਦੇ ਵਿੱਚ ਨੌਜ ਪੰਜਾਬ ਦੀ ਨੌਜਵਾਨ ਨੂੰ ਕੀ ਸੰਕੇਤ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਮੈਂ ਭਾਜੀ ਪੰਜਾਬ ਦੇ ਨੌਜਵਾਨ ਜਿਹੜੇ ਮੁੰਡੇ ਆ ਜਾਂ ਕੁੜੀਆਂ ਵੀ ਆ ਨਾ ਸਾਰੇ ਆਪਣੇ ਬੇਣ ਭੈਣ ਭਰਾ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਹੀ ਰਿਕਵੈਸਟ ਕਰਦਾ ਕਿ ਤੁਸੀਂ ਕਿਸੇ ਵੀ ਕੰਟਰੀ ਵਿੱਚ ਜਾਣਾ ਆ ਤੁਹਾਡਾ ਡ੍ਰੀਮ ਆ ਕੋਈ ਵੀ ਕੰਟਰੀ ਜਾਂ ਤੁਸੀਂ ਜਾਣੇ ਆ ਇੱਕ ਨੰਬਰ 'ਚ ਜਾਓ ਭਾਜੀ ਦੋ ਨੰਬਰ 'ਚ ਕਦੇ ਕੋ ਰਿਸਕ ਨਾ ਲਓ ਕਿਉਂਕਿ ਲੱਖ ਰੁਪਈਆ ਬਾਧੂ ਲੱਗ ਜਾਓ ਸਾਡੇ ਮਨ ਨੂੰ ਸਬਰ ਹੋਏ ਬਾਈ ਫਲਾਈਟ ਅਸੀਂ ਉੱਤਰਨਾ ਠੀਕ ਹੈ ਸਹੀ ਜਗ੍ਹਾ ਤੇ ਪਹੁੰਚ ਜਾਣਾ ਹੈ ਜਿਹੜਾ ਅਸੀਂ 2 ਨੰਬਰ ਦੇ ਰਿਸਕ ਲੈਣੇ ਆ ਉਹ ਕਦੇ ਨਾ ਲੋ ਤੁਹਾਨੂੰ ਸਾਰਾ ਕੁਝ ਮੈਂ ਆਪਣਾ ਦੱਸ ਚੁੱਕਾ ਆ ਤੁਸੀਂ ਇਹਦੇ ਇਸ ਇਸ ਬਾਰੇ ਸੋਚੋ ਵੀ ਬੈਠ ਕੇ ਤੇ ਇਸ ਤੇ ਉਤੇ ਅਮਲ ਵੀ ਕਰਿਓ ਕਿ ਮੈਂ ਆਪਣੀ ਜਿਹੜੀ ਰੀਅਲ ਸਟੋਰੀ ਸੀ ਮੈਂ ਤੁਹਾਨੂੰ ਸ਼ੇਅਰ ਕਰ ਚੁੱਕਾ ਆ ਕਿ 2 ਨੰਬਰ ਵਿੱਚ ਕਦੇ ਕਿਸੇ ਕੰਟਰੀ ਦੇ ਉੱਤੇ ਵਿజిਟ ਨਾ ਕਰੋ ਗੁਰਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਉਹ ਸਮਾਂ ਜਿਹੜਾ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਔਖਾ ਕਟਿਆ ਮੌਤ ਦੇ ਮੂੰਹ ਚੋਂ ਨਿਕਲ ਕੇ ਤੁਸੀਂ ਆਏ ਸਾਡੇ ਨਾਲੋਂ ਪਲ ਸਾਂਝੇ ਕੀਤੇ ਕਾਰਨ ਸਾਂਝੇ ਕੀਤੇ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਭਾਈ ਤੁਹਾਡਾ ਥੈਂਕ ਯੂ ਪਹਿਲਾਂ ਤੁਸੀਂ ਮੇਰੇ ਕੋਲ ਜਿੰਦਾਬਾਦ ਚੈਨਲ ਦਾ ਭਾਈ ਬਹੁਤ ਬਹੁਤ ਥੈਂਕ ਯੂ ਜਿਹੜੇ ਮੇਰੇ ਕੋਲ ਚੱਲ ਗਿਆ ਮੇਰੀ ਮੇਰੀ ਜੋ ਵੀ ਮੇਰੀ ਰੀਅਲ ਲਾਈਵ ਦੇ ਸਟੋਰੀ ਚ ਹੋਈ ਸੀ ਉਹ ਨੂੰ ਤੁਸੀਂ ਸ਼ੇਅਰ ਕੀਤਾ ਆ ਬਹੁਤ ਬਹੁਤ ਥੈਂਕ ਯੂ ਭਾਈ ਤੁਹਾਡਾ ਜੀ ਜੀ ਸੋ ਸੋ ਦਰਸ਼ਕੋ ਇਹ ਸੀ ਗੁਰਦੀਪ ਸਿੰਘ ਜਿਨ੍ਹਾਂ ਨੇ ਅੱਜ ਆਪਣੀ ਜ਼ਿੰਦਗੀ ਦੇ ਉਹ ਪਲ ਸਾਂ ਮੌਤ ਦੇ ਮੂੰਹ ਚੋਂ ਨਿਕਲ ਕੇ ਆਏ ਪੰਜ ਦਿਨ ਪੰਜ ਰਾਤਾਂ ਕੋਈ ਛੋਟੀਆਂ ਨਹੀਂ ਹੁੰਦੀਆਂ ਜਦੋਂ ਬੰਦਾ ਕੋਈ ਆਪਣੇ ਪੈਸੇ ਕਮਾਉਣ ਦੀ ਖਾਤਰ ਪਰਿਵਾਰ ਤੋਂ ਦੂਰ ਹੈ ਕੇ ਏਡੀ ਦੂਰ ਜਾਂਦਾ ਪਰ ਇਹੋ ਜਿਹਾ ਮੌਕਾ ਆਂਦਾ ਡੋਂਕੀ ਦੇ ਚੱਕਰਾਂ ਦੇ ਵਿੱਚ ਬੰਦਾ ਆਪਣੀ ਜ਼ਿੰਦਗੀ ਦਾਅਤ ਲਾਉਂਦਾ ਆਪਣੇ ਪਰਿਵਾਰ ਦੇ ਫਿਊਚਰ ਨੂੰ ਦਾਅਤ ਲਾ ਦਿੰਦਾ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕ ਜਿਹੜੇ ਇਹ ਪ੍ਰੋਗਰਾਮ ਦੇਖ ਰਹੇ ਹੋਣਗੇ ਸੇਧ ਲੈਣਗੇ ਤੇ ਪਰਿਵਾਰ ਤੇ ਆਪਣੇ ਭਰਾ ਭਰਾਵਾਂ ਨੂੰ ਵੀ ਕੋਈ ਸਿੱਖਿਆ ਦੇਣਗੇ ਕਿ ਡੋਂਕੀ ਵਾਲੇ ਚੱਕਰ 'ਚ ਆਪਾਂ ਨਹੀਂ ਪੈਣਾ ਸੋ ਹੋਰ ਵੀ ਜਿਹੜੀਆਂ ਕਹਾਣੀਆਂ ਤਰ ਨਾਲ ਇਹੋ ਜਿਹਾ ਲੈ ਕੇ ਜੁੜੇ ਆਵਾਂਗੇ ਜੋ ਸਮਾਜ ਨੂੰ ਸੇਧ ਦਿੰਦੇ ਰਹਿਣਗੇ ਤਦ ਤੱਕ ਲਈ ਜੁੜੇ ਰਹੋ ਜ਼ਿੰਦਾਬਾਦ ਚੈਨਲ ਦੇ ਨਾਲ ਕੈਮਰਾਮੈਨ ਦੀਪ ਬਾਜਵਾ ਦੇ ਨਾਲ ਮੈਮੋਰੀ ਵੀਰ ਸਿੰਘ ਧੰਨਵਾਦ